ਸ਼ੁਰੂ ਕਰਦੇ ਹਾਂ। ਉਸ ਦੋ ਜਹਾਨ ਦੇ ਪਾਲਣਹਾਰ ਦਾ ਨਾਮ ਲੈ ਕੇ ਜੋ ਸਭ 'ਤੇ ਬਹੁਤ ਹੀ ਰਹਿਮਤਾਂ ਔਰ ਬਖਸ਼ਿਸ਼ਾਂ ਕਰਨ ਵਾਲਾ ਹੈ। ਅੱਜ ਦੇ ਸਤਸੰਗ ਦੀ ਸ਼ੁਰੂਆਤ ਅਸੀਂ ਸੰਤ ਕਬੀਰ ਜੀ ਦੇ ਇੱਕ ਸ਼ਬਦ ਤੋਂ ਕਰਾਂਗੇ, ਕਿਉਂਕਿ ਇਸ ਸ਼ਬਦ ਦੇ ਅੰਦਰ ਸੰਤ ਕਬੀਰ ਜੀ ਸਤਸੰਗ ਦੇ ਬਾਰੇ ਦੱਸ ਰਹੇ ਹੈ ਕਿ ਅਗਰ ਇਨਸਾਨ ਨੂੰ ਸਤਸੰਗ 'ਚ ਜਾਣ ਦਾ ਮੌਕਾ ਮਿਲੇ ਤਾਂ ਸਤਸੰਗ 'ਚ ਜਾ ਕੇ ਅਸੀਂ ਸਮਝਣਾ ਕੀ ਹੈ, ਸਿੱਖਣਾ ਕੀ ਹੈ, ਕਿਉਂਕਿ ਸਤਸੰਗ ਦਾ ਮਤਲਬ ਕੀ ਹੁੰਦਾ ਹੈ। ਜਿੱਦਾਂ ਅੱਜ ਤੁਸੀਂ ਸਤਸੰਗ 'ਚ ਆਏ ਹੋ ਤਾਂ ਕਿਸ ਸੋਚ ਨਾਲ ਆਏ ਹੋ ਕਿ ਸਤਸੰਗ ਕੀ ਹੈ, ਜਾਂ ਸਤਸੰਗ 'ਚ ਜਾ ਕੇ ਅਸੀਂ ਕੀ ਹਾਸਿਲ ਕਰਨਾ ਹੈ। ਹੁਣ ਕਬੀਰ ਸਾਹਿਬ ਆਪਣੀ ਬਾਣੀ 'ਚ ਦੱਸਦੇ ਹੈ ਕਿ ਸੰਤਾਂ ਦੀ ਸੰਗਤ ਯਾਨੀ ਗੁਰੂਆਂ ਰਹਿਬਰਾਂ ਦਾ ਸੰਸਾਰ 'ਤੇ ਆਉਣ ਦਾ ਮਕਸਦ ਇਹ ਹੁੰਦਾ ਹੈ ਤਾਂ ਕਿ ਉਹ ਆ ਕੇ ਇਹ ਸਾਨੂੰ ਦੱਸ ਸਕਣ ਕਿ ਜਿਹੜੀ ਸਾਡੇ ਅੰਦਰੋਂ ਸ਼ਕਤੀ ਛੁਪੀ ਹੋਈ ਹੈ, ਸਾਡੇ ਅੰਦਰ ਜਿਹੜੀ ਉਹ ਤਾਕਤ ਬੈਠੀ ਹੋਈ ਹੈ, ਅਸੀਂ ਉਹ ਤਾਕਤ ਨਾਲ ਕਿੱਦਾਂ ਜੁੜ ਸਕਦੇ ਹਾਂ, ਉਹਨੂੰ ਕਿੱਦਾਂ ਹਾਸਿਲ ਕਰ ਸਕਦੇ ਹਾਂ। ਕਿਉਂਕਿ ਜਦੋਂ ਇਨਸਾਨ ਆਪਣੇ ਅੰਦਰਲੀ ਉਹ ਸ਼ਕਤੀ ਨੂੰ ਸਮਝਦਾ ਹੈ, ਉਹਦੇ ਨਾਲ ਜੁੜਦਾ ਹੈ, ਤਾਂ ਫਿਰ ਇਨਸਾਨ ਦੇ ਜੀਵਨ ਦੀਆਂ ਸਾਰੀਆਂ ਮੁਸ਼ਕਿਲਾਂ ਦੂਰ ਹੋ ਜਾਂਦੀਆਂ ਹੈ ਔਰ ਇਨਸਾਨ ਦਾ ਇਹ ਜਨਮ ਸਫਲ ਹੋ ਜਾਂਦਾ ਹੈ, ਇਨਸਾਨ ਦੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਜਾਂਦੀ ਹੈ। ਇਹ ਸਮਝ ਲਓ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਅਸੀਂ ਕਈ ਵਾਰ ਇਸ਼ਾਰਾ ਕਰੀਦਾ ਕਿ ਬੀਜ ਦੇ ਅੰਦਰ ਬ੍ਰਿਕਸ਼ ਛੁਪਿਆ ਹੁੰਦਾ ਹੈ। ਹੁਣ ਜਦੋਂ ਕੋਈ ਸਹੀ ਮਾਲੀ ਉਹਨੂੰ ਮਿਲ ਜਾਂਦਾ ਹੈ ਤਾਂ ਫਿਰ ਮਾਲੀ ਉਹਨੂੰ ਇਸ ਤਰ੍ਹਾਂ ਬੀਜਦਾ ਹੈ, ਇਸ ਤਰ੍ਹਾਂ ਉੱਤੇ ਮਿਹਨਤ ਕਰਦਾ ਹੈ ਕਿ ਫਿਰ ਉਹ ਬੀਜ ਅੰਦਰ ਛੁਪਿਆ ਹੋਇਆ ਬ੍ਰਿਕਸ਼ ਪ੍ਰਗਟ ਹੋ ਜਾਂਦਾ ਹੈ। ਤਾਂ ਅਸੀਂ ਫਿਰ ਕਹਿ ਦਿੰਦੇ ਹਾਂ ਕਿ ਬੀਜ ਦਾ ਦੁਨੀਆਂ 'ਤੇ ਆਉਣਾ ਸਫਲ ਹੋ ਗਿਆ। ਕਿਉਂਕਿ ਜ਼ਰਾ ਸੋਚ ਕੇ ਦੇਖਣਾ ਕਿ ਜਿਹੜਾ ਬੀਜ ਬ੍ਰਿਕਸ਼ ਬਣ ਜਾਂਦਾ, ਅਸੀਂ ਇਹੀ ਕਹਾਂਗੇ ਇਹ ਬੀਜ ਸਫਲ ਹੈ। ਤਾਂ ਜੇ ਉਹ ਬੀਜ, ਹੁਣ ਫਰਜ਼ ਕਰੋ ਬੰਦਾ ਕਹਿੰਦਾ ਮੈਂ ਇੱਕ ਬੀਜ ਨੂੰ ਸੋਨੇ ਦੀ ਡੱਬੀ 'ਚ ਪਾ ਕੇ ਰੱਖ ਦਿੱਤਾ, ਕਾਹਦੇ ਵਿੱਚ ਰੱਖ ਦਿੱਤਾ, ਇੱਕ ਸੋਨੇ ਦੀ ਡੱਬੀ ਲਈ, ਉਹਦੇ ਵਿੱਚ ਉਹ ਬੀਜ ਨੂੰ ਪਾ ਕੇ ਸੰਭਾਲ ਕੇ ਰੱਖ ਲਿਆ ਤਿਜੋਰੀ ਦੇ ਅੰਦਰ, ਤਾਂ ਉਹਦੇ 'ਚ ਬੀਜ ਦੀ ਸਫਲਤਾ ਹੈ? ਜਵਾਬ ਦੇਣਾ ਜ਼ਰਾ ਸਾਰਿਆਂ ਨੇ ਸਾਨੂੰ, ਕਿਉਂਕਿ ਉਹਨੂੰ ਚਾਹੇ ਸੋਨੇ 'ਚ ਰੱਖ ਲਓ, ਚਾਹੇ ਉਸ ਬੀਜ ਨੂੰ ਮਖਮਲੀ ਕੀਮਤੀ ਤੋਂ ਕੀਮਤੀ ਕੱਪੜੇ ਵਿੱਚ ਲਪੇਟ ਕੇ ਘਰ ਸੰਭਾਲ ਕੇ ਰੱਖ ਲਓ, ਤਾਂ ਅਸੀਂ ਉਹਦੇ 'ਚ ਉਹਨੂੰ ਇਹ ਨਹੀਂ ਕਹਾਂਗੇ ਕਿ ਬੀਜ ਸਫਲ ਹੋ ਗਿਆ। ਉਹਦੀ ਸਫਲਤਾ ਕਦੋਂ ਹੈ? ਜਦੋਂ ਉਹ ਬੀਜ ਇੱਕ ਬ੍ਰਿਕਸ਼ ਬਣੇਗਾ। ਅਸੀਂ ਫਿਰ ਕਹਿ ਸਕਦੇ ਹਾਂ ਕਿ ਹਾਂ ਵੀ ਇਹ ਬੀਜ ਦਾ ਦੁਨੀਆਂ 'ਤੇ ਜਨਮ ਲੈਣਾ ਸਫਲ ਹੋ ਗਿਆ। ਤੁਹਾਨੂੰ ਪਹਿਲੇ ਕਿਹਾ ਗਿਆ, ਆਵਾਜ਼ ਦੇਣੀ ਨਾਲ ਨਾਲ, ਜ਼ਰਾ ਸਮਝਦੇ ਹੋ ਕਿ ਨਹੀਂ? ਆਵਾਜ਼ ਸਾਡੀ ਕਲੀਅਰ ਹੈ ਨਾ, ਸਮਝ ਆ ਰਹੀ ਸਾਰਿਆਂ ਨੂੰ? ਤਾਂ ਫਿਰ ਨਾਲ ਨਾਲ ਜਵਾਬ ਵੀ ਦੇਣਾ, ਇਹਲੇ ਦੁਬਾਰਾ ਪੁੱਛ ਲਈਏ ਕਿਉਂਕਿ ਪਹਿਲਾਂ ਆਵਾਜ਼ ਨਹੀਂ ਆਈ ਤੁਹਾਡੀ, ਕਿ ਅਗਰ ਬੀਜ ਨੂੰ ਸੋਨੀ ਡੱਬੀ 'ਚ ਪਾ ਕੇ ਰੱਖ ਦੇਵਾਂਗੇ ਤਾਂ ਅਸੀਂ ਕਹਾਂਗੇ ਬੀਜ ਸਫਲ ਹੋ ਗਿਆ, ਔਰ ਅਗਰ ਉਹ ਬੀਜ ਨੂੰ ਮਖਮਲੀ ਕੱਪੜਿਆਂ 'ਚ, ਮਖਮਲੀ ਯਾਨੀ ਬੰਦਾ ਕਹਿੰਦਾ ਆਹ ਕੱਪੜਾ 1000 ਰੁਪਏ ਮੀਟਰ, ਬੜਾ ਕੀਮਤੀ ਕੱਪੜਾ ਹੈ, 10000 ਰੁਪਏ ਮੀਟਰ, ਉਹਦੇ ਵਿੱਚ ਵੀ ਉਹ ਬੀਜ ਨੂੰ ਲਪੇਟ ਕੇ ਰੱਖ ਦੇਵਾਂਗੇ ਤਾਂ ਅਸੀਂ ਕੀ ਕਹਾਂਗੇ ਬੀਜ ਸਫਲ ਹੋ ਗਿਆ। ਤਾਂ ਫਿਰ ਸਫਲਤਾ ਕਦੋਂ ਹੈ? ਜਦੋਂ ਉਹ ਬੀਜ ਜ਼ਮੀਨ ਦੇ ਅੰਦਰ ਜਾਂਦਾ ਹੈ, ਉਹ ਬੀਜ ਇੱਕ ਬ੍ਰਿਕਸ਼ ਬਣਦਾ ਹੈ, ਫਿਰ ਉਹਦੇ 'ਤੇ ਫਲ ਫੁੱਲ ਲੱਗਦੇ ਹੈ, ਤਾਂ ਫਿਰ ਬੰਦਾ ਕਹਿੰਦਾ ਕਿ ਹਾਂ ਵੀ ਇਹ ਬੀਜ ਦਾ ਦੁਨੀਆਂ 'ਤੇ ਆਉਣਾ ਸਫਲ ਹੋ ਗਿਆ। ਤਾਂ ਹੁਣ ਜ਼ਰਾ ਸਮਝੀਏ ਕਿ ਜਿਸ ਤਰ੍ਹਾਂ ਸਾਨੂੰ ਇਹ ਸਮਝ ਹੈ ਕਿ ਬੀਜ ਨੂੰ ਚਾਹੇ ਸੋਨੇ 'ਚ ਰੱਖ ਦਈਏ, ਹੀਰੇ ਮੋਤੀਆਂ 'ਚ ਰੱਖ ਦਈਏ, ਚਾਹੇ ਕੀਮਤੀ ਕੱਪੜਿਆਂ 'ਚ ਰੱਖ ਦਈਏ, ਉਹਦੀ ਸਫਲਤਾ ਬ੍ਰਿਕਸ਼ ਬਣਨ ਵਿੱਚ ਹੈ। ਤਾਂ ਇਸੇ ਤਰ੍ਹਾਂ ਇਨਸਾਨ ਦੇ ਜੀਵਨ ਦੀ ਸਫਲਤਾ ਕਿਸ ਚੀਜ਼ ਵਿੱਚ ਹੈ? ਜ਼ਰਾ ਸੋਚ ਕੇ ਦੇਖੋ। ਹੁਣ ਅਗਰ ਇਨਸਾਨ ਨੂੰ ਕਹੇ ਕਿ ਲੈ ਵੀ ਆਹ ਬੱਚੇ ਨੇ ਜਨਮ ਲਿਆ, ਔਰ ਜਨਮ ਲੈਂਦਿਆਂ ਹੀ ਬੱਚਾ ਜਦੋਂ ਬੜਾ ਹੋਇਆ ਤਾਂ ਗਲ ਵਿੱਚ ਸੋਨੇ ਦੀਆਂ ਚੈਨੀਆਂ ਪਾ ਲਈਆਂ, ਹੱਥ ਵਿੱਚ ਸੋਨੇ ਦੇ ਕੜੇ ਪਾ ਲਏ, ਹੱਥਾਂ ਵਿੱਚ ਅੰਗੂਠੀਆਂ ਸੋਨੇ ਦੀਆਂ ਪਾ ਲਈਆਂ, ਯਾਨੀ ਪੂਰੇ ਸਰੀਰ ਨੂੰ ਕੀਮਤੀ ਕੱਪੜਿਆਂ ਦੇ ਨਾਲ, ਗਹਿਣਿਆਂ ਦੇ ਨਾਲ, ਸੋਨੇ ਦੇ ਹੀਰੇ ਮੋਤੀਆਂ ਦੇ ਨਾਲ ਪੂਰੇ ਸਰੀਰ ਨੂੰ ਬੰਦਾ ਕਹਿੰਦਾ ਨਾ ਕਿ ਮੈਂ ਮੜ ਲਿਆ, ਤਾਂ ਕੀ ਉਹਦੇ 'ਚ ਇਨਸਾਨ ਦੇ ਜੀਵਨ ਦੀ ਸਫਲਤਾ ਹੈ?
ਜ਼ਰਾ ਸਮਝਣਾ, ਫਿਰ ਇਨਸਾਨ ਦੇ ਜੀਵਨ ਦੀ ਸਫਲਤਾ ਕਾਹਦੇ 'ਚ ਹੈ? ਇਨਸਾਨ ਦੇ ਜੀਵਨ ਦੀ ਸਫਲਤਾ ਵੀ ਸੋਨੇ ਚਾਂਦੀ 'ਚ ਨਹੀਂ ਹੈ, ਇਨਸਾਨ ਦੇ ਜੀਵਨ ਦੀ ਸਫਲਤਾ ਕੀਮਤੀ ਕੱਪੜਿਆਂ 'ਚ ਨਹੀਂ ਹੈ। ਇਨਸਾਨ ਦੇ ਜੀਵਨ ਦੀ ਸਫਲਤਾ ਵੀ ਇਹੀ ਹੈ ਕਿ ਜਦੋਂ ਇਨਸਾਨ ਅੰਦਰ ਬੈਠੀ ਹੋਈ ਜੋ ਆਤਮਾ ਹੈ ਇਹ ਪਰਮਾਤਮਾ ਨਾਲ ਜੁੜ ਕੇ ਉਹਦਾ ਹੀ ਰੂਪ ਹੋ ਜਾਵੇ, ਤਾਂ ਫਿਰ ਅਸੀਂ ਕਹਿ ਸਕਦੇ ਕਿ ਇਨਸਾਨ ਦੇ ਅੰਦਰ ਬੈਠਾ ਉਹ ਛੋਟਾ ਜਿਹਾ ਬੀਜ਼, ਉਹ ਆਤਮਾ ਰੂਪੀ ਇੱਕ ਛੋਟਾ ਜਿਹਾ ਅੰਸ਼ ਪਰਮਾਤਮਾ ਹੋ ਗਿਆ, ਔਰ ਇਨਸਾਨ ਦੀ ਸਫਲਤਾ ਫਿਰ ਹੀ ਮੰਨੀ ਜਾਏਗੀ। ਔਰ ਇਹੀ ਚੀਜ਼ ਕਬੀਰ ਸਾਹਿਬ ਆਪਣੀ ਬਾਣੀ 'ਚ ਦੱਸਦੇ ਹੈ। ਕਬੀਰ ਸਾਹਿਬ ਕਹਿੰਦੇ, ਕੌਣ ਹੈ ਤੇਰੇ ਘਟ ਮੇ ਰਹਿਤਾ, ਕੌਣ ਹੈ ਤੇਰੇ ਘਟ ਮੇ ਰਹਿਤਾ, ਨਹੀਂ ਹੈ ਤੁਝ ਕੋ ਗਿਆਨ ਰਹੇ। ਕੌਣ ਹੈ ਤੇਰੇ ਘਟ ਮੇ ਰਹਿਤਾ, ਨਹੀਂ ਹੈ ਤੁਝ ਕੋ ਗਿਆਨ ਰੇ, ਕਹੇ ਕਬੀਰ ਸੰਤ ਕੀ ਸੰਗਤ ਲੈ ਉਸ ਕੋ ਪਹਿਚਾਨ ਰੇ। ਕਹਿੰਦੇ ਸਤਸੰਗ ਤੇਰੇ ਵਾਸਤੇ ਜ਼ਰੂਰੀ ਹੈ, ਸੰਤਾਂ ਗੁਰੂਆਂ ਰਹਿਬਰਾਂ ਦਾ ਸੰਗ ਕਰਨਾ ਤੇਰੇ ਵਾਸਤੇ ਜ਼ਰੂਰੀ ਹੈ। ਕਿਉਂ ਜ਼ਰੂਰੀ ਹੈ? ਕਿਉਂਕਿ ਜੋ ਤੇਰੇ ਅੰਦਰ ਰਹਿੰਦਾ ਹੈ, ਜੋ ਤੇਰੇ ਅੰਦਰ ਸ਼ਕਤੀ ਬੈਠੀ ਹੈ, ਹਾਲੇ ਤੱਕ ਤੈਨੂੰ ਉਹਦਾ ਗਿਆਨ ਨਹੀਂ ਹੈ। ਇਹ ਉਸੇ ਤਰ੍ਹਾਂ ਹੈ ਕਿ ਜਿੱਦਾਂ ਇੱਕ ਕਿਤਾਬ ਬੱਚੇ ਦੇ ਕੋਲ ਹੋਵੇ, ਤਾਂ ਹੁਣ ਬੱਚੇ ਨੂੰ ਅਗਰ ਪੜ੍ਹਨਾ ਨਾ ਆਉਂਦਾ ਹੋਵੇ ਤਾਂ ਕਿਤਾਬ ਅੰਦਰ ਜਿੰਨੀ ਮਰਜ਼ੀ ਗਿਆਨ ਹੋਵੇ, ਜਿੰਨੀ ਮਰਜ਼ੀ ਸਮਝ ਹੋਵੇ, ਜੋ ਕੁਛ ਮਰਜ਼ੀ ਉਸ ਕਿਤਾਬ ਅੰਦਰ ਲਿਖਿਆ ਹੋਵੇ, ਪਰ ਜਦ ਤੱਕ ਬੱਚੇ ਨੂੰ ਉਹਨੂੰ ਪੜ੍ਹਨ ਦੀ ਕਲਾ ਨਹੀਂ ਆਏਗੀ, ਬੱਚਾ ਉਹਦਾ ਲਾਭ ਕਦੀ ਨਹੀਂ ਲੈ ਸਕਦਾ। ਔਰ ਉਹਦੇ ਵਾਸਤੇ ਉਹਨੂੰ ਟੀਚਰ ਦੀ ਲੋੜ ਹੈ, ਉਹਦੇ ਵਾਸਤੇ ਮਾਸਟਰ ਦੀ ਜ਼ਰੂਰਤ ਹੈ, ਉਹ ਗੁਰੂ ਦੀ ਲੋੜ ਹੈ ਜਿਹੜਾ ਉਹਨੂੰ ਉਹ ਸਿਖਾ ਸਕੇ ਕਿ ਇਸ ਕਿਤਾਬ ਦੇ ਅੰਦਰ ਜੋ ਲਿਖਿਆ ਹੋਇਆ ਹੈ ਉਹਨੂੰ ਅਸੀਂ ਕਿੱਦਾਂ ਪੜ੍ਹ ਸਕਦੇ ਹਾਂ, ਕਿੱਦਾਂ ਸਮਝ ਸਕਦੇ ਹਾਂ, ਔਰ ਕਿੱਦਾਂ ਉਹਦਾ ਲਾਭ ਲੈ ਸਕਦੇ ਹਾਂ। ਕਿਉਂਕਿ ਕਿਸੇ ਚੀਜ਼ ਦਾ ਵੀ ਲਾਭ ਲੈਣ ਵਾਸਤੇ ਸਾਨੂੰ ਉਹਦੀ ਸਮਝ ਹੋਣਾ ਬਹੁਤ ਹੀ ਕਹਿ ਦਿਓ ਜ਼ਰੂਰੀ ਹੈ। ਜਿੱਦਾਂ ਅਸੀਂ ਕਈ ਵਾਰ ਦੱਸੀਦਾ ਨਾ ਕਿ ਮੋਬਾਈਲ ਦਾ ਵੀ ਬੰਦਾ ਲਾਭ ਉਦੋਂ ਹੀ ਲੈ ਸਕਦਾ ਜਦੋਂ ਉਹਦੀ ਸਮਝ ਹੋਵੇ, ਨਹੀਂ ਤਾਂ ਕਈਆਂ ਨੂੰ ਤਾਂ ਇੰਨਾ ਹੀ ਪਤਾ ਹੁੰਦਾ ਇੱਥੋਂ ਕਾਲ ਚੱਕਣੀ ਹੈ ਤਾਂ ਇੱਥੋਂ ਕੱਟਣੀ ਹੈ, ਹੋਰ ਉਹਨਾਂ ਨੂੰ ਪਤਾ ਹੀ ਕੋਈ ਨਹੀਂ। ਜੇ ਕਹੀਏ ਵਟਸਐਪ 'ਤੇ ਮੈਸੇਜ ਭੇਜ ਦਿਓ, ਈਮੇਲ ਕਰ ਦਿਓ, ਵੀਡੀਓ ਕਾਲ ਕਰ ਲਓ, ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਇਹਦੇ ਬਾਰੇ, ਸਾਨੂੰ ਤਾਂ ਇੰਨਾ ਪਤਾ ਜੇ ਕਾਲ ਆਵੇ ਤਾਂ ਆਹ ਬਟਨ ਨੂੰ ਐਂ ਕਰਨਾ, ਕੰਨ ਨੂੰ ਲਾ ਲੈਣਾ ਤਾਂ ਆਹ ਲਾਲ ਜਿਹੇ ਬਟਨ ਨੂੰ ਐਂ ਕਰਕੇ ਬੰਦ ਕਰ ਦੇਣਾ। ਯਾਨੀ ਇਹਦਾ ਮਤਲਬ ਕਿ ਜੇ ਪੂਰੀ ਸਮਝ ਨਾ ਹੋਵੇ ਤਾਂ ਬੰਦਾ ਹੱਥ ਵਿੱਚ ਫੜੇ ਹੋਏ ਛੋਟੇ ਜਿਹੇ ਮੋਬਾਈਲ ਦਾ ਵੀ ਪੂਰਾ ਲਾਭ ਕਹਿ ਦਿਓ ਨਹੀਂ ਲੈ ਸਕਦਾ। ਤਾਂ ਫਿਰ ਜਰਾ ਸੋਚੋ, ਇਹ ਜ਼ਿੰਦਗੀ, ਇਹ ਜੀਵਨ, ਇਹ ਜੀਵਨ ਦੇ ਅੰਦਰ ਪਰਮਾਤਮਾ ਨੇ ਬਹੁਤ ਕੁਛ ਰੱਖਿਆ ਹੋਇਆ ਹੈ, ਜੇ ਸੋਚ ਕੇ ਦੇਖੀਏ, ਸਮਝ ਕੇ ਦੇਖੀਏ। ਉਹ ਗੁਰੂਆਂ ਰਹਿਬਰਾਂ ਪੀਰਾਂ ਫਕੀਰਾਂ ਦੀ ਜ਼ਿੰਦਗੀ ਨੂੰ ਦੇਖੀਏ ਅਸੀਂ ਕਿ ਉਹਨਾਂ ਨੇ ਆਪਣੇ ਜੀਵਨ 'ਚ ਕਿੰਨੇ ਚਮਤਕਾਰ ਕਰ ਦਿੱਤੇ, ਅਸੰਭਵ ਨੂੰ ਸੰਭਵ ਕਰ ਦਿੱਤਾ, ਨਾਮੁਮਕਿਨ ਨੂੰ ਮੁਮਕਿਨ ਕਰ ਦਿੱਤਾ। ਤਾਂ ਕਿਹੜੀ ਸ਼ਕਤੀ ਨਾਲ? ਉਹਨਾਂ ਨੇ ਕਿਤੇ ਬਾਹਰੋਂ ਨਹੀਂ ਸ਼ਕਤੀ ਆਈ, ਉਹ ਸ਼ਕਤੀ ਉਹਨਾਂ ਦੇ ਅੰਦਰ ਹੀ ਸੀ, ਸਮਝਣਾ ਜ਼ਰਾ। ਪਰ ਉਹਨਾਂ ਨੇ ਉਹ 'ਤੇ ਮਿਹਨਤ ਕੀਤੀ, ਉਹਨੂੰ ਜਾਣਿਆ, ਉਹਨੂੰ ਸਮਝਿਆ, ਔਰ ਸਮਝਿਆ ਤਾਂ ਉਹਦਾ ਲਾਭ ਵੀ ਲੈ ਲਿਆ। ਹੁਣ ਜਿੱਦਾਂ ਬੀਜ ਦੀ ਗੱਲ ਹੀ ਅਸੀਂ ਕੀਤੀ, ਮਾਲੀ ਨੂੰ ਸਮਝ ਹੁੰਦੀ ਹੈ, ਇਸ ਲਈ ਮਾਲੀ ਉਸ ਬੀਜ 'ਤੇ ਮਿਹਨਤ ਕਰਕੇ ਉਸੇ ਛੋਟੇ ਜਿਹੇ ਬੀਜ ਨੂੰ ਬ੍ਰਿਕਸ਼ ਬਣਾ ਕੇ ਦੇਖੋ ਤੋਂ ਕਿੰਨੇ ਫਲ ਫੁੱਲ ਕਿੰਨਾ ਕੁਛ ਲੈ ਲੈਂਦਾ ਹੈ। ਤਾਂ ਜਿਹਨੂੰ ਸਮਝ ਨਹੀਂ ਹੁੰਦੀ ਉਹ ਕਹਿੰਦਾ ਲੈ ਬੀਜ ਹੀ ਹੈ, ਇਹਦਾ ਕੀ ਹੋਣਾ ਹੈ, ਉਹ ਬੀਜ ਨੂੰ ਉਦੇ ਵਿਅਰਥ ਗਵਾ ਦਿੰਦਾ ਹੈ। ਹੁਣ ਜਿਹਨੂੰ ਸਮਝ ਹੈ ਉਹ ਛੋਟੀ ਜਿਹੀ ਚੀਜ਼ ਤੋਂ ਵੀ ਪੂਰਾ ਲਾਭ ਲੈ ਲੈਂਦਾ ਹੈ, ਤਾਂ ਜਿਹਨੂੰ ਨਹੀਂ ਸਮਝ ਉਹਨੂੰ ਜਿੰਨੀ ਮਰਜ਼ੀ ਬੜੀ ਤੋਂ ਬੜੀ ਚੀਜ਼ ਦੇ ਦਈਏ ਉਹਨੂੰ ਵੀ ਵਿਅਰਥ ਗਵਾ ਦਿੰਦਾ ਹੈ। ਇਹ ਸਮਝਣਾ ਜ਼ਰਾ ਸਾਰਿਆਂ ਨੇ। ਇਸੇ ਲਈ ਕਬੀਰ ਸਾਹਿਬ ਕਹਿੰਦੇ ਕਿ ਸਭ ਤੋਂ ਪਹਿਲਾਂ ਇਹ ਗੱਲ ਸਮਝ ਲੈ ਕਿ ਤੇਰਾ ਇਹਦਾ ਆਹ ਸਰੀਰ ਹੈ ਨਾ, ਤੇਰੀ ਬਾਡੀ ਹੈ, ਜਿਸਮ ਹੈ, ਇਹਦੇ ਅੰਦਰ ਬੜੀਆਂ ਸ਼ਕਤੀਆਂ ਕਹਿ ਦਿਓ ਛੁਪੀਆਂ ਹੋਈਆਂ ਹੈ। ਤਾਂ ਹੀ ਕਹਿੰਦੇ ਕੌਣ ਹੈ ਤੇਰੇ ਘਟ ਮੇ ਰਹਿਤਾ, ਨਹੀਂ ਹੈ ਤੁਝ ਕੋ ਗਿਆਨ ਰੇ,
ਜਿੱਦਾਂ ਬੁੱਲੇ ਸ਼ਾਹ ਨੇ ਵੀ ਕਿਹਾ ਕਿ ਬੇਬੋਲਦੇ ਦੀ ਤੈਨੂੰ ਸਮਝ ਹੈ ਨਹੀਂ, ਜਿਹੜਾ ਨਿੱਤ ਤੇਰੇ ਵਿੱਚ ਬੋਲਦਾ ਏ ਭੁੱਲਾ ਆਪ ਫਿਰੇ ਟੋਲੇ ਬਾਹਰ ਉਸਨੂੰ ਵਾਂਗ ਮੁਰਗੀਆਂ ਦੇ ਕੂੜਾ। ਹੁਣ ਦੇਖੋ ਬੁੱਲੇ ਸ਼ਾਹ ਵੀ ਇਹੀ ਇਸ਼ਾਰਾ ਕਰ ਰਹੇ ਕਿ ਤੈਨੂੰ ਸਮਝ ਹੀ ਨਹੀਂ ਕਿ ਤੇਰੇ 'ਚ ਬੋਲ ਕੌਣ ਰਿਹਾ ਹੈ, ਉਹ ਕਿਹੜੀ ਤਾਕਤ ਜੋ ਤੈਨੂੰ ਦੇਖਣ ਨੂੰ ਸੁਣਨ ਨੂੰ ਜਾਂ ਤੇਰੇ ਅੰਦਰ ਹਰ ਹਰਕਤ ਕਰਨ ਨੂੰ ਤਿਆਰ ਬੈਠੀ ਹੈ, ਕਦੀ ਉਹ ਤਾਕਤ ਨੂੰ ਸਮਝਣ ਦੀ ਤੂੰ ਕੋਸ਼ਿਸ਼ ਹੀ ਨਹੀਂ ਕੀਤੀ। ਅਗਰ ਉਹਨੂੰ ਸਮਝ ਲਵੇਂ ਤਾਂ ਤੇਰੇ ਜੀਵਨ ਦੇ ਸਾਰੇ ਝਗੜੇ, ਤੇਰੇ ਜੀਵਨ ਦੀਆਂ ਸਾਰੀਆਂ ਪਰੇਸ਼ਾਨੀਆਂ, ਤੇਰੇ ਜੀਵਨ ਦੇ ਸਾਰੇ ਡਰ, ਤੇਰੇ ਜੀਵਨ ਦੀਆਂ ਸਾਰੀਆਂ ਫਿਕਰਾਂ ਹੀ ਖਤਮ ਹੋ ਜਾਣ। ਕਿਉਂਕਿ ਜ਼ਰਾ ਸੋਚ ਕੇ ਦੇਖੋ ਗੁਰੂਆਂ ਨੇ ਕੀ ਗੱਲ ਫਰਮਾਈ ਹੈ ਕਿ ਤੂੰ ਕਾਹੇ ਡੋਲੇ ਪ੍ਰਾਣੀਆਂ, ਤੂੰ ਦਰਾਖੇਗਾ ਸਿਰਜਣਹਾਰ, ਜਿਨ ਪੈਦਾਇਸ਼ ਤੂੰ ਕੀ ਆ ਸੋਈ ਦੇ। ਉਹ ਕਹਿੰਦੇ ਤੂੰ ਮਾੜੀ ਮੁਸ਼ਕਿਲ ਆਉਂਦੀ ਹੈ, ਮਾੜੀ ਪ੍ਰੋਬਲਮ ਆਉਂਦੀ ਹੈ, ਮਾੜੀ ਪਰੇਸ਼ਾਨੀ ਆਉਂਦੀ ਹੈ, ਕੋਈ ਬਿਮਾਰੀ ਆਉਂਦੀ ਹੈ, ਕੋਈ ਬੁਰੀ ਖਬਰ ਆਉਂਦੀ ਤਾਂ ਇਨਸਾਨ ਬੜੀ ਜਲਦੀ ਘਬਰਾ ਜਾਂਦਾ ਹੈ, ਡਰ ਜਾਂਦਾ ਹੈ, ਚਿੰਤਿਤ ਹੋ ਜਾਂਦਾ ਹੈ। ਜ਼ਰਾ ਸਮਝਣਾ, ਹਾਲਾਂਕਿ ਐਡੀ ਵੱਡੀ ਸ਼ਕਤੀ ਉਹਦੇ ਅੰਦਰ ਬੈਠੀ ਹੈ ਕਿ ਅਗਰ ਇਨਸਾਨ ਉਹਦੇ ਨਾਲ ਆਪਣਾ ਕਨੈਕਸ਼ਨ ਜੋੜ ਲਵੇ ਤਾਂ ਉਹ ਤਾਕਤ ਇਨਸਾਨ ਨੂੰ ਹਰ ਮੁਸ਼ਕਿਲ 'ਚੋਂ ਕੱਢ ਸਕਦੀ ਹੈ, ਹਰ ਮੁਸ਼ਕਿਲ ਤੋਂ ਬਚਾ ਸਕਦੀ ਹੈ। ਇਸ ਲਈ ਸਮਝਣਾ ਜ਼ਰਾ। ਔਰ ਸਤਸੰਗ ਦਾ ਮਤਲਬ ਹੀ ਇਹ ਹੁੰਦਾ ਹੈ ਕਿ ਜਿੱਥੇ ਬੈਠ ਕੇ ਅਸੀਂ ਆਪਣੇ ਅੰਦਰ ਲਈ ਉਹ ਸ਼ਕਤੀ ਨੂੰ ਜਾਣ ਸਕੀਏ, ਸਮਝ ਸਕੀਏ ਔਰ ਉਹਦੇ 'ਤੇ ਵਿਸ਼ਵਾਸ ਕਰਕੇ ਉਹਦਾ ਪੂਰਾ ਲਾਭ ਲੈ ਸਕੀਏ। ਤਾਂ ਹੀ ਕਬੀਰ ਸਾਹਿਬ ਦੀ ਇਹ ਬਾਣੀ, ਇਹ ਵਚਨ ਦੁਬਾਰਾ ਦੁਹਰਾਵਾਂਗੇ ਕਿ ਕਬੀਰ ਸਾਹਿਬ ਕੀ ਕਹਿੰਦੇ ਹੈ। ਕਹਿੰਦੇ ਕੌਣ ਹੈ ਤੇਰੇ ਘਟ ਮੇ ਰਹਿਤਾ, ਨਹੀਂ ਹੈ ਤੁਝਕੋ ਗਿਆਨ ਰੇ, ਕਹਿਤ ਕਬੀਰ ਸੰਤ ਕੀ ਸੰਗਤ ਲੇ ਉਸਕੋ। ਇਸ ਲਈ ਜਦੋਂ ਵੀ ਸਾਨੂੰ ਸਤਸੰਗ ਜਾਣ ਦਾ ਮੌਕਾ ਮਿਲੇ ਨਾ, ਤਾਂ ਉੱਥੇ ਜਾ ਕੇ ਇਹੀ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਸਾਡੇ ਅੰਦਰ ਜਿਹੜੀ ਸ਼ਕਤੀ ਬੈਠੀ ਹੈ ਉਹਨੂੰ ਕਿੱਦਾਂ ਅਸੀਂ ਜਾਣ ਸਕਦੇ ਹਾਂ, ਕਿੱਦਾਂ ਉਹਦਾ ਲਾਭ ਲੈ ਸਕਦੇ ਹਾਂ। ਕਿਉਂਕਿ ਇੱਕ ਦੂਜਾ ਸ਼ਬਦ ਵੀ ਕਬੀਰ ਸਾਹਿਬ ਦਾ ਬੜਾ ਪਿਆਰਾ ਹੈ, ਉਹ 'ਚ ਵੀ ਕਬੀਰ ਸਾਹਿਬ ਨੇ ਇਹੀ ਗੱਲ ਦੱਸੀ ਹੈ ਕਿ ਜੋ ਸ਼ਕਤੀ ਬ੍ਰਹਿਮੰਡ ਮੇਂ ਸੋ ਤੁਝ ਮੇਂ ਵਿਦਮਾਨ। ਜ਼ਰਾ ਹੁਣ ਗੌਰ ਕਰਨਾ, ਉਹ ਕਹਿੰਦੇ ਜਿਹੜੀ ਸ਼ਕਤੀ ਪੂਰੇ ਬ੍ਰਹਿਮੰਡ ਵਿੱਚ ਹੈ, ਜਿਹੜੀ ਸ਼ਕਤੀ ਪੂਰੇ ਬ੍ਰਹਿਮੰਡ ਨੂੰ ਚਲਾ ਰਹੀ ਹੈ, ਉਹੀ ਸ਼ਕਤੀ ਤੇਰੇ ਅੰਦਰ ਵੀ ਬੈਠੀ ਹੋਈ ਹੈ, ਉਹੀ ਸ਼ਕਤੀ ਤੈਨੂੰ ਵੀ ਚਲਾ ਰਹੀ ਹੈ। ਤਾਂ ਹੀ ਤਾਂ ਕਹਿੰਦੇ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੇ। ਹੁਣ ਇੱਕ ਗੱਲ ਦਾ ਜਵਾਬ ਦੇਣਾ ਤੁਸੀਂ, ਦਊਂਗੇ ਕਿ ਨਹੀਂ, ਕਦੀ ਉਹ ਸ਼ਕਤੀ ਨੂੰ ਅੰਦਰ ਖੋਜਣ ਦੀ ਕੋਸ਼ਿਸ਼ ਕੀਤੀ ਅਸੀਂ? ਕਦੀ ਥੋੜ੍ਹੀ ਜਿਹੀ ਮਿਹਨਤ ਕੀਤੀ ਕਿ ਅਸੀਂ ਉਹ ਸ਼ਕਤੀ ਨੂੰ ਜਾਣ ਸਕੀਏ? ਅਸੀਂ ਬਾਹਰੋਂ ਹੀ ਰੋਣਾ ਰਹਿੰਦੇ ਰੋਂਦੇ ਰਹਿੰਦੇ, ਪਤਾ ਕਿਹਦਾ ਰੋਣਾ, ਹਾਏ ਮੈਂ ਤਾਂ ਬੜਾ ਕਮਜ਼ੋਰ ਹਾਂ, ਮੈਂ ਬੜਾ ਦੁਖੀ ਹਾਂ, ਮੈਂ ਬੜਾ ਪਰੇਸ਼ਾਨ ਹੈ, ਮੇਰੀਆਂ ਮੁਸ਼ਕਿਲਾਂ ਦਾ ਕੋਈ ਹੱਲ ਹੀ ਹੈ ਨਹੀਂ, ਮੇਰੀਆਂ ਪਰੇਸ਼ਾਨੀਆਂ ਦਾ ਕੋਈ ਹੱਲ ਹੀ ਹੈ ਨਹੀਂ, ਮੇਰੇ ਜੀਵਨ 'ਚ ਦੁੱਖ ਹੀ ਬੜੇ ਆ, ਮੇਰੀ ਕਿਸਮਤ ਮਾੜੀ, ਯਾਨੀ ਇੱਦਾਂ ਦੇ ਕਈ ਰੋਣੇ ਇਨਸਾਨ ਹਰ ਵੇਲੇ ਰੋਂਦਾ। ਕੋਈ ਕਿਸਮਤ ਦਾ ਰੋਣਾ ਰੋ ਰਿਹਾ ਹੈ, ਕੋਈ ਆਪਣੇ ਹਾਲਾਤਾਂ ਦਾ ਰੋਣਾ ਰੋ ਰਿਹਾ ਹੈ, ਕੋਈ ਬਿਮਾਰੀਆਂ ਦਾ ਰੋਣਾ ਰੋ ਰਿਹਾ ਕਿ ਮੇਰੇ ਜੀਵਨ 'ਚ ਦੁੱਖ ਹੀ ਬੜੇ ਆ, ਮੇਰੇ ਜੀਵਨ 'ਚ ਪਰੇਸ਼ਾਨੀਆਂ ਹੀ ਬੜੀਆਂ ਹੈ। ਹੁਣ ਜ਼ਰਾ ਸਮਝਣਾ, ਹੁਣ ਅਸੀਂ ਦੁੱਖਾਂ ਦੇ, ਕਿਸਮਤ ਦੇ, ਬਿਮਾਰੀਆਂ ਦੇ, ਪਰੇਸ਼ਾਨੀਆਂ ਦੇ ਰੋਣੇ ਰੋਂਦੇ ਰਹਿੰਦੇ ਹਾਂ, ਪਰ ਇਹ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਕਿ ਉਹ ਸ਼ਕਤੀ ਜਿਹੜੀ ਪੂਰੇ ਬ੍ਰਹਿਮੰਡ ਨੂੰ ਚਲਾ ਰਹੀ ਹੈ, ਜੇ ਉਹ ਸ਼ਕਤੀ ਮੇਰੇ ਅੰਦਰ ਬੈਠੀ ਹੈ, ਜੇ ਮੈਂ ਉਹਨੂੰ ਜਾਣ ਲਵਾਂ ਤਾਂ ਫਿਰ ਮੈਨੂੰ ਰੋਣਾ ਰੋਣ ਦੀ ਲੋੜ ਕਹਿ ਦਿਓ। ਸਮਝਣਾ ਜ਼ਰਾ, ਇਹਨੂੰ ਇੱਦਾਂ ਹੀ ਸਮਝ ਲਓ ਕਿ ਜਿੱਦਾਂ ਇੱਕ ਮਿਸਾਲ ਦੇ ਜ਼ਰੀਏ ਸਮਝਾਉਣ ਲੱਗੇ, ਮਿਸਾਲ ਦੇ ਜ਼ਰੀਏ। ਇੱਕ ਨੌਜਵਾਨ ਜਿਹਦੀ ਉਮਰ 18-19 ਸਾਲ ਦੀ ਸੀ, ਉਹ ਜਾ ਰਿਹਾ ਹੈ ਤਾਂ ਰਸਤੇ 'ਚ ਇੱਕ ਪੱਥਰ ਪਿਆ ਹੋਇਆ ਹੈ, ਪੱਥਰ ਸਮਝ ਲਓ 60-70 ਕਿਲੋ ਦਾ ਹੈ। ਤਾਂ ਉਹ ਨੌਜਵਾਨ ਉਸ ਪੱਥਰ ਨੂੰ ਹਿਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਉਹ ਤੋਂ ਪੱਥਰ ਹਿੱਲ ਨਹੀਂ ਰਿਹਾ, ਕਿਉਂਕਿ ਪੱਥਰ ਦਾ ਵਜ਼ਨ ਜ਼ਿਆਦਾ ਹੈ ਤਾਂ ਉਹਦੀ ਪਾਵਰ
ਘੱਟ ਹੈ, ਉਹਦੀ ਤਾਕਤ ਘੱਟ ਹੈ। ਹੁਣ ਨੌਜਵਾਨ ਪੱਥਰ ਨੂੰ ਹਿਲਾ ਕਿਉਂ ਰਿਹਾ ਹੈ, ਹਿਲਾਉਣ ਦੀ ਕੋਸ਼ਿਸ਼ ਕਿਉਂ ਕਰ ਰਿਹਾ ਹੈ? ਕਿਉਂਕਿ ਉਹਦੇ ਬਾਪ ਨੇ ਕਿਹਾ ਹੈ ਕਿ ਬੇਟਾ ਅਗਰ ਇਹ ਪੱਥਰ ਉਠਾ ਕੇ ਤੂੰ ਇੱਧਰ ਰੱਖ ਦੇਗਾ, ਜਿੱਦਾਂ ਬਾਪ ਕੋਲੋਂ ਮੰਗ ਰਿਹਾ ਸੀ ਕੋਈ ਚੀਜ਼, ਜਿੱਦਾਂ ਸਮਝ ਲਓ ਇਹਨੂੰ ਇੱਦਾਂ ਕਰ ਲਈਏ ਕਿ ਬਾਪ ਕੋਲੋਂ ਮੰਗ ਰਿਹਾ ਮੈਨੂੰ ਮੋਟਰਸਾਈਕਲ ਚਾਹੀਦਾ ਹੈ, ਤਾਂ ਬਾਪ ਕਹਿੰਦਾ ਪਹਿਲਾਂ ਪੱਥਰ ਚੱਕ ਕੇ ਇੱਧਰ ਰੱਖ ਦੇ, ਜਦੋਂ ਪੱਥਰ ਚੱਕ ਕੇ ਰੱਖ ਦੇਗਾ ਤਾਂ ਮੈਂ ਤੈਨੂੰ ਮੋਟਰਸਾਈਕਲ ਲੈ ਦਊਂ। ਤਾਂ ਨੌਜਵਾਨ ਨੇ ਬੜੀ ਕੋਸ਼ਿਸ਼ ਕੀਤੀ ਪਰ 60-70 ਕਿਲੋ ਪੱਥਰ ਹਿਲਾਇਆ ਨਾ ਜਾਵੇ, ਉਹ ਤੋਂ ਬੜਾ ਪਰੇਸ਼ਾਨ ਹੋ ਗਿਆ ਕਿ ਲੈ ਵੀ ਬਾਪ ਨੇ ਕਿੱਦਾਂ ਦਾ ਟਾਸਕ ਦੇ ਦਿੱਤਾ ਮੈਨੂੰ, ਕਿੱਦਾਂ ਦੀ ਗੱਲ ਕਹਿ ਦਿੱਤੀ ਕਿ ਪੱਥਰ ਹਟਾ ਪਹਿਲਾਂ ਫਿਰ ਮੋਟਰਸਾਈਕਲ ਲੈ ਕੇ ਦੇਣਾ ਤੈਨੂੰ ਮੈਂ, ਬੜਾ ਪਰੇਸ਼ਾਨ ਦੁਖੀ ਹੋ ਕੇ ਬਹਿ ਗਿਆ। ਆ ਮੇਰਾ ਬਾਪ ਕਿੱਦਾਂ ਦਾ ਹੈ? ਜਦ ਨੂੰ ਕਹਿੰਦੇ ਉੱਥੇ ਇੱਕ ਸਿਆਣਾ ਆਦਮੀ ਜਾ ਰਿਹਾ ਸੀ, ਸਿਆਣੇ ਆਦਮੀ ਨੇ ਪੁੱਛਿਆ ਬੇਟਾ ਕੀ ਗੱਲ ਹੋਈ? ਕਹਿੰਦਾ ਜੀ ਮੈਂ ਬਾਪ ਦੇਖੋ ਮੈਂ ਬਾਪ ਕੋਲੋਂ ਚੀਜ਼ ਮੰਗੀ ਸੀ, ਮੈਨੂੰ ਆਹ ਚੀਜ਼ ਚਾਹੀਦੀ, ਤਾਂ ਬਾਪ ਨੇ ਕਿਹਾ ਪਹਿਲਾਂ ਪੱਥਰ ਚੱਕ ਕੇ ਸਾਈਡ 'ਤੇ ਕਰ, ਜਦੋਂ ਕਰ ਦੇਗਾ ਫਿਰ ਤੇਰੀ ਮੰਗੀ ਚੀਜ਼ ਮੈਂ ਤੈਨੂੰ ਦੇ ਦਊਂ। ਦੇਖੋ ਮੇਰਾ ਬਾਪ, ਮੈਂ ਚੀਜ਼ ਮੰਗ ਰਿਹਾ ਤਾਂ ਬਾਪ ਮੈਨੂੰ ਕੀ ਲਾ ਰਿਹਾ ਹੈ? ਉਹ ਬਜ਼ੁਰਗ ਸਮਝ ਗਿਆ, ਕਹਿੰਦੇ ਬੇਟਾ ਤੇਰਾ ਬਾਪ ਤੈਨੂੰ ਪਿਆਰ ਕਰਦਾ ਹੈ, ਤੇਰਾ ਬਾਪ ਤੈਨੂੰ ਬਹੁਤ ਪਿਆਰ ਕਰਦਾ ਹੈ, ਜੇ ਉਹਨਾਂ ਤੈਨੂੰ ਇਹ ਪੱਥਰ ਹਟਾਉਣ ਨੂੰ ਕਿਹਾ ਉਹ ਦੇ ਨਹੀਂ ਗਿਆ, ਉਹ ਚੀਜ਼ ਤਾਂ ਤੈਨੂੰ ਹੁਣ ਵੀ ਦੇ ਸਕਦਾ ਹੈ, ਪਰ ਚੀਜ਼ ਨਾਲੋਂ ਜ਼ਰੂਰੀ ਹੁੰਦਾ ਚੀਜ਼ ਨੂੰ ਸੰਭਾਲਣਾ, ਔਰ ਸੰਭਾਲਣ ਵਾਸਤੇ ਸਾਡਾ ਸ਼ਕਤੀਸ਼ਾਲੀ ਹੋਣਾ ਜ਼ਰੂਰੀ ਹੈ। ਇਸ ਲਈ ਬੇਟਾ ਤੂੰ ਰੋਣਾ ਰੋਣ ਲੱਗਾ ਕਿ ਬਾਪ ਨੇ ਆ ਕੀ ਕਹਿਤਾ ਪੱਥਰ ਹਟਾ ਫਿਰ ਚੀਜ਼ ਦੇਣੀ ਹੈ, ਉਹ ਰੋਣਾ ਰੋਣ ਦੀ ਬਜਾਏ ਚੱਲ ਮੈਂ ਤੈਨੂੰ ਦੱਸਾਂ ਪੱਥਰ ਕਿੱਦਾਂ ਹਟ ਸਕਦਾ ਹੈ। ਉਹ ਕਹਿੰਦੇ ਜੀ ਕਿੱਦਾਂ ਹਟ ਸਕਦਾ ਹੈ? ਕਹਿੰਦੇ ਕੁਛ ਦਿਨ ਤੈਨੂੰ ਉਹ ਕੰਮ ਕਰਨਾ ਪਏਗਾ ਜੋ ਮੈਂ ਤੈਨੂੰ ਕਹਿਣਾ ਹੈ, ਅਗਰ ਤੂੰ 15-20 ਦਿਨ ਉਹ ਕੰਮ ਕਰ ਲਏਗਾ ਤਾਂ ਇਹ ਪੱਥਰ ਨੂੰ ਤੂੰ ਹਟਾ। ਇਹ ਜ਼ਰਾ ਸਮਝਣਾ, ਇੱਕ ਮਿਸਾਲ ਦੱਸ ਰਹੇ ਹਾਂ ਤੁਹਾਨੂੰ। ਉਹਨਾਂ ਕਿਹਾ ਜੀ ਕੀ ਕਰਨਾ ਹੈ? ਬਜ਼ੁਰਗ ਕਹਿੰਦਾ ਆ ਜਾ, ਆ ਮੇਰਾ ਘਰ ਸਾਹਮਣੇ ਹੀ ਹੈ, ਰੋਜ਼ ਸਵੇਰੇ ਸੂਰਜ ਨਿਕਲਣ ਤੋਂ ਪਹਿਲਾਂ ਮੇਰੇ ਕੋਲ ਆ ਜਾਣਾ ਤੂੰ। ਕਹਿੰਦੇ ਉਹ ਨੌਜਵਾਨ ਜਦੋਂ ਸਵੇਰੇ ਗਿਆ ਤਾਂ ਬਜ਼ੁਰਗ ਨੇ ਕਿਹਾ ਚੱਲ ਬੇਟਾ ਚੱਲ ਡੰਡ ਬੈਠਕਾਂ ਮਾਰ, ਉਹਨੂੰ ਐਕਸਰਸਾਈਜ਼ ਕਰਾਈ, ਡੰਡ ਬੈਠਕਾਂ ਮਰਵਾਉਣ ਲੱਗੇ। ਸਮਝਣਾ, ਜੇ ਤਾਂ ਨੌਜਵਾਨ ਨੂੰ ਵੀ ਕਹਿ ਦੇ ਚੱਲ ਜਿੰਮ 'ਚ ਜਾ ਕੇ ਡੰਬਲ ਚੱਕ ਬਈ, ਚੱਲ ਐਕਸਰਸਾਈਜ਼ ਕਰ। ਹੁਣ ਜਦੋਂ ਨੌਜਵਾਨ ਰੋਜ਼ ਜਾ ਕੇ ਡੰਡ ਬੈਠਕਾਂ ਮਾਰਨ ਲੱਗਾ, ਮਿਹਨਤ ਕਰਨ ਲੱਗਾ, ਤਾਂ ਦੇਖਦਿਆਂ ਉਹਦੀਆਂ ਮਾਸਪੇਸ਼ੀਆਂ ਜਿਹੜੀਆਂ ਸੀ ਮਜ਼ਬੂਤ ਹੋਣ ਲੱਗ ਪਈਆਂ, ਉਹਦੀ ਤਾਕਤ ਜਿਹੜੀ ਸੀ ਵਧਣ ਲੱਗ ਗਈ। ਯਾਦ ਰੱਖਣਾ ਜ਼ਰਾ, ਹੁਣ ਜਦੋਂ ਉਹ ਰੋਜ਼ ਮਿਹਨਤ ਕਰਨ ਲੱਗਾ ਤਾਂ 15-20 ਦਿਨਾਂ ਦੇ ਅੰਦਰ ਉਹਦਾ ਸਰੀਰ ਪਹਿਲਾਂ ਨਾਲੋਂ, ਕਿਉਂਕਿ ਰੋਜ਼ ਤੁਸੀਂ ਡੰਡ ਬੈਠਕਾਂ ਮਾਰਨੀਆਂ ਸ਼ੁਰੂ ਕਰ ਦਿਓ, ਤੁਹਾਡੇ ਮਸਲ ਜਿਹੜੇ ਹੈ ਇਹਨਾਂ ਦੀ ਸਟਰੈਂਥ ਤਾਕਤ ਵਧਣੀ ਸ਼ੁਰੂ ਹੋ ਜਾਂਦੀ ਹੈ। ਹੁਣ ਕਹਿੰਦੇ ਉਹ ਨੌਜਵਾਨ 15-20 ਦਿਨਾਂ 'ਚ ਹੀ ਦੇਖਿਆ ਕਿ ਹੁਣ ਅੱਗੇ ਨਾਲੋਂ ਫੀਲ ਕਰ ਰਿਹਾ ਕਿ ਮੇਰੀ ਸ਼ਕਤੀ ਵਧੀ ਹੈ। ਤਾਂ ਬਜ਼ੁਰਗ ਕਹਿੰਦੇ ਹੁਣ ਜਰਾ ਜਾ ਕੇ ਪੱਥਰ ਨੂੰ ਹਿਲਾ। ਹੁਣ ਜਦੋਂ ਗਿਆ ਤਾਂ ਪਹਿਲਾਂ ਪੱਥਰ ਹਿਲਦਾ ਨਹੀਂ ਸੀ, ਪਰ ਅੱਜ ਜਦੋਂ ਕੋਸ਼ਿਸ਼ ਕੀਤੀ ਪੱਥਰ ਅੰਦਰ ਸਰਸਰਾਹਟ ਹੋਈ, ਪੱਥਰ ਹਿੱਲਿਆ, ਤਾਂ ਉਸ ਨੌਜਵਾਨ ਨੇ ਪੱਥਰ ਨੂੰ ਚੱਕਿਆ ਔਰ ਚੱਕ ਕੇ ਸਾਈਡ 'ਤੇ ਕਰ ਦਿੱਤਾ। ਜਦੋਂ ਸਾਈਡ 'ਤੇ ਕੀਤਾ ਤਾਂ ਗਿਆ ਸਿੱਧਾ ਬਜ਼ੁਰਗ ਕੋ, ਕਹਿੰਦਾ ਇਹ ਗੁਰੂ ਦੇਵ, ਕਿਉਂਕਿ ਗੁਰੂ ਹੀ ਸੀ ਉਹ, ਕਿ ਤੁਹਾਡੀ ਦੱਸੇ ਹੋਏ ਰਸਤੇ 'ਤੇ ਚੱਲਣ ਨਾਲ ਮੈਂ ਪੱਥਰ ਨੂੰ ਬੜੀ ਆਸਾਨੀ ਨਾਲ ਚੱਕ ਕੇ ਸਾਈਡ 'ਤੇ ਕਰ ਦਿੱਤਾ। ਹੁਣ ਮੈਂ ਚੱਲਾਂ ਬਾਪ ਦੇ ਕੋਲ, ਔਰ ਜਦੋਂ ਬਾਪ ਨੂੰ ਦੱਸਿਆ ਤਾਂ ਬਾਪ ਬੜਾ ਖੁਸ਼ ਹੋਇਆ, ਕਹਿੰਦੇ ਬੇਟਾ ਲੈ ਲੈ, ਜੇ ਤੂੰ ਪੱਥਰ ਹਟਾ ਦਿੱਤਾ ਤਾਂ ਲੈ ਫਿਰ ਚੱਲ, ਅੱਜ ਤੇਰਾ ਮੋਟਰਸਾਈਕਲ ਵੀ ਤੈਨੂੰ ਮਿਲ ਜਾਏਗਾ। ਹੁਣ ਕਹਿੰਦੇ ਬਾਪ ਨੇ ਜਾ ਕੇ ਉਹ ਚੀਜ਼ ਦਿੱਤੀ ਤਾਂ ਉਸ ਲਈ ਬੇਟੇ ਨੇ ਬਾਪ ਦਾ ਧੰਨਵਾਦ ਕੀਤਾ, ਕਹਿੰਦਾ ਪਿਤਾ ਜੀ ਸ਼ੁਕਰੀਆ, ਜੇ ਤੁਸੀਂ ਆਹ ਚੁਣੌਤੀ ਮੇਰੇ ਅੱਗੇ ਰੱਖੀ ਸੀ ਤਾਂ ਤੁਹਾਡੀ ਚੁਣੌਤੀ ਰੱਖਣ ਦੀ ਵਜ੍ਹਾ ਨਾਲ ਮੇਰੀ ਤਾਕਤ ਵੀ ਵੱਧ ਗਈ ਹੈ। ਜੇ ਤੁਸੀਂ ਪਹਿਲੇ ਦਿਨ ਹੀ ਮੈਨੂੰ ਚੀਜ਼ ਦੇ ਦਿੱਤੀ ਤਾਂ ਮੇਰੇ ਅੰਦਰ ਲਈ ਚੀਜ਼ ਤਾਂ ਮੈਨੂੰ ਮਿਲ ਜਾਣੀ ਸੀ, ਪਰ ਜਿਹੜੀ ਮੇਰੇ ਅੰਦਰ ਕਮਜ਼ੋਰੀ ਸੀ ਉਹ ਕਦੀ ਦੂਰ ਨਹੀਂ ਹੋਣੀ ਸੀ।
ਕਮਜ਼ੋਰੀ ਦੂਰ ਕਦੋਂ ਹੋਈ? ਜਦੋਂ ਮੈਨੂੰ ਇੱਕ ਮੁਸ਼ਕਿਲ ਦਾ ਸਾਹਮਣਾ ਕਰਨਾ। ਹੁਣ ਇਹ ਕਹਾਣੀ ਨੂੰ ਥੋੜ੍ਹਾ ਜਿਹਾ ਸਮਝੀਏ ਕਿ ਅਸੀਂ ਵੀ ਰੱਬ ਕੋਲੋਂ ਕੋਈ ਚੀਜ਼ ਮੰਗਦੇ ਹਾਂ, ਰੱਬਾ ਮੈਨੂੰ ਤੰਦਰੁਸਤੀ ਦੇ, ਰੱਬਾ ਮੈਨੂੰ ਆਹ ਚੀਜ਼ ਦੇ, ਤਾਂ ਰੱਬ ਵੀ ਇੱਦਾਂ ਦੀਆਂ ਚੁਣੌਤੀਆਂ ਸਾਡੇ ਅੱਗੇ ਰੱਖਦਾ ਹੈ ਕਿ ਭਾਈ ਜੇ ਚੀਜ਼ ਨੂੰ ਪਾਉਣਾ ਹੈ ਤਾਂ ਥੋੜ੍ਹੀ ਮਿਹਨਤ ਕਰ, ਕਿਉਂਕਿ ਚੀਜ਼ ਤਾਂ ਪਰਮਾਤਮਾ ਦੇਵੇਗਾ, ਪਰ ਆਪਣੇ ਆਪ ਨੂੰ ਮਜ਼ਬੂਤ ਬਣਾਉਣ ਵਾਸਤੇ, ਆਪਣੇ ਆਪ ਨੂੰ ਸਟਰੋਂਗ ਕਰਨ ਵਾਸਤੇ, ਆਪਣੇ ਗਿਆਨ ਨੂੰ, ਆਪਣੀ ਅਕਲ ਨੂੰ, ਆਪਣੀ ਸਮਝ ਨੂੰ ਵਧਾਉਣ ਵਾਸਤੇ ਸਾਨੂੰ ਮਿਹਨਤ ਕਹਿ ਦਿਓ ਕਰਨੀ ਪੈਣੀ ਹੈ। ਕਿਉਂਕਿ ਕਿਹਾ ਜਾਂਦਾ ਨਾ ਕਿ ਕੋਈ ਵੀ ਜ਼ਮੀਨ ਦਾ ਟੁਕੜਾ ਆਪਣੇ ਆਪ ਸੁੰਦਰ ਨਹੀਂ ਬਣਤਾ, ਉਸੇ ਆਪਣੀ ਮਿਹਨਤ ਸੇ ਸੁੰਦਰ ਬਣਾਉਣਾ ਪੜਤਾ ਹੈ। ਔਰ ਐਸੇ ਹੀ ਇਨਸਾਨ ਕਾ ਜੀਵਨ ਵੀ ਹੈ, ਇਹ ਗੱਲ ਹਮੇਸ਼ਾ ਯਾਦ ਰੱਖਿਓ, ਕਿਉਂਕਿ ਇਹ ਛੋਟੀ ਛੋਟੀਆਂ ਲਾਈਨਾਂ ਨੂੰ ਸਮਝ ਕੇ ਅਸੀਂ ਆਪਣੇ ਜੀਵਨ ਨੂੰ ਬਦਲ ਸਕਦੇ ਹਾਂ। ਹੁਣ ਇੱਕ ਛੋਟਾ ਜਿਹਾ ਜ਼ਮੀਨ ਦਾ ਟੁਕੜਾ ਹੋਵੇ, ਹੁਣ ਫਰਜ਼ ਕਰੋ ਬੰਦਾ ਕਹਿੰਦਾ ਮੇਰੇ ਕੋ ਆਹ 10 ਮਰਲੇ ਜ਼ਮੀਨ ਹੈ, ਤਾਂ ਹੁਣ ਉਹਨੂੰ ਛੱਡ ਦਿਓ ਤਾਂ ਆਪਣੇ ਆਪ ਸੋਹਣਾ ਬਣ ਜਾਏਗਾ, ਉਹ ਆਪਣੇ ਆਪ ਉੱਥੇ ਕੁਝ ਬਣ ਜਾਏਗਾ। ਜੇ ਉੱਥੇ ਅਸੀਂ ਮਕਾਨ ਵੀ ਬਣਾਉਣਾ ਹੈ ਜਾਂ ਬਗੀਚਾ ਵੀ ਲਾਉਣਾ ਹੈ, ਫੁਲਵਾੜੀ ਵੀ ਲਾਉਣੀ ਹੈ, ਤਾਂ ਉੱਥੇ ਸਾਨੂੰ ਮਿਹਨਤ ਕਹਿ ਦਿਓ ਕਰਨੀ ਪੈਣੀ ਹੈ। ਜੇ ਮਿਹਨਤ ਕਰਾਂਗੇ ਤਾਂ ਉਹ ਜ਼ਮੀਨ ਦੇ ਟੁਕੜੇ ਨੂੰ ਜੋ ਮਰਜ਼ੀ ਬਣਾ ਲਈਏ। ਜ਼ਰਾ ਸਮਝਣਾ, ਇੱਥੇ ਇੱਕ ਸਾਨੂੰ ਫਕੀਰਾਂ ਦੀ ਗੱਲ ਯਾਦ ਆ ਗਈ, ਜ਼ਰਾ ਇਹ ਗੱਲ ਵੀ ਬੜੀ ਸਮਝਣ ਵਾਲੀ ਹੈ। ਇੱਕ ਬਾਦਸ਼ਾਹ ਨੇ ਇੱਕ ਫਕੀਰਾਂ ਨੂੰ ਸਵਾਲ ਕੀਤਾ, ਪਤਾ ਕਿਹੜਾ ਸਵਾਲ ਕੀਤਾ, ਕਹਿੰਦੇ ਇਹ ਫਕੀਰ ਕਿ ਅਗਰ ਇਹ ਜ਼ਿੰਦਗੀ ਦੇਣ ਵਾਲਾ ਰੱਬ ਹੈ, ਇਹ ਜ਼ਿੰਦਗੀ ਦੇਣ ਵਾਲਾ ਪਰਮਾਤਮਾ ਹੈ, ਅਗਰ ਜ਼ਿੰਦਗੀ ਦੇਣ ਵਾਲਾ ਰੱਬ ਹੈ, ਜ਼ਿੰਦਗੀ ਦੇਣ ਵਾਲਾ ਪਰਮਾਤਮਾ ਹੈ, ਤਾਂ ਫਿਰ ਸਾਨੂੰ ਮੁਰਸ਼ਦ ਦੀ ਲੋੜ ਕੀ ਹੈ, ਗੁਰੂ ਦੀ ਲੋੜ ਕੀ ਹੈ? ਜ਼ਰਾ ਸਮਝਣਾ, ਹੋ ਸਕਦਾ ਇਨਸਾਨ ਦੇ ਮਨ 'ਚ ਵੀ ਇਹ ਸਵਾਲ ਹੋਵੇ ਕਿ ਜ਼ਿੰਦਗੀ ਦੇਣ ਵਾਲਾ ਤਾਂ ਉਹ ਰੱਬ ਹੈ, ਜ਼ਿੰਦਗੀ ਦਾ ਦਾਤਾ ਤਾਂ ਉਹ ਪਰਮਾਤਮਾ ਹੈ, ਤਾਂ ਫਿਰ ਸਾਨੂੰ ਗੁਰੂ ਦੀ ਲੋੜ ਕੀ ਹੈ, ਮੁਰਸ਼ਦ ਦੀ ਲੋੜ ਕੀ ਹੈ? ਕਹਿੰਦੇ ਜਦੋਂ ਉਸ ਰਾਜੇ ਨੇ, ਬਾਦਸ਼ਾਹ ਨੇ ਸਵਾਲ ਕੀਤਾ ਨਾ ਫਕੀਰਾਂ ਨੂੰ, ਤਾਂ ਫਕੀਰ ਕਹਿੰਦੇ ਕਿ ਇਹ ਬਾਦਸ਼ਾਹ, ਇਹ ਰਾਜਾ, ਜੀਵਨ ਦੇ ਵਿੱਚ ਗੁਰੂ ਦਾ ਹੋਣਾ ਬਹੁਤ ਜ਼ਰੂਰੀ ਹੈ, ਠੀਕ ਹੈ, ਜ਼ਿੰਦਗੀ ਦੇਣ ਵਾਲਾ ਉਹ ਰੱਬ ਹੈ, ਉਹ ਭਗਵਾਨ ਹੈ, ਪ੍ਰਭੂ ਹੈ, ਪਰਮਾਤਮਾ ਹੈ, ਪਰ ਗੁਰੂ ਦਾ ਹੋਣਾ ਕਿਉਂ ਜ਼ਰੂਰੀ ਹੈ? ਚੱਲ ਤੈਨੂੰ ਦੱਸਦੇ ਹਾਂ, ਕਹਿ ਕੇ ਫਕੀਰ ਰਾਜੇ ਨੂੰ ਨਾਲ ਲੈ ਗਏ। ਰਾਜੇ ਨੂੰ ਲੈ ਕੇ ਇੱਕ ਐਸੀ ਜਗ੍ਹਾ ਗਏ ਜਿੱਥੇ ਇੱਕ ਜ਼ਮੀਨ, ਥੋੜ੍ਹੀ ਜਿਹੀ ਜ਼ਮੀਨ ਸੀ, ਤਰ੍ਹਾਂ ਤਰ੍ਹਾਂ ਦੇ ਰੰਗ ਬਿਰੰਗੇ ਫੁੱਲ ਖਿਲੇ ਹੋਏ ਸੀ। ਉੱਥੇ ਹੁਣ ਕਈ ਜਗ੍ਹਾ ਫੁੱਲਾਂ ਦੀ ਖੇਤੀ ਹੁੰਦੀ ਹੈ, ਕਈਆਂ ਨੇ ਨਾ ਫੁੱਲ ਵੇਚਣ ਵਾਸਤੇ ਫੁੱਲਾਂ ਦੀ ਖੇਤੀ ਕੀਤੀ ਹੁੰਦੀ, ਫੁੱਲ ਲਗਾਏ ਹੁੰਦੇ ਆ। ਹੁਣ ਉਹ ਜ਼ਮੀਨ ਦਾ ਟੁਕੜਾ ਫੁੱਲਾਂ ਨਾਲ ਭਰਿਆ ਸੀ, ਔਰ ਨਾਲ ਹੀ ਜ਼ਮੀਨ ਸੀ ਜਿਹੜੀ ਖਾਲੀ ਪਈ ਹੋਈ ਸੀ, ਬੰਜਰ। ਤਾਂ ਉਸ ਵੇਲੇ ਫਕੀਰਾਂ ਨੇ ਕਿਹਾ ਬਾਦਸ਼ਾਹ ਨੂੰ ਕਿ ਰਾਜਾ ਇੱਧਰ ਦੇਖ, ਆਹ ਜ਼ਮੀਨ ਨੂੰ ਦੇਖ, ਫੁੱਲਾਂ ਨਾਲ ਭਰੀ ਹੋਈ ਹੈ, ਤਾਂ ਆਹ ਜ਼ਮੀਨ ਨੂੰ ਦੇਖ, ਇੱਥੇ ਘਾਸ ਫੂਸ ਉੱਗਿਆ ਹੋਇਆ, ਜੜੀਆਂ ਬੂਟੀਆਂ ਉੱਗੀਆਂ ਹੋਈਆਂ ਹੈ। ਹੁਣ ਕਹਿੰਦੇ ਸਮਝ ਬਾਦਸ਼ਾਹ, ਆਹ ਵੀ ਜ਼ਮੀਨ ਰੱਬ ਦੀ ਹੈ, ਤਾਂ ਆਹ ਵੀ ਜ਼ਮੀਨ ਕਹਿ ਦਿਓ ਰੱਬ ਦੀ ਹੈ, ਪਰ ਇਹ ਜ਼ਮੀਨ ਦੇ ਉੱਪਰ ਫੁੱਲ ਖਿਲੇ ਹੋਏ ਹੈ, ਔਰ ਆਹ ਜ਼ਮੀਨ 'ਤੇ ਘਾਸ ਫੂਸ ਖਿਲਿਆ ਹੋਇਆ ਹੈ, ਹਾਲਾਂਕਿ ਇਹ ਵੀ ਧਰਤੀ ਦਾ ਮਾਲਕ ਉਹ ਰੱਬ ਹੀ ਹੈ, ਤਾਂ ਆਹ ਧਰਤੀ ਦਾ ਮਾਲਕ ਵੀ ਉਹ ਰੱਬ ਹੀ ਹੈ। ਫਿਰ ਫਰਕ ਕੀ ਹੈ? ਫਰਕ ਇਹ ਹੈ ਕਿ ਇਹ ਵੀ ਧਰਤੀ ਰੱਬ ਦੀ ਹੈ, ਇਹ ਵੀ ਧਰਤੀ ਰੱਬ ਦੀ ਹੈ, ਪਰ ਧਰਤੀ ਦੇ ਉੱਪਰ ਅਗਰ ਅਸੀਂ ਫੁੱਲ ਖਿਲਾਉਣੇ ਹੈ ਤਾਂ ਉਹਦੇ ਵਾਸਤੇ ਮਾਲੀ ਦਾ ਹੋਣਾ ਵੀ ਬਹੁਤ ਹੀ ਜ਼ਰੂਰੀ ਹੈ, ਕਿ ਜਦ ਤੱਕ ਬੀਜ ਬੀਜਣ ਵਾਲਾ ਮਾਲੀ ਨਹੀਂ ਹੋਏਗਾ, ਉਹ ਧਰਤੀ ਦੇ ਕਦੀ ਸੁੰਦਰ ਫੁੱਲ ਉੱਗੇ ਨਹੀਂ ਸਕਦੇ। ਠੀਕ ਹੈ, ਧਰਤੀ ਦਾ ਮਾਲਕ ਤਾਂ ਰੱਬ ਹੀ ਹੈ, ਪਰ ਉਹਦੇ ਨਾਲ ਨਾਲ ਉਹ ਧਰਤੀ ਦੀ ਸੰਭਾਲ ਕਰਨ ਵਾਲਾ, ਉਹਦੇ ਅੰਦਰ ਸਹੀ ਬੀਜ ਬੀਜਣ ਵਾਲਾ ਮਾਲੀ ਵੀ ਚਾਹੀਦਾ ਹੈ।
ਕਹਿੰਦੇ ਬਸ ਇਸੇ ਤਰ੍ਹਾਂ ਇਹ ਜ਼ਿੰਦਗੀ ਦਾ ਮਾਲਿਕ ਤਾਂ ਉਹ ਰੱਬ ਹੀ ਹੈ, ਭਗਵਾਨ ਹੀ ਹੈ, ਪਰਮਾਤਮਾ ਹੀ ਹੈ, ਪਰ ਇਹ ਜ਼ਿੰਦਗੀ ਦੇ ਅੰਦਰ ਸਹੀ ਵਿਚਾਰ, ਸਹੀ ਆਦਤਾਂ, ਸਹੀ ਕਰਮਾਂ ਦੀ ਖੇਤੀ ਬੀਜਣ ਵਾਲਾ ਉਹ ਮੁਰਸ਼ਦ ਹੁੰਦਾ ਹੈ ਕਿ ਜਦੋਂ ਇਨਸਾਨ ਦੇ ਜੀਵਨ 'ਚ ਸਹੀ ਵਿਚਾਰ ਜਾਂਦੇ ਹੈ ਤਾਂ ਫਿਰ ਹੀ ਇਨਸਾਨ ਦੇ ਜੀਵਨ 'ਚ ਖੁਸ਼ੀਆਂ ਦੇ ਫੁੱਲ ਕਹਿ ਦਿਓ ਖਿਲਦੇ ਆ। ਇਸ ਲਈ ਸਮਝਣਾ ਜ਼ਰਾ, ਇੱਥੋਂ ਪਤਾ ਲੱਗਦਾ ਕਿ ਜੀਵਨ 'ਚ ਜਿੱਦਾਂ ਹੁਣ ਫਰਜ਼ ਕਰੋ ਇੱਕ ਬੱਚਾ ਜਨਮ ਲੈਂਦਾ ਹੈ, ਹੁਣ ਇੱਕ ਬੱਚਾ ਜਨਮ ਲੈਂਦਾ ਹੈ, ਅਗਰ ਉਹਨੂੰ ਸਹੀ ਸ਼ਿਕਸ਼ਾ ਮਿਲੇ ਤਾਂ ਉਹ ਬੱਚਾ ਸਹੀ ਇਨਸਾਨ ਬਣ ਜਾਏਗਾ, ਅੱਗੇ ਜਾ ਕੇ ਕੋਈ ਬੜਾ ਅਫਸਰ ਬਣ ਜਾਏਗਾ ਤਾਂ। ਪਰ ਜੇ ਉਹ ਬੱਚਾ ਗਲਤ ਰਸਤੇ ਚਲਾ ਜਾਵੇ, ਪੜ੍ਹੇ ਨਾ, ਨਸ਼ੇ ਕਰਨ ਲੱਗ ਜਾਵੇ ਤਾਂ ਉਹੀ ਆਪਣੀ ਜ਼ਿੰਦਗੀ ਨੂੰ ਬਰਬਾਦ ਕਰ ਲਏਗਾ ਕਿ ਨਹੀਂ। ਹੁਣ ਜ਼ਿੰਦਗੀ ਦੇਣ ਵਾਲਾ ਤਾਂ ਜ਼ਿੰਦਗੀ ਤਾਂ ਰੱਬ ਨੇ ਉਹਨੂੰ ਵੀ ਦਿੱਤੀ, ਜ਼ਿੰਦਗੀ ਭਗਵਾਨ ਨੇ ਉਹਨੂੰ ਵੀ ਦਿੱਤੀ, ਪਰ ਅੱਗੇ ਉਹਨੂੰ ਸੰਗਤ ਕਿੱਦਾਂ ਦੀ ਮਿਲਦੀ ਹੈ, ਅੱਗੇ ਉਹਨੂੰ ਸ਼ਿਕਸ਼ਾ ਕਿੱਦਾਂ ਦੀ ਮਿਲਦੀ ਹੈ, ਇਹਦਾ ਪ੍ਰਭਾਵ ਉਹਦੇ ਜੀਵਨ 'ਤੇ ਬਹੁਤ ਬੜਾ ਪੈਂਦਾ ਹੈ। ਸਮਝਦੇ ਹੋ ਕਿ ਨਹੀਂ? ਤਾਂ ਹੀ ਤਾਂ ਦੱਸਿਆ ਜਾਂਦਾ ਕਿ ਇਨਸਾਨ ਦੇ ਜੀਵਨ 'ਚ ਸਹੀ ਸੰਗਤ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ। ਔਰ ਜਿਸ ਤਰ੍ਹਾਂ ਅਸੀਂ ਦੱਸਿਆ ਕਿ ਕੋਈ ਵੀ ਜ਼ਮੀਨ ਦਾ ਟੁਕੜਾ ਆਪਣੇ ਆਪ ਸੁੰਦਰ ਨਹੀਂ ਬਣਤਾ, ਉਸੇ ਸੁੰਦਰ ਬਣਾਉਣ ਕੇ ਲੀਏ ਮਿਹਨਤ ਕਰਨੀ ਪੜਤੀ ਹੈ। ਐਸੇ ਹੀ ਇਨਸਾਨ ਕਾ ਜੀਵਨ ਹੈ ਕਿ ਜੇ ਇਨਸਾਨ ਸੋਚੇ ਕਿ ਜੀਵਨ ਆਪਣੇ ਆਪ ਹੀ ਸੋਹਣਾ ਬਣ ਜਾਵੇ ਤਾਂ ਇਹਦੇ ਵਾਸਤੇ ਵੀ ਸਾਨੂੰ ਮਿਹਨਤ ਕਰਨੀ ਪੈਣੀ ਹੈ, ਇਹਦੇ ਵਾਸਤੇ ਵੀ ਸਾਨੂੰ ਅੱਛੀਆਂ ਆਦਤਾਂ ਅਪਣਾਉਣੀਆਂ। ਇਸੇ ਲਈ ਕਬੀਰ ਸਾਹਿਬ ਨੇ ਕਿਹਾ ਹੈ ਕਿ ਜੋ ਸ਼ਕਤੀ ਬ੍ਰਹਿਮੰਡ ਮੇਂ ਸੋ ਤੁਝਮੇਂ ਵਿਦਮਾਨ, ਕਹਿਤ ਕਬੀਰ ਗਰ ਪਾਣਾ ਚਾਹੋ ਲੈ ਸਤਿਗੁਰ ਸੇ ਗਿਆਨ। ਉਹ ਕਹਿੰਦੇ ਅਗਰ ਉਹ ਸ਼ਕਤੀ ਨੂੰ ਪਾਉਣਾ ਚਾਹੁੰਦਾ ਹੈ, ਉਹ ਸ਼ਕਤੀ ਨੂੰ ਜਾਣਨਾ ਚਾਹੁੰਦਾ ਤਾਂ ਫਿਰ ਸਤਿਗੁਰ ਦੇ ਕੋਲੋਂ ਗਿਆਨ ਲੈ। ਇਸ ਲਈ ਅਸੀਂ ਕਈ ਵਾਰ ਇਹ ਦੱਸੀਦਾ ਹੈ ਕਿ ਇਨਸਾਨ ਆਪਣੇ ਜੀਵਨ ਨੂੰ ਲੈ ਕੇ ਇੰਨੇ ਰੋਣੇ ਰੋਂਦਾ ਹੈ ਦੁੱਖਾਂ ਦੇ ਕਿ ਮੈਨੂੰ ਆਹ ਪ੍ਰੋਬਲਮ, ਮੈਨੂੰ ਆਹ ਬਿਮਾਰੀ, ਮੈਨੂੰ ਆਹ ਤਕਲੀਫ, ਮੈਨੂੰ ਆਹ ਦੁੱਖ, ਪਰ ਅਸੀਂ ਇਹ ਵੀ ਨਾਲ ਕਹੀਦਾ ਹੈ ਕਿ ਦੁੱਖਾਂ ਨੂੰ ਦੇਖਦੇ ਹੋ ਪਰ ਦੁੱਖਾਂ ਦੀ ਦੁਆ ਵੀ ਤੁਹਾਡੇ ਅੰਦਰ ਹੀ ਹੈ। ਹੁਣ ਗੁਰਬਾਣੀ 'ਚ ਕੀ ਕਹਿੰਦੇ ਹੈ, ਸਭ ਦੁੱਖੋਂ ਦਾ ਔਸ਼ਧ, ਸਾਰੇ ਦੁੱਖਾਂ ਦੀ ਔਸ਼ਧ ਹੀ ਕੀ ਹੈ, ਉਹ ਪਰਮਾਤਮਾ ਦਾ, ਪਰ ਕੀ ਅਸੀਂ ਉਹਦੇ ਨਾਮ ਨਾਲ ਜੁੜਦੇ ਹਾਂ? ਤਾਂ ਹੀ ਅਸੀਂ ਪਹਿਲਾਂ ਸਵਾਲ ਕੀਤਾ ਕਿ ਅਸੀਂ ਆਪਣੇ ਅੰਦਰ ਉਹ ਸ਼ਕਤੀ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕਦੀ ਉਹਨੂੰ ਜਾਣਨ ਵਾਸਤੇ ਮਿਹਨਤ ਕਰਦੇ ਹਾਂ ਅਸੀਂ, ਤਾਂ ਜੇ ਮਿਹਨਤ ਹੀ ਨਹੀਂ ਕਰਾਂਗੇ ਤਾਂ ਫਿਰ ਉਹ ਸ਼ਕਤੀ ਪ੍ਰਗਟ ਕਿੱਦਾਂ ਹੋਏਗੀ? ਤਾਂ ਹੀ ਤਾਂ ਕਈ ਵਾਰ ਦੱਸੀਦਾ ਹੈ ਕਿ ਕਬੀਰ ਸਾਹਿਬ ਵੀ ਕਹਿੰਦੇ ਕਿ ਜਿੰਨ ਖੋਜਾ ਤਿੰਨ ਪਾਇਆ, ਕਿ ਅਗਰ ਖੋਜ ਕਰਾਂਗੇ ਤਾਂ ਫਿਰ ਹੀ ਪਾਵਾਂਗੇ, ਤਾਂ ਜੇ ਖੋਜ ਹੀ ਨਾ ਕਰਾਂਗੇ ਤਾਂ ਕਿੱਦਾਂ ਪਤਾ ਲੱਗੇਗਾ ਕਿ ਸਾਡੇ ਅੰਦਰ ਉਹ ਪਰਮਾਤਮਾ ਨੇ ਕੀ ਕੁਛ ਰੱਖਿਆ ਹੋਇਆ ਹੈ? ਇਹ ਐਵੇਂ ਥੋੜ੍ਹੀ ਕਿਹਾ ਗਿਆ ਹੈ ਕਿ ਭੀਖਾ ਭੂਖਾ ਕੋਈ ਨਹੀਂ ਸਭ ਕੀ ਗਠੜੀ ਲਾਲ, ਗਿਰਹਾ ਖੋਲ ਨਾ ਸਕਹੀ ਤਾਂ ਹੀ ਤਾਂ ਤੇ ਭੈ ਕੰਗਾਲ। ਸੰਤ ਭੀਖਾ ਜੀ ਨੇ ਦੇਖੋ ਕਿੰਨੀ ਪਿਆਰੀ ਗੱਲ ਕਹੀ ਹੈ, ਉਹ ਕਹਿੰਦੇ ਸੰਸਾਰ 'ਤੇ ਇੱਥੇ ਦੁਨੀਆਂ 'ਤੇ ਕੋਈ ਵੀ ਨਾ ਗਰੀਬ ਹੈ ਤਾਂ ਨਾ ਹੀ ਬਿਮਾਰ ਹੈ ਨਾ ਹੀ ਭੁੱਖਾ ਹੈ, ਭੀਖਾ ਭੂਖਾ ਕੋਈ ਨਹੀਂ। ਉਹ ਕਹਿੰਦੇ ਕੋਈ ਵੀ ਇੱਥੇ ਗਰੀਬ ਨਹੀਂ ਹੈ, ਸਭ ਕੀ ਗਠੜੀ ਲਾਲ, ਲਾਲ ਦਾ ਮਤਲਬ ਹੁੰਦਾ ਉਹ ਕੀਮਤੀ ਰਤਨ ਸਭ ਦੇ ਅੰਦਰ ਹੈ, ਪਰ ਫਿਰ ਵੀ ਇਨਸਾਨ ਦੀ ਜ਼ਿੰਦਗੀ ਦੁੱਖਾਂ 'ਚ ਕਿਉਂ ਗੁਜ਼ਰ ਰਹੀ ਹੈ, ਫਿਰ ਵੀ ਇਨਸਾਨ ਪਰੇਸ਼ਾਨੀਆਂ 'ਚ ਜ਼ਿੰਦਗੀ ਕਿਉਂ ਜੀ ਰਿਹਾ ਹੈ? ਕਿਉਂਕਿ ਗਿਰਹਾ ਖੋਲ ਨਾ ਸਕਹੀ ਤਾਂ ਤੇ ਭੈ, ਕਿਉਂਕਿ ਇਨਸਾਨ ਨੂੰ ਆਪਣੇ ਅੰਦਰ ਜਿੱਥੇ ਉਹ ਲਾਲ ਛੁਪਿਆ ਬੈਠਾ ਨਾ, ਉਹ ਗੱਠ ਖੋਲਣੀ ਨਹੀਂ ਬੰਦੇ ਨੂੰ ਆਉਂਦੀ। ਅਗਰ ਉਹ ਗੰਢ ਖੋਲਣੀ ਬੰਦਾ ਸਿੱਖ ਲਵੇ ਔਰ ਉਹ ਲਾਲ ਦਾ ਪਤਾ ਲੱਗ ਜਾਵੇ ਤਾਂ ਫਿਰ ਉਹਨੂੰ ਪਤਾ ਲੱਗੇ ਕਿ ਮੈਂ ਤਾਂ ਐਵੇਂ ਦੁੱਖਾਂ ਦੇ ਰੋਣੇ ਰੋਂਦਾ ਸੀ, ਉਹ ਸਾਰੀਆਂ ਮੁਸ਼ਕਿਲਾਂ ਦਾ ਹੱਲ ਤਾਂ ਮੇਰੇ ਅੰਦਰ ਹੀ ਸੀ। ਇੱਥੇ ਦੇਖੋ ਸ਼੍ਰੀ ਕ੍ਰਿਸ਼ਨ ਨੇ ਵੀ ਕਿੰਨੀ ਪਿਆਰੀ ਗੱਲ ਕਹੀ ਹੈ। ਅੱਜ ਥੋੜ੍ਹੀ ਜਿਹੀ ਤੁਹਾਨੂੰ ਇਹ ਯੁਕਤੀ ਦੇ ਦਈਏ ਕਿ ਤੁਹਾਡੀ ਆਤਮਾ ਦਾ ਤੇਜ ਕਿੱਦਾਂ ਵੱਧਦਾ ਹੈ ਔਰ ਕਿਹੜੀਆਂ ਉਹ ਆਦਤਾਂ ਹੈ ਜਿਹਦੇ ਨਾਲ ਸਾਡੀ ਆਤਮਾ ਦਾ ਵੱਲ ਘਟਦਾ ਹੈ ਔਰ ਕਿਹੜੀ ਉਹ
ਕਿਹੜੀਆਂ ਉਹ ਆਦਤਾਂ ਹੈ ਜਿਹਦੇ ਨਾਲ ਸਾਡੀ ਆਤਮਾ ਦਾ ਤੇਜ ਵੱਧਦਾ ਹੈ? ਤਾਂ ਸ਼੍ਰੀ ਕ੍ਰਿਸ਼ਨ ਨੇ ਬੜੀ ਪਿਆਰੀ ਗੱਲ ਕਹੀ ਹੈ, ਜ਼ਰਾ ਸਮਝਣਾ। ਸ਼੍ਰੀ ਕ੍ਰਿਸ਼ਨ ਦੀ ਇੱਕ ਬੜੀ ਪਿਆਰੀ ਲਾਈਨ ਹੈ, ਉਹ 'ਚੋਂ ਦੱਸਦੇ ਹੈ ਕਿ ਕ੍ਰੋਧ, ਨਫ਼ਰਤ, ਸ਼ੋਗ, ਚਿੰਤਾ, ਡਰ ਸੇ। ਜ਼ਰਾ ਹੁਣ ਗੌਰ ਕਰਨਾ, ਕਿਹੜੀ ਕਿਹੜੀ ਚੀਜ਼ ਕਹੀ ਹੈ? ਕ੍ਰੋਧ, ਨਫ਼ਰਤ, ਸ਼ੋਗ, ਚਿੰਤਾ, ਡਰ ਸੇ ਆਤਮਿਕ ਵੱਲ ਕੰਮ ਹੋ ਜਾਤਾ ਹੈ। ਪ੍ਰੇਮ, ਵਿਸ਼ਵਾਸ, ਮੁਸਕੁਰਾਹਟ, ਧਿਆਨ ਔਰ ਪ੍ਰਾਰਥਨਾ ਸੇ ਆਤਮਿਕ ਵੱਲ ਵੱਧ ਜਾਤਾ ਹੈ। ਹੁਣ ਇਹ ਪੰਜ ਚੀਜ਼ਾਂ ਕਹੀਆਂ ਜਿਹਦੇ ਨਾਲ ਸਾਡਾ ਆਤਮਿਕ ਵੱਲ ਘੱਟ ਜਾਂਦਾ ਹੈ, ਤਾਂ ਪੰਜ ਚੀਜ਼ਾਂ ਕਹੀਆਂ ਜਿਹਦੇ ਨਾਲ ਸਾਡਾ ਆਤਮਿਕ ਵੱਲ, ਸਾਡੀ ਹਿੰਮਤ, ਸਾਡਾ ਹੌਸਲਾ ਕਹਿ ਦਿਓ। ਹੁਣ ਉਹ ਕਿਹੜੀ ਕਿਹੜੀ ਚੀਜ਼ ਹੈ? ਅਗਰ ਤੁਸੀਂ ਵੀ ਆਪਣੇ ਜੀਵਨ ਦੀਆਂ ਮੁਸ਼ਕਿਲਾਂ ਦਾ ਹੱਲ ਕਰਨਾ ਚਾਹੁੰਦੇ ਹੋ, ਤਾਂ ਫਿਰ ਜਿਹੜੀਆਂ ਚੀਜ਼ਾਂ ਸਾਡੇ ਆਤਮਿਕ ਵੱਲ ਨੂੰ ਘਟਾਉਂਦੀਆਂ ਹੈ, ਉਹਨਾਂ ਚੀਜ਼ਾਂ ਨੂੰ ਅਸੀਂ ਬੰਦ ਕਰ ਦਈਏ, ਔਰ ਜਿਹੜੀਆਂ ਚੀਜ਼ਾਂ ਸਾਡੇ ਆਤਮਿਕ ਵੱਲ ਨੂੰ ਵਧਾਉਂਦੀਆਂ ਉਹਨਾਂ ਚੀਜ਼ਾਂ ਨੂੰ ਅਸੀਂ ਸ਼ੁਰੂ ਕਰ ਦਈਏ ਅੱਜ ਤੋਂ। ਹੁਣ ਸਮਝ ਲੈਣਾ ਜ਼ਰਾ ਕਿ ਪਹਿਲੀ ਉਹਨਾਂ ਨੇ ਚੀਜ਼ ਕਹੀ ਹੈ, ਜਾਂ ਕਿਹੜੀ ਚੀਜ਼ ਨਾਲ ਆਤਮਿਕ ਵੱਲ ਘਟਦਾ ਹੈ? ਕ੍ਰੋਧ। ਉਹ ਕਹਿੰਦੇ ਜਿੰਨਾ ਜ਼ਿਆਦਾ ਬੰਦਾ ਕ੍ਰੋਧ ਕਰਦਾ ਹੈ ਨਾ, ਕ੍ਰੋਧ ਕਰਕੇ ਦੂਜੇ ਦਾ ਨੁਕਸਾਨ ਘੱਟ ਹੁੰਦਾ ਪਰ ਆਪਣਾ ਨੁਕਸਾਨ ਕਹਿ ਦਿਓ। ਹੁਣ ਫਰਜ਼ ਕਰੋ ਬੰਦਾ ਬੈਠਾ ਹੈ, ਬੰਦਾ ਕਹਿੰਦਾ ਮੇਰੇ ਉੱਤੇ ਬੜਾ ਕ੍ਰੋਧ ਆ ਰਿਹਾ, ਬੜਾ ਗੁੱਸਾ ਆ ਰਿਹਾ ਹੈ। ਉਹ ਹੱਸ ਰਿਹਾ ਹੈ, ਤੁਸੀਂ ਗੁੱਸੇ 'ਚ ਆਪਣੇ ਆਪ ਨੂੰ ਅੰਦਰੋਂ ਸਾੜੀ ਜਾ ਰਹੇ ਹੋ, ਆਪਣਾ ਬੀਬੀ ਵਧਾਈ ਜਾਂਦੇ ਹੋ, ਤਾਂ ਫਿਰ ਨੁਕਸਾਨ ਕਿਹਦਾ ਹੋ ਰਿਹਾ? ਉਹਦਾ ਤਾਂ ਨੁਕਸਾਨ ਨਹੀਂ ਹੋ ਰਿਹਾ, ਨੁਕਸਾਨ ਤੁਸੀਂ ਕਹਿ ਦਿਓ, ਤਾਂ ਫਿਰ ਸਮਝਦਾਰੀ ਹੈ ਜਰਾ ਦੱਸਣਾ ਸਾਰੇ। ਹੁਣ ਇਹ ਉੱਦਾਂ ਹੀ ਹੈ, ਇਹਨੂੰ ਇੱਦਾਂ ਸਮਝ ਲਓ ਕਿ ਗੁੱਸਾ ਸਾਨੂੰ ਕਿਸੇ 'ਤੇ ਆ ਰਿਹਾ ਤਾਂ ਕੋਇਲੇ ਚੱਕ ਕੇ ਆਪਣੇ ਹੱਥ 'ਚ ਨਾ ਹੱਥ ਆਪਣੇ ਸਾੜੀ ਜਾਈਏ। ਹੁਣ ਕੋਇਲਿਆਂ ਨੂੰ ਕਿਉਂ ਅਸੀਂ ਮਿਸਾਲ ਦਿੱਤੀ ਕਿ ਕੋਇਲੇ ਨਜ਼ਰ ਆਉਂਦੇ ਕਿ ਹੱਥ ਸੜ ਰਿਹਾ ਹੈ, ਪਰ ਕ੍ਰੋਧ ਅੰਦਰੋਂ ਸਾੜ ਰਿਹਾ, ਉਹ ਨਜ਼ਰ ਨਹੀਂ ਆਉਂਦਾ, ਪਰ ਉਹਦਾ ਪ੍ਰਭਾਵ ਵੀ ਸਾਡੇ ਜੀਵਨ 'ਤੇ ਪੈਂਦਾ ਹੈ, ਬਾਹਰੋਂ ਬੇਸ਼ੱਕ ਨਜ਼ਰ ਨਾ ਆਵੇ। ਪਰ ਜਦੋਂ ਅਸੀਂ ਜਿੰਨਾ ਜ਼ਿਆਦਾ ਕ੍ਰੋਧ ਕਰਦੇ, ਗੁੱਸਾ ਕਰਦੇ ਹਾਂ, ਉਹਦਾ ਸਾਡੇ ਸਿਹਤ 'ਤੇ ਵੀ ਅਸਰ ਪੈਂਦਾ ਹੈ, ਸਾਡੇ ਜੀਵਨ ਦੀਆਂ ਖੁਸ਼ੀਆਂ 'ਤੇ ਵੀ ਅਸਰ ਪੈਂਦਾ ਹੈ, ਸਾਡੇ ਘਰ ਪਰਿਵਾਰ 'ਤੇ ਵੀ ਅਸਰ ਉਹਦਾ ਪੈਂਦਾ ਹੈ। ਇਹ ਗੱਲ ਯਾਦ ਰੱਖਣੀ। ਤਾਂ ਜਿਹੜਾ ਸਮਝਦਾਰ ਬੰਦਾ ਹੋਏਗਾ, ਉਹ ਕਹੇਗਾ ਭਾਈ ਕਿਸੇ ਗਲਤੀ ਕਿਸੇ ਦੀ, ਤਾਂ ਗੁੱਸਾ ਕਰਕੇ ਮੈਂ ਸਜ਼ਾ ਆਪਣੇ ਆਪ ਨੂੰ ਦੇ ਰਿਹਾ, ਜਿਹ 'ਚ ਸਮਝਦਾਰੀ ਕਾਹਦੀ ਹੈ? ਜਵਾਬ ਦੇ ਦਿਓ ਸਾਨੂੰ। ਹੁਣ ਫਰਜ਼ ਕਰੋ ਜਿੱਦਾਂ ਮਹਾਤਮਾ ਬੁੱਧ ਬੈਠੇ ਸੀ, ਇੱਕ ਆਦਮੀ ਆਇਆ ਗਾਲੀ ਦੇ ਗਿਆ, ਤਾਂ ਜਦੋਂ ਗਾਲੀ ਦੇਣ ਲੱਗਾ, ਮਹਾਤਮਾ ਬੁੱਧ ਦੇਖ ਰਹੇ ਆ, ਗਾਲੀ ਦੇ ਕੇ ਚਲਾ ਗਿਆ, ਮਹਾਤਮਾ ਬੁੱਧ ਮੁਸਕੁਰਾ ਰਹੇ ਹੈ, ਤਾਂ ਨਾਲ ਬੈਠੇ ਇੱਕ ਸੇਵਕ ਨੇ ਕਿਹਾ ਮਹਾਰਾਜ ਗਾਲੀ ਦੇ ਗਿਆ ਔਰ ਤੁਸੀਂ ਹੱਸ ਰਹੇ ਹੋ। ਉਹ ਕਹਿੰਦੇ ਗਾਲੀ ਉਹਨਾਂ ਦਿੱਤੀ, ਗਲਤੀ ਉਹਨਾਂ ਕੀਤੀ, ਤਾਂ ਮੈਂ ਦੁਖੀ ਕਿਉਂ ਹੋਵਾਂ? ਕਿਉਂਕਿ ਜਿਹੜਾ ਗਲਤੀ ਕਰ ਰਿਹਾ ਹੈ, ਜਿਹੜਾ ਬੁਰਾ ਕਰ ਰਿਹਾ, ਫਲ ਉਹਨੂੰ ਮਿਲੇਗਾ। ਮੈਂ ਤਾਂ ਅੱਛਾ ਕਰ ਰਿਹਾ ਕਿਉਂਕਿ ਮੈਂ ਆਪਣੇ ਰੱਬ ਨੂੰ ਅੰਦਰ ਬੈਠਾ ਯਾਦ ਕਰ ਰਿਹਾ, ਤਾਂ ਮੈਨੂੰ ਗੁੱਸਾ ਕਰਨ ਦੀ ਕੀ ਲੋੜ ਹੈ? ਇਹ ਬੜੀ ਪਿਆਰੀ ਗੱਲ ਸਮਝਣ ਵਾਲੀ ਹੈ। ਹੁਣ ਬੰਦਾ ਕਹਿੰਦਾ ਉਹਨਾਂ ਗਾਲੀ ਦਿੱਤੀ ਤਾਂ ਮੈਨੂੰ ਗੁੱਸਾ ਆ ਗਿਆ, ਤਾਂ ਉਹ ਤਾਂ ਗਾਲੀ ਦੇ ਕੇ ਚਲਾ ਗਿਆ, ਗੁੱਸਾ ਕਰਕੇ ਤੂੰ ਨੁਕਸਾਨ ਕਿਹਦਾ ਕਰ ਰਿਹਾ? ਇਸ ਕਰਕੇ ਸਾਨੂੰ ਚਾਹੀਦਾ, ਉਹ ਤਾਂ ਮੂਰਖ ਹੈ, ਕਿਉਂਕਿ ਜਿਹਦੇ ਕੋਲ ਜੋ ਹੋਏਗਾ, ਜਿੱਦਾਂ ਅਸੀਂ ਇੱਕ ਸ਼ੇਰ ਕਹੀਦਾ ਹੈ ਕਿ ਮੈਂ ਉਸਨੇ ਉਛਾਲਾ ਕੀਚੜ, ਮੈਨੇ ਉਛਾਲਾ ਗੁਲਾਲ। ਗੁਲਾਲ ਕਹਿੰਦੇ ਰੰਗ ਨੂੰ, ਉਛਾਲਣ ਦਾ ਮਤਲਬ ਫੈਂਕਣਾ, ਦੂਜੇ ਦੇ ਉੱਪਰ ਸੁੱਟਣਾ। ਉਸਨੇ ਉਛਾਲਾ ਕੀਚੜ, ਮੈਨੇ ਉਛਾਲਾ ਗੁਲਾਲ। ਉਸਨੇ ਉਛਾਲਾ ਕੀਚੜ, ਮੈਨੇ ਉਛਾਲਾ ਗੁਲਾਲ, ਉਹ ਜਿਸਕੇ ਪਾਸ ਜੋ ਥਾ ਉਸਨੇ ਦਿਆ ਉਛਾਲ। ਇਹ ਗੱਲ ਸਮਝਣੀ ਜ਼ਰਾ ਕਿ ਅਗਰ ਕੋਈ ਚਿੱਕੜ ਉਛਾਲਦਾ ਤਾਂ ਇਹਦਾ ਮਤਲਬ ਉਹਦੇ ਕੋਲ ਹੈ ਹੀ ਚਿੱਕੜ। ਜੇ ਕੋਈ ਬੁਰੇ ਬੋਲ ਬੋਲਦਾ ਤਾਂ ਮਤਲਬ ਖੁਦ ਬੁਰਾ ਹੈ, ਤਾਂ ਹੀ
ਬੁਰੇ ਬੋਲ ਬੋਲ ਰਿਹਾ ਹੈ ਤਾਂ ਬਾਈ ਫਿਰ ਗੁੱਸਾ ਕੀ ਕਰਨਾ ਹੈ? ਸੱਪ ਦੇ ਕੋਲੋਂ ਅਸੀਂ ਅੰਮ੍ਰਿਤ ਦੀ ਉਮੀਦ ਤਾਂ ਕਰ ਨਹੀਂ ਸਕਦੇ, ਜ਼ਹਿਰੀ ਉਹਨਾਂ ਦੇ ਕੋਲ। ਹੁਣ ਬੰਦਾ ਸੱਪ ਨੂੰ ਹੱਥ ਲਾਵੇ, ਪਹਿਲਾਂ ਦੁੱਧ ਪਿਲਾਵੇ, ਬਾਅਦ 'ਚੋਂ ਹੱਥ ਲਾਵੇ। ਲੈ ਉਹ ਲਿਆ, ਮੈਂ ਤਾਂ ਯਾਰ ਤੈਨੂੰ ਦੁੱਧ ਪਿਲਾਇਆ ਸੀ, ਤੂੰ ਮੈਨੂੰ ਡੰਗ ਮਾਰ ਰਿਹਾ, ਅਤੇ ਤੇਰੀ ਮੂਰਖਤਾ ਆ ਭਾਈ। ਸੱਪ ਨੂੰ ਚਾਹੇ ਜਿੰਨਾ ਮਰਜ਼ੀ ਦੁੱਧ ਪਿਲਾਓ ਨਾ ਮਾਰਨਾ। ਇਸ ਲਈ ਉੱਥੇ ਪਹਿਲੀ ਕੋਮਨ ਸੈਂਸ ਸਮਝ ਲੈ ਕਿ ਜਿਹਨੇ ਕੋਲ ਜੋ ਹੈ ਉਹਨਾਂ ਉਹੀ। ਇੱਕ ਬੋਰੀ ਅੰਦਰ ਅਗਰ ਸ਼ੱਕਰ ਹੈ ਤਾਂ ਫੇਰ ਹੀ ਸ਼ੱਕਰ ਦੀ ਉਮੀਦ ਕਰ ਸਕਦੇ, ਜੇ ਭਰੇ ਹੀ ਉਹਦੇ ਅੰਦਰ ਨਮਕ ਹੈ ਤਾਂ ਉਹਦੇ ਕੋਲੋਂ ਸ਼ੱਕਰ ਦੀ ਉਮੀਦ ਕਿੱਦਾਂ ਕਰ ਸਕਦੇ ਹਾਂ? ਪਰ ਇਹਦਾ ਮਤਲਬ ਇਹ ਨਹੀਂ ਗੀ ਕਿ ਉਹਦੇ ਕੋਲ ਜ਼ਹਿਰ ਹੈ ਤਾਂ ਤੂੰ ਵੀ ਜ਼ਹਿਰੀਲਾ ਬਣ ਜਾ। ਉਹਦੇ ਕੋਲ ਜ਼ਹਿਰ ਹੈ, ਉਹਨੂੰ ਜ਼ਹਿਰੀਲਾ ਰਹਿਣ ਦੇ, ਤੂੰ ਆਪਣੇ ਅੰਦਰ ਮਿਠਾਸ ਰੱਖ, ਕਿਉਂਕਿ ਉਹਦੇ ਕਰਮ ਦਾ ਫਲ ਉਹਨੂੰ ਮਿਲਣਾ ਤਾਂ ਤੇਰੇ ਕਰਮ ਦਾ ਫਲ ਕਹਿ ਦਿਓ। ਕਿਉਂਕਿ ਕਹਿੰਦੇ ਨਾ ਜੈਸੀ ਕਰਨੀ, ਅਗਰ ਉਹ ਬੁਰਾ ਕਰ ਰਿਹਾ ਹੈ ਤਾਂ ਕਰਨ ਦਿਓ, ਕਿਉਂਕਿ ਉਹਦੀ ਬੁਰਾਈ ਉਹਦੇ ਅੱਗੇ ਆਉਣੀ ਹੈ, ਪਰ ਮੈਂ ਉਹਦੇ ਪਿੱਛੇ ਲਾ ਕੇ ਬੁਰਾ ਕਿਉਂ ਕਰਾਂ? ਇਸ ਲਈ ਕਿਹਾ ਜਾਂਦਾ ਹੈ ਕਿ ਅਗਰ ਕੋਈ ਬੁਰਾ ਕਰਦਾ ਹੈ ਔਰ ਅਸੀਂ ਗੁੱਸਾ ਕਰਦੇ ਹਾਂ, ਕ੍ਰੋਧ ਕਰਦੇ ਹਾਂ, ਤਾਂ ਗਲਤੀ ਉਹ ਕਰ ਰਿਹਾ ਤਾਂ ਸਜ਼ਾ ਅਸੀਂ ਆਪਣੇ ਆਪ ਨੂੰ ਦੇ ਰਹੇ ਹਾਂ। ਔਰ ਉਹਦੇ ਨਾਲ ਜਿੱਦਾਂ ਦੱਸਿਆ ਸਾਡੀ ਸਿਹਤ 'ਤੇ ਵੀ ਇਫੈਕਟ ਪੈਂਦਾ ਹੈ, ਸਾਡੇ ਖੁਸ਼ੀਆਂ 'ਤੇ ਵੀ ਇਫੈਕਟ ਪੈਂਦਾ ਹੈ, ਸਾਡੇ ਪਰਿਵਾਰ ਦੇ ਉੱਪਰ ਵੀ ਉਹਦਾ ਪ੍ਰਭਾਵ ਪੈਂਦਾ ਹੈ। ਇਸ ਲਈ ਉਹ ਕਹਿੰਦੇ ਕ੍ਰੋਧ ਨਾ ਕਰ, ਕਿਉਂ ਕਿਹੜੀ ਕਿਹੜੀ ਚੀਜ਼ ਨਾਲ ਸਾਡਾ ਆਤਮਿਕ ਵੱਲ ਕੰਮ ਹੁੰਦਾ ਹੈ? ਕ੍ਰੋਧ। ਦੂਸਰੀ ਗੱਲ ਕਹੀ ਨਫ਼ਰਤ, ਕਿ ਐਵੇਂ ਨਾ ਦਿਲ 'ਚ ਕਿਸੇ ਵਾਸਤੇ ਨਫ਼ਰਤ ਰੱਖਿਆ ਕਰ। ਕਿਉਂਕਿ ਬੰਦਾ ਬੈਠਾ ਮਨ 'ਚ ਸੋਚਦਾ ਰਹਿੰਦਾ ਉਹਦੇ ਨਾਲ ਮੈਨੂੰ ਬਹੁਤ ਨਫ਼ਰਤ ਹੈ, ਮੈਂ ਉਹਨੂੰ ਪਸੰਦ ਨਹੀਂ ਕਰਦਾ, ਅਤੇ ਇਹ ਵੀ ਗੱਲਾਂ, ਇਹ ਵੀ ਉਹ ਬੁਰੀ ਆਦਤ ਹੈ ਕਿ ਅਗਰ ਇਹ ਨਫ਼ਰਤ ਤੇਰੇ ਅੰਦਰ ਰਹੇਗੀ ਤਾਂ ਇਹ ਵੀ ਤੇਰੇ ਜੀਵਨ ਨੂੰ ਅੰਦਰੋਂ ਅੰਦਰ, ਜਿੱਦਾਂ ਇੱਕ ਲੱਕੜ ਨੂੰ ਘੁਣ ਖਾਂਦੀ ਹੈ ਨਾ, ਤਾਂ ਉਹ ਦੇਖਣ ਨੂੰ ਲੱਕੜ ਬਾਹਰੋਂ ਚੰਗੀ ਲੱਗਦੀ ਪਰ ਅੰਦਰੋਂ ਅੰਦਰ ਉਹਨੂੰ ਖੋਖਲਾ ਖਾਲੀ ਕਰਦੀ ਚਲੀ ਜਾਂਦੀ ਹੈ। ਉਹ ਵੀ ਦੱਸ ਦੇ ਕਿ ਕ੍ਰੋਧ ਨਫ਼ਰਤ ਇਹ ਵੀ ਉਹ ਘੁਣ ਦੀ ਤਰ੍ਹਾਂ ਹੈ ਜਿਹੜੇ ਤੈਨੂੰ ਅੰਦਰੋਂ ਅੰਦਰ ਤੇਰੇ ਜੀਵਨ ਦੀਆਂ ਖੁਸ਼ੀਆਂ ਨੂੰ ਖਤਮ ਕਰ ਰਹੇ ਹੈ। ਇਸ ਲਈ ਅਗਰ ਕੋਈ ਬੁਰਾ ਵੀ ਹੈ ਤੂੰ ਨਫ਼ਰਤ ਨਾ ਕਰ, ਤੂੰ ਇਹ ਕਹਿ ਕੇ ਰੱਬ ਦੀ ਬਣਾਈ ਸਾਰੀ ਦੁਨੀਆ, ਇਸ ਲਈ ਮੈਨੂੰ ਸਭ ਨਾਲ ਹੀ ਪਿਆਰ ਹੈ। ਤੂੰ ਆਪਣੇ ਮਨ 'ਚ ਕਿਸੇ ਵਾਸਤੇ ਨਫ਼ਰਤ ਨਾ ਰੱਖ, ਅਗਰ ਕੋਈ ਬੁਰਾ ਵੀ ਕਰਦਾ ਹੈ ਤਾਂ ਆਪਣੇ ਵਾਸਤੇ ਕਰੇਗਾ। ਤੂੰ ਨਫ਼ਰਤ ਰੱਖ ਕੇ ਆਪਣੇ ਜੀਵਨ ਨੂੰ ਦੁੱਖਾਂ 'ਚ ਨਾ ਪਾ, ਆਪਣੇ ਜੀਵਨ ਦੀ ਸ਼ਕਤੀ ਨੂੰ ਘਟਾ ਨਾ। ਹੁਣ ਜ਼ਰਾ ਗੌਰ ਕਰੋ। ਇਸ ਲਈ ਉਹਨਾਂ ਨੇ ਕਿਹਾ ਕ੍ਰੋਧ ਨਫ਼ਰਤ ਸ਼ੋਗ। ਸ਼ੋਗ ਦਾ ਮਤਲਬ ਹੁੰਦਾ ਹੈ ਕਿ ਹਰ ਵੇਲੇ ਹੋਏ ਮੇਰਾ ਇੰਨੇ ਸਾਲ ਪਹਿਲਾਂ ਆਹ ਨੁਕਸਾਨ ਹੋ ਗਿਆ, ਮੇਰਾ ਆਹ ਬੁਰਾ ਹੋ ਗਿਆ, ਹਰ ਵੇਲੇ ਰੋਣਾ ਦੁੱਖਾਂ ਦਾ। ਕਹਿ ਦਿਓ ਰੋਈ ਜਾਣਾ, ਹੁਣ ਜੋ ਹੋ ਗਿਆ ਜਿੰਨਾ ਮਰਜ਼ੀ ਰੋ ਲਓ, ਹੁਣ ਉਹ ਬਦਲ ਥੋੜ੍ਹੀ ਜਾਣਾ ਹੈ। ਜਿੰਨੀ ਜਲਦੀ ਹੋ ਸਕਦਾ ਕਹੋ ਤੇਰਾ ਭਾਣਾ ਮੀਠਾ ਲਾਗੇ, ਇਹ ਬੁਰਾ ਹੋ ਗਿਆ ਕੋਈ ਗੱਲ ਨਹੀਂ, ਹੁਣ ਮੈਂ ਅੱਗੇ ਅੱਛੇ ਦੀ ਤਿਆਰੀ ਕਰਾਂ, ਹੁਣ ਮੈਂ ਅੱਗੇ ਅੱਛਾ ਕੀ ਕਰ ਸਕਦਾ ਹੈ। ਜੇ ਤਾਂ ਫਰਜ਼ ਕਰੋ ਬੰਦੇ ਦਾ ਕੋਈ ਨੁਕਸਾਨ ਹੋ ਗਿਆ, ਹੁਣ ਉਹ ਨੁਕਸਾਨ ਨੂੰ ਲੈ ਕੇ ਬੰਦਾ ਸਾਰੀ ਜ਼ਿੰਦਗੀ ਰੋ ਵੀ ਸਕਦਾ ਹੈ, ਜਾਂ ਇਹ ਵੀ ਸੋਚ ਸਕਦਾ ਜਿਹੜਾ ਨੁਕਸਾਨ ਹੋਣਾ ਸੀ ਉਹ ਤਾਂ ਹੋ ਗਿਆ, ਹੁਣ ਮੇਰੇ ਰੋਣਾ ਇਹ ਤਾਂ ਠੀਕ ਹੋਣਾ ਨਹੀਂ, ਤਾਂ ਹੁਣ ਰੋ ਰੋ ਕੇ ਮੈਂ ਆਪਣੇ ਦੁੱਖ ਨੂੰ ਵਧਾਉਣਾ ਕਿਉਂ? ਕਿਉਂ ਨਾ ਇਹਨੂੰ ਭੁੱਲ ਕੇ ਮੈਂ ਅਗਲੀ ਅੱਛੇ ਦੀ ਤਿਆਰੀ, ਅੱਗੇ ਮੈਂ ਅੱਛਾ ਕੁਛ ਕਰਾਂ, ਅੱਗੇ ਮੈਂ ਮਿਹਨਤ ਕਰਾਂ। ਕਿਉਂਕਿ ਇੱਕ ਬੰਦੇ ਦਾ ਫਰਜ਼ ਕਰੋ, ਬੰਦਾ ਕਹਿੰਦਾ ਮੇਰਾ 5 ਲੱਖ ਦਾ ਨੁਕਸਾਨ ਹੋ ਗਿਆ, ਹੁਣ ਉਹਦੇ ਬਾਰੇ ਰੋ ਰੋ ਕੇ, ਉਹ 5 ਲੱਖ ਤਾਂ ਠੀਕ ਨਹੀਂ ਹੋਣਾ, ਉਹਦੇ ਬਾਰੇ ਰੋ ਰੋ ਕੇ ਦੁਖੀ ਹੋਣ ਨਾਲੋਂ ਚੰਗਾ ਬੰਦਾ ਕਹਿੰਦਾ 5 ਗਿਆ ਕੋਈ ਗੱਲ ਨਹੀਂ, ਮਿਹਨਤ ਕਰਾਂਗੇ ਦੁਬਾਰਾ, ਜੇ 5 ਗਿਆ ਤਾਂ 10 ਮਿਹਨਤ ਨਾਲ ਕਮਾ ਵੀ ਲਵਾਂਗੇ। ਹੁਣ ਉਹ ਧਿਆਨ ਇਹਦਾ ਮਤਲਬ ਅੱਗੇ ਰੱਖੀਏ ਤਾਂ ਫਿਰ ਸਾਨੂੰ ਖੁਸ਼ੀ ਵੀ ਜਲਦੀ ਮਿਲਦੀ ਹੈ ਔਰ ਅਸੀਂ ਜੀਵਨ 'ਚ ਕਾਮਯਾਬ ਵੀ ਹੋ ਜਾਂਦੇ ਹਾਂ। ਤਾਂ ਜੇ ਉਹਦਾ ਹੀ ਰੋਣਾ ਰੋਈ ਜਾਵਾਂਗੇ ਤਾਂ ਫਿਰ ਅਸੀਂ ਅੱਗੇ ਕਦੀ ਵੱਧ ਕਹਿ ਦਿਓ ਅਗਲੀ ਖੁਸ਼ੀ ਦੀ ਕਦੀ ਤਿਆਰੀ ਅਸੀਂ ਕਰ ਪਾਵਾਂਗੇ ਹੀ ਨਹੀਂ। ਇਸ ਲਈ ਉਹ ਕਹਿੰਦੇ ਸ਼ੋਕ ਵੀ ਜ਼ਿਆਦਾ ਨਾ ਕਰ, ਸ਼ੋਕ ਕਰ ਪਰ ਉਹਦਾ ਵੀ ਇੱਕ ਟਾਈਮ ਰੱਖ। ਜਿੱਦਾਂ ਫਰਜ਼ ਕਰੋ ਕੋਈ ਨੁਕਸਾਨ ਹੋ ਗਿਆ ਤਾਂ ਆਪਣੇ ਆਪ ਨੂੰ ਪਹਿਲੀ ਕਿੰਨੇ ਦਿਨ ਮੈਂ ਇਹਦੇ ਵਾਸਤੇ ਦੁਖੀ ਰਹਿਣਾ ਹੈ? ਇੱਕ ਦਿਨ, 2 ਦਿਨ, 2 ਘੰਟੇ, 4 ਘੰਟੇ, 5 ਘੰਟੇ?
ਚਾਰ ਦਿਨ ਪੰਜ ਦਿਨ ਪਹਿਲਾਂ ਹੀ ਫੈਸਲਾ ਕਰ ਲਿਆ ਕਿ ਇਸ ਤੋਂ ਜ਼ਿਆਦਾ ਸ਼ੋਕ ਮੈਂ ਸਮਝਦੇ ਹੋ ਕਿ ਨਹੀਂ, ਉਹ ਕਿੰਨਾ ਕੁ ਜ਼ਿਆਦਾ ਰੋਈ ਜਾਣਾ ਮੈਂ, ਜਿੰਨਾ ਰੋਊਂਗਾ ਉਨਾ ਮੈਂ ਆਪਣੀ ਜ਼ਿੰਦਗੀ ਨੂੰ ਆਪਣੇ ਜੀਵਨ ਨੂੰ ਆਪ ਹੀ ਬਰਬਾਦ ਕਰੂੰਗਾ, ਆਪਣੇ ਸਮੇਂ ਨੂੰ ਖਰਾਬ ਕਰੂੰਗਾ ਜਾਂ ਆਪਣੇ ਜੀਵਨ ਨੂੰ ਦੁੱਖਾਂ ਨਾਲ ਭਰੂੰਗਾ। ਇਸ ਲਈ ਸ਼ੋਕ ਤਾਂ ਕਰਾਂ ਜੇ ਮੇਰੇ ਸ਼ੋਕ ਕਰਨ ਨਾਲ ਰੋਣ ਨਾਲ ਇਹ ਠੀਕ ਹੋ ਜਾਣਾ ਹੈ। ਸਮਝ ਆ ਰਹੀ ਕਿ ਨਹੀਂ? ਜਿੱਦਾਂ ਇੱਕ ਕਹਾਣੀ ਦੱਸੀ ਸੀ ਨਾ ਕਿ ਇੱਕ ਫਕੀਰ ਸ਼ਹਿਦ ਦਾ ਘੜਾ ਲੈ ਕੇ ਜਾ ਰਹੇ ਸੀ, ਹੱਸਦੇ ਮੁਸਕੁਰਾਉਂਦੇ ਜਾ ਰਹੇ ਸੀ ਕਿ ਅਚਾਨਕ ਠੋਕਰ ਲੱਗੀ, ਠੋਕਰ ਲੱਗੀ, ਗਿਰੇ, ਘੜਾ ਟੁੱਟ ਗਿਆ। ਜਦੋਂ ਘੜਾ ਟੁੱਟਿਆ ਸਾਰਾ ਸ਼ਹਿਦ ਬਿਖਰ ਗਿਆ। ਫਕੀਰਾਂ ਨੇ ਦੇਖਿਆ, ਫਿਰ ਉੱਠੇ, ਘੜੇ ਨੂੰ ਦੇਖਿਆ ਤਾਂ ਫਿਰ ਮੁਸਕੁਰਾਉਂਦੇ ਤੁਰ ਪਏ। ਤਾਂ ਕੋਲ ਹੀ ਇੱਕ ਕਿਸਾਨ ਸਾਰਾ ਕੁਛ ਦੇਖ ਰਿਹਾ ਸੀ ਕਿ ਜਦੋਂ ਘੜਾ ਸਿਰ 'ਤੇ ਸੀ ਉਦੋਂ ਹੀ ਫਕੀਰ ਝੂਮ ਰਹੇ ਸੀ, ਗਾ ਰਹੇ ਸੀ ਮਸਤੀ 'ਚ, ਫਿਰ ਅਚਾਨਕ ਠੋਕਰ ਲੱਗੀ, ਗਿਰੇ, ਘੜਾ ਟੁੱਟ ਗਿਆ, ਦੇਖਿਆ ਸ਼ਹਿਦ ਨੂੰ ਬਿਖਰਿਆ, ਫਿਰ ਉੱਠੇ, ਫਿਰ ਗੁਣਗੁਣਾਉਂਦੇ ਮੁਸਕੁਰਾਉਂਦੇ ਤੁਰ ਪਏ। ਤਾਂ ਉਸ ਵੇਲੇ ਉਹ ਕਿਸਾਨ ਨੇ ਪੁੱਛਿਆ, ਮਹਾਰਾਜ ਜਦੋਂ ਘੜਾ ਸੀਗਾ ਉਦੋਂ ਵੀ ਗਾ ਰਹੇ ਸੀ, ਮੁਸਕੁਰਾ ਰਹੇ ਸੀ, ਹੁਣ ਵੀ ਮੁਸਕੁਰਾ ਰਹੇ ਹੋ, ਆ ਘੜਾ ਟੁੱਟਣ ਦਾ, ਸ਼ਹਿਦ ਬਿਖਰਨ ਦਾ ਤੁਹਾਨੂੰ ਕੋਈ ਦੁੱਖ ਨਹੀਂ ਹੈ? ਤਾਂ ਉਸ ਲਈ ਫਕੀਰਾਂ ਨੇ ਕਿਹਾ, ਭਾਈ ਜਦੋਂ ਘੜਾ ਸਿਰ 'ਤੇ ਸੀ ਉਦੋਂ ਵੀ ਮੈਂ ਖੁਸ਼ ਸੀ, ਫਿਰ ਠੋਕਰ ਲੱਗੀ, ਮੈਂ ਗਿਰਿਆ, ਘੜਾ ਵੀ ਗਿਰਿਆ, ਟੁੱਟ ਗਿਆ, ਇਹਨੂੰ ਬਚਾਉਣਾ ਮੇਰੇ ਹੱਥ 'ਚ ਨਹੀਂ ਸੀ, ਘੜੇ ਨੂੰ ਬਚਾਉਣਾ ਮੇਰੇ ਹੱਥ 'ਚ ਨਹੀਂ ਸੀ। ਸੋ ਜਿਹੜੀ ਚੀਜ਼ ਮੇਰੇ ਹੱਥ 'ਚ ਨਹੀਂ ਸੀ ਉਹਨੂੰ ਤਾਂ ਬਚਾ ਨਹੀਂ ਸਕਿਆ, ਪਰ ਇਹ ਖੁਸ਼ੀ ਤਾਂ ਮੇਰੇ ਹੱਥ 'ਚ ਹੈ ਨਾ, ਇਸ ਲਈ ਆਪਣੀ ਖੁਸ਼ੀ ਨੂੰ ਮੈਂ ਬਚਾ ਲਿਆ ਕਿ ਘੜਾ ਤਾਂ ਗਿਆ, ਹੁਣ ਗਿਆ, ਹੁਣ ਇਹਦੇ ਪਿੱਛੇ ਰੋਣਾ ਕਿਉਂ ਹੈ? ਉਹ ਚਲੋ ਘੜੇ ਫਿਰ ਆ ਜਾਣਗੇ, ਸ਼ਾਇਦ ਹੋਰ ਚੋ ਲਵਾਂਗੇ, ਸ਼ਾਇਦ ਹੋਰ ਇਕੱਠਾ ਕਰ ਲਵਾਂਗੇ, ਹੁਣ ਇਹਦੇ ਪਿੱਛੇ ਰੋਣਾ ਕਿਉਂ? ਇਸ ਲਈ ਫਿਰ ਕਹਾਂਗੇ ਕਿ ਜਿਹੜੀ ਚੀਜ਼ ਤੁਹਾਡੇ ਹੱਥ 'ਚ ਨਹੀਂ ਹੈ ਉਹ ਤਾਂ ਤੁਸੀਂ ਬਚਾ ਨਹੀਂ ਸਕਦੇ, ਪਰ ਜਿਹੜੀ ਚੀਜ਼ ਤੁਹਾਡੇ ਹੱਥ 'ਚ ਹੈ ਉਹਨੂੰ ਤਾਂ ਸਮਝਦੇ ਹੋ ਕਿ ਨਹੀਂ? ਹੁਣ ਆਹ ਚੀਜ਼ ਪਿੱਛੇ ਰੋਣਾ ਜਾਂ ਨਹੀਂ ਰੋਣਾ ਇਹ ਤਾਂ ਮੇਰੇ ਹੱਥ 'ਚ ਹੈ ਨਾ, ਚੀਜ਼ ਤਾਂ ਮੇਰੇ ਹੱਥ 'ਚ। ਹੁਣ ਫਰਜ਼ ਕਰੋ ਗਲਾਸ ਹੈ ਟੁੱਟ ਗਿਆ, ਬਰਤਨ ਹੈ ਟੁੱਟ ਗਿਆ, ਹੁਣ ਉਹ ਤਾਂ ਮੇਰੇ ਹੱਥ 'ਚ ਨਹੀਂ ਸੀ ਉਹਨੂੰ ਬਚਾਵਾਂ, ਪਰ ਹੁਣ ਮੈਂ ਇਹ ਤਾਂ ਸੋਚ ਸਕਦਾ ਕਿ ਇਹਦੇ ਪਿੱਛੇ ਰੋਣਾ ਹੈ ਜਾਂ ਫਿਰ ਮੈਂ ਅੱਗੇ ਵਧਣਾ ਹੈ, ਇਹ ਹੁਣ ਤੁਸੀਂ ਦੇਖਣਾ ਹੈ ਕਿ ਬਰਤਨ ਤਾਂ ਗਿਆ ਹੈ ਪਰ ਆਪਣੀ ਖੁਸ਼ੀ ਨੂੰ ਤਾਂ ਅਸੀਂ, ਆਪਣੀ ਸ਼ਾਂਤੀ ਨੂੰ ਤਾਂ ਅਸੀਂ ਬਚਾਈ ਸਕਦੇ ਹਾਂ ਕਿ ਨਹੀਂ। ਇਸ ਲਈ ਕਿਸੇ ਚੀਜ਼ ਦਾ ਸ਼ੋਕ ਨਾ ਜ਼ਿਆਦਾ ਕਰੋ, ਠੀਕ ਹੈ? ਚੀਜ਼ ਨਾਲ ਮੋਹ ਹੁੰਦਾ, ਪਿਆਰ ਹੁੰਦਾ, ਪਰ ਉਹਦਾ ਵੀ ਲਿਮਿਟ ਰੱਖੋ, ਠੀਕ ਹੈ ਭਾਈ? 10 ਮਿੰਟ ਰੋ ਲਿਆ, 10 ਮਿੰਟ ਫਿਕਰ ਕਰ ਲਈ, ਪਰ ਸਾਰੀ ਜ਼ਿੰਦਗੀ ਟੈਨਸ਼ਨ 'ਚ ਗੁਜ਼ਾਰਾਂਗੇ ਤਾਂ ਫਿਰ ਅਗਲੀਆਂ ਖੁਸ਼ੀਆਂ ਦੀ ਤਿਆਰੀ ਅਸੀਂ, ਜਿੱਦਾਂ ਅਸੀਂ ਇੱਦਾਂ ਸਮਝ ਲਏ ਕਿ ਬੱਚਾ ਫੇਲ ਹੋ ਗਿਆ, ਜੇ ਹੁਣ ਬੱਚਾ ਸਾਰਾ ਸਾਲ ਉਹ ਫੇਲ ਹੋ ਗਿਆ ਇਹੀ ਰੋਂਦਾ ਰਹੇ ਤਾਂ ਅਗਲੇ ਪਾਸ ਹੋਣ ਦੀ ਤਿਆਰੀ ਫਿਰ ਉਹਨਾਂ ਕਦੋਂ ਕਰਨੀ ਹੈ? ਜੇ ਬੱਚਾ ਸੋਚੇ ਕਿ ਹੁਣ ਫੇਲ ਤਾਂ ਹੋ ਗਿਆ, ਹੁਣ ਇਹਦੀ ਫਿਕਰ ਛੱਡ ਕੇ ਅਗਲੀ ਤਿਆਰੀ ਕਰਾਂ ਕਿ ਅੱਗੇ ਫੇਲ ਨਾ ਹੋਵਾਂ, ਤਾਂ ਫਿਰ ਬੱਚਾ ਸਮਝਦਾਰ ਹੈ, ਫਿਰ ਅਗਲੀ ਤਿਆਰੀ ਕਰੇਗਾ ਤਾਂ ਪਾਸ ਵੀ ਹੋ ਜਾਏਗਾ। ਇਸ ਲਈ ਆਪਣੀ ਸੋਚ ਨੂੰ ਹਮੇਸ਼ਾ ਅੱਗੇ ਰੱਖੋ ਕਿ ਜੋ ਚਲਾ ਗਿਆ ਉਹਨੂੰ ਤਾਂ ਬਦਲ ਨਹੀਂ ਸਕਦਾ, ਪਰ ਮੈਂ ਹੁਣ ਅੱਗੇ ਧਿਆਨ ਰੱਖਾਂ ਕਿ ਆਉਣ ਵਾਲਾ ਪਲ ਜਿਹੜਾ ਉਹਨੂੰ ਸੰਭਾਲਾਂ, ਕਿ ਅਗਲੀ ਖੁਸ਼ੀ ਮੈਂ ਕਿੱਦਾਂ ਵਧਾ ਸਕਦਾ ਹੈ, ਅੱਗੇ ਮੈਂ ਕਿੱਦਾਂ ਤਿਆਰੀ ਕਰ ਸਕਦਾ, ਇਹਦਾ ਧਿਆਨ ਅੱਗੇ ਰੱਖੀਏ। ਇਸ ਲਈ ਇਹਨੂੰ ਕਹਿੰਦੇ ਹੈ ਕ੍ਰੋਧ ਨਾ ਕਰੋ, ਨਫ਼ਰਤ ਨਾ ਕਰੋ, ਤਾਂ ਕਿਸੇ ਚੀਜ਼ ਦਾ ਜ਼ਿਆਦਾ ਸ਼ੋਗ ਨਾ ਕਰੋ। ਔਰ ਫਿਰ ਅੱਗੇ ਕੀ ਕਿਹਾ ਉਹਨਾਂ ਨੇ? ਕ੍ਰੋਧ, ਨਫ਼ਰਤ, ਸ਼ੋਗ, ਚਿੰਤਾ, ਡਰ ਸੇ ਆਤਮਿਕ ਤੇਜ ਕਮ ਹੋ ਜਾਂਦਾ ਹੈ। ਇਹ ਆਤਮਿਕ ਤੇਜ, ਜਿੱਦਾਂ ਸਮਝ ਲਓ ਬਿਜਲੀ ਡਿੰਮ ਹੁੰਦੀ ਤਾਂ ਲਾਈਟ ਬੱਲਬ ਦੇਖਦੇ ਨਾ ਅਸੀਂ ਕਿ ਬੱਲਬ ਉਹੀ ਹੁੰਦਾ, ਪਰ ਬਿਜਲੀ ਡਿੰਮ ਹੋਵੇ ਤਾਂ ਲਾਈਟ ਘੱਟ ਜਾਂਦੀ ਹੈ, ਤਾਂ ਬਿਜਲੀ ਫੁੱਲ ਆ ਜਾਵੇ ਤਾਂ ਲਾਈਟ, ਔਰ ਕਈ ਵਾਰ ਇੰਨੀ ਫੁੱਲ ਹੋ ਜਾਂਦੀ ਬੱਲਬ ਦਾ ਪਟਾਕਾ ਵੀ ਪੈ ਜਾਂਦਾ ਹੈ, ਉਹ ਇੰਨੀ ਜ਼ਿਆਦਾ ਆ ਜਾਂਦੀ ਹੈ। ਇਸੇ ਤਰ੍ਹਾਂ ਦੱਸਣਾ ਕੀ ਚਾਹੁੰਦੇ ਕਿ ਸਾਡੇ ਅੰਦਰ ਵੀ ਜਦੋਂ ਕ੍ਰੋਧ ਚੱਲਦਾ ਹੈ, ਨਫ਼ਰਤ ਚੱਲਦੀ ਹੈ, ਸ਼ੋਕ, ਚਿੰਤਾ, ਡਰਦੇ ਹਾਂ ਅਸੀਂ, ਤਾਂ ਸਾਡਾ ਆਤਮਿਕ ਤੇਜ ਉਹ ਵੀ ਘੱਟ ਹੋ ਜਾਂਦਾ ਹੈ।
ਇਸ ਲਈ ਜ਼ਿਆਦਾ ਚਿੰਤਾ ਵੀ ਨਾ ਕਰੋ, ਸਮਝਦੇ ਹੋ ਕਿ ਨਹੀਂ, ਕਿਉਂਕਿ ਦੇਖਿਆ ਕਿ ਬੰਦਾ ਖਾਵਾਂ ਖਾਂ ਦੀ ਚਿੰਤਾ ਕਰਦਾ ਰਹਿੰਦਾ, ਕੀ ਬਣੇਗਾ ਕੀ ਹੋਏਗਾ ਇਹੀ ਸੋਚਦਾ ਰਹਿੰਦਾ ਕਿ ਬੰਦਾ ਜ਼ਿਆਦਾ। ਹਾਲਾਂਕਿ ਬੰਦੇ ਨੂੰ ਕਰਨਾ ਕੀ ਚਾਹੀਦਾ, ਇੱਕ ਗੱਲ ਦਾ ਜਵਾਬ ਦਿਓ ਸਾਨੂੰ ਕਿ ਚਿੰਤਾ ਕਰਨੀ ਚਾਹੀਦੀ ਕੱਲ੍ਹ ਦੀ ਜਾਂ ਤਿਆਰੀ ਕਰਨੀ ਚਾਹੀਦੀ ਹੈ, ਜਵਾਬ ਦਿਓ ਸਾਨੂੰ। ਹੁਣ ਫਰਜ਼ ਕਰੋ ਬੰਦਾ ਕਰਦਾ ਕੱਲ੍ਹ ਨੂੰ ਕਿਤੇ ਬਾਰਿਸ਼ ਨਾ ਹੋ ਜਾਵੇ, ਕੱਲ੍ਹ ਨੂੰ ਕਿਤੇ ਇੱਦਾਂ ਨਾ ਹੋ ਜਾਵੇ, ਸਮਝਦੇ ਹੋ ਕਿ ਨਹੀਂ? ਇਹਨੂੰ ਇੱਦਾਂ ਸਮਝ ਲਓ ਕਿ ਜਿੱਦਾਂ ਅੱਜ ਕੱਲ੍ਹ ਆਹ ਦਿਨ ਚੱਲ ਰਹੇ ਹੈ ਕਣਕ ਵੱਢਣ ਦੇ। ਹੁਣ ਇੱਕ ਬੰਦਾ ਕਣਕ ਵੱਢ ਕੇ ਘਰ ਰੱਖ ਦਿੰਦਾ ਹੈ ਔਰ ਘਰ ਰੱਖ ਦਿੰਦਾ ਵਿਹੜੇ ਦੇ ਵਿੱਚ ਔਰ ਕਹਿੰਦਾ ਹੇ ਰੱਬਾ ਕਿਤੇ ਬਾਰਿਸ਼ ਨਾ ਹੋ ਜਾਵੇ, ਰੱਬ ਅੱਗੇ ਬੇਨਤੀ ਕਰਦਾ ਕਿਤੇ ਬਰਸਾਤ ਨਾ ਹੋ ਜਾਵੇ ਕਿਉਂਕਿ ਦਾਣੇ ਗਿੱਲੇ ਹੋ ਜਾਣੇ ਹੈ। ਹੁਣ ਟੈਨਸ਼ਨ ਲੈਣ ਲੱਗਾ ਉਹ, ਜੇ ਬਾਦਲ ਆ ਜਾਂਦੇ ਤਾਂ ਚਿੰਤਾ ਹੁੰਦੀ, ਉਹ ਹੋ ਜੇ ਬੱਦਲ ਮੀਂਹ ਪੈ ਗਿਆ ਰਾਤ ਨੂੰ ਨੀਂਦ ਨਹੀਂ ਆਉਂਦੀ ਉਹਨੂੰ, ਚਿੰਤਾ। ਹੁਣ ਇੱਕ ਦੂਜਾ ਕਿਸਾਨ ਹੈ, ਉਹ ਵੀ ਘਰ 'ਚ ਦਾਣੇ ਰੱਖਦਾ ਹੈ ਪਰ ਉਹ ਨਾਲ ਨਾਲ ਤਿਆਰੀ ਕਰਦਾ ਕਿ ਭਾਈ ਬਰਸਾਤ ਦਾ ਕੋਈ ਪਤਾ ਨਹੀਂ ਕਿਸੇ ਵੇਲੇ ਵੀ ਆ, ਇਹਦੇ ਲਈ ਪਹਿਲੇ ਹੀ ਤਰਪਾਲ ਪਾ ਦੇਵਾਂ ਉੱਪਰ, ਪਹਿਲੇ ਹੀ ਮੈਂ ਇਹਦੇ ਉੱਪਰ ਤਰਪਾਲ ਪਾ ਕੇ ਇੱਟਾਂ ਰੱਖ ਦੇਵਾਂ ਤਾਂ ਕਿ ਹਵਾ ਹਨੇਰੀ ਆਵੇ ਵੀ ਤਾਂ ਤਰਪਾਲ ਪਈ ਹੋਵੇ ਤਾਂ ਬਰਸਾਤ ਮੇਰੇ ਦਾਣਿਆਂ ਨੂੰ ਗਿੱਲਾ, ਉਹ ਤਿਆਰੀ ਕਰ ਰਿਹਾ ਹੈ। ਹੁਣ ਜਿਹੜਾ ਤਿਆਰੀ ਕਰਨ ਵਾਲਾ ਉਹ ਬੇਫਿਕਰ ਹੋ ਕੇ ਸੌਂ ਜਾਂਦਾ, ਤਾਂ ਜਿਹੜਾ ਤਿਆਰੀ ਨਹੀਂ ਕਰਦਾ ਇਕੱਲੀ ਚਿੰਤਾ ਹੀ ਕਰਦਾ ਹੈ, ਉਹਨੂੰ ਰਾਤ ਨੂੰ ਨੀਂਦ ਵੀ, ਜਵਾਬ ਦੇ ਦਿਓ। ਹੁਣ ਸਮਝਦਾਰ ਬੰਦਾ ਕਿਹੜਾ ਹੈ ਕਿ ਜਿਹੜਾ ਤਿਆਰੀ ਕਰੇ ਕਿ ਭਾਈ ਮੈਂ ਚਿੰਤਾ ਕਿਉਂ ਕਰ ਰਿਹਾ, ਤਿਆਰੀ ਕਰਾਂ ਮੈਂ ਕਿਉਂਕਿ ਮਾਲਕ ਨੇ ਉਸ ਪਰਮਾਤਮਾ ਨੇ ਮੈਨੂੰ ਸਮਝ ਦਿੱਤੀ ਹੈ, ਬੁੱਧੀ ਦਿੱਤੀ ਹੈ, ਅਕਲ ਦਿੱਤੀ ਹੈ, ਸ਼ਕਤੀ ਦਿੱਤੀ ਹੈ, ਤਾਂ ਮੈਂ ਉਹਦੇ ਮੁਤਾਬਿਕ। ਜਿੱਦਾਂ ਹੁਣ ਫਰਜ਼ ਕਰੋ ਇੱਕ ਬੰਦਾ ਚਿੰਤਾ ਕਰਦਾ ਕਿਤੇ ਹਾਰਟ ਅਟੈਕ ਨਾ ਹੋ ਜਾਵੇ, ਕਿਤੇ ਮੇਰੀ ਸਿਹਤ ਖਰਾਬ, ਤਾਂ ਹੁਣ ਜ਼ਰਾ ਸੋਚੋ ਇੱਕ ਗੱਲ ਦਾ ਜਵਾਬ ਦੇਣਾ ਕਿ ਇਹ ਚਿੰਤਾ ਕਰਨ ਨਾਲ ਕੀ ਹੋਏਗਾ। ਜਿੰਨੀ ਜ਼ਿਆਦਾ ਚਿੰਤਾ ਕਰਾਂਗੇ ਕਿ ਹਾਏ ਕਿਤੇ ਮੈਨੂੰ ਹਾਰਟ ਅਟੈਕ ਨਾ ਹੋ ਜਾਵੇ, ਉਹ ਚਿੰਤਾ ਨਾਲ ਹੀ ਉਹਨੂੰ ਹਾਰਟ ਅਟੈਕ ਹੋਣ ਦੇ ਚਾਂਸ ਕਈ ਗੁਣਾ ਵੱਧ ਜਾਂਦੇ ਕਿ ਨਹੀਂ? ਤਾਂ ਹੀ ਤਾਂ ਕਹਿੰਦਾ ਟੈਨਸ਼ਨ ਨਾਲ ਅਟੈਕ ਹੋ ਗਿਆ, ਹੁੰਦਾ ਕਿ ਨਹੀਂ ਇੱਦਾਂ ਕਈ ਵਾਰ? ਟੈਨਸ਼ਨ ਨਾਲ ਚਿੰਤਾ ਕਰਨ ਨਾਲ ਹੀ, ਹੁਣ ਕਈ ਵਾਰ ਕੋਈ ਕਹਿ ਦੇਵੇ ਨਾ ਉਹ ਬਿਜ਼ਨਸ 'ਚ ਲੋਸ ਹੋ ਗਿਆ, ਉਹ ਫਲਾਨਾ ਆਹ ਚੀਜ਼ ਐਕਸੀਡੈਂਟ ਹੋ ਗਿਆ, ਬੰਦਾ ਹਾਏ ਹੈ, ਉਹ ਦਿਲ ਫੜ ਕੇ ਬਹਿ ਜਾਂਦਾ, ਉੱਥੇ ਅਟੈਕ ਹੋ ਜਾਂਦਾ ਹੈ, ਉਹ ਟੈਨਸ਼ਨ ਚਿੰਤਾ। ਹੁਣ ਕਰਨਾ ਕੀ ਚਾਹੀਦਾ ਹੈ ਜੇ ਬੰਦਾ ਸੋਚੇ ਕਿ ਹਾਏ ਕਿਤੇ ਮੈਨੂੰ ਅਟੈਕ ਨਾ ਹੋ ਜਾਵੇ ਕਿਤੇ, ਤਾਂ ਭਾਈ ਅੱਜ ਤੋਂ ਹੀ ਸੈਰ ਕਰਨੀ ਸ਼ੁਰੂ ਕਰ ਦੇ, ਆਪਣੇ ਖਾਣ ਪਾਣ ਨੂੰ ਅੱਛਾ ਰੱਖ, ਥੋੜ੍ਹੀ ਮਿਹਨਤ ਕਰ, ਥੋੜ੍ਹੀ ਐਕਸਰਸਾਈਜ਼ ਕਰ, ਕਿਉਂਕਿ ਤੂੰ ਅੱਜ ਸੈਰ ਕਰੇਗਾ, ਥੋੜ੍ਹੀ ਰਨਿੰਗ ਕਰੇਗਾ, ਐਕਸਰਸਾਈਜ਼ ਕਰੇਗਾ, ਤਾਂ ਫਿਰ ਤੈਨੂੰ ਦਿਲ ਦਾ ਰੋਗ ਹੋਣ ਦੇ ਚਾਂਸ ਜਿਹੜੇ ਹੈ ਕਹਿ ਦਿਓ। ਹੁਣ ਇਹਨੂੰ ਕਹਿੰਦੇ ਮਿਹਨਤ ਕਰਨਾ ਥੋੜ੍ਹਾ ਜਿਹਾ। ਹੁਣ ਅੱਜ ਅਸੀਂ ਰੱਬ ਨੂੰ ਕਹਿੰਦੇ ਰੱਬਾ ਪ੍ਰੋਬਲਮ ਨਾ ਆਵੇ, ਰੱਬਾ ਪਰੇਸ਼ਾਨੀ ਨਾ ਆਵੇ, ਉਹ ਰੱਬ ਕਹੇਗਾ ਪ੍ਰੋਬਲਮ ਮੇਰੀ ਤਰਫੋਂ ਨਹੀਂ ਆਉਂਦੀ, ਆ ਤੇਰੀਆਂ ਗਲਤ ਆਦਤਾਂ ਹੀ ਤੇਰੇ ਜੀਵਨ 'ਚ ਪ੍ਰੋਬਲਮ ਲੈ ਕੇ ਆਉਂਦੀਆਂ ਹੈ। ਅਗਰ ਤੂੰ ਆਦਤ ਅੱਛੀ ਰੱਖੇ, ਆਪਣੇ ਆਪ ਨੂੰ ਅੱਛਾ ਬਣਾਵੇ, ਤਾਂ ਫਿਰ ਤੇਰੇ ਜੀਵਨ 'ਚ ਕੋਈ ਪ੍ਰੋਬਲਮ ਆ। ਇਸ ਲਈ ਸਭ ਤੋਂ ਪਹਿਲਾਂ ਸਾਨੂੰ ਆਪਣੀ ਸੋਚ ਨੂੰ ਪੋਜ਼ਿਟਿਵ ਕਰਨਾ ਪੈਣਾ ਹੈ। ਤਾਂ ਹੀ ਤਾਂ ਇੱਥੇ ਦੱਸਣਾ ਚਾਹਾਂਗੇ ਕਿ ਚਣਕਿਆ ਹੋਇਆ ਬਹੁਤ ਬੜੇ ਵਿਦਵਾਨ, ਜਿਨ੍ਹਾਂ ਨੇ ਇੱਕ ਗਵਾਲੇ ਨੂੰ ਆਪਣੇ ਗਿਆਨ ਦੇ ਜ਼ਰੀਏ ਰਾਜਾ ਬਣਾ ਦਿੱਤਾ, ਚੰਦਰਗੁਪਤ ਮੌਰਿਆ। ਇੱਕ ਗਵਾਲਾ ਸੀ ਗਊਆਂ ਚਾਰਨ ਵਾਲਾ, ਜਦੋਂ ਚੰਦਰਗੁਪਤ ਚਣਕਿਆ ਦੇ ਨਾਲ ਮਿਲਿਆ, ਯਾਨੀ ਬਚਪਨ 'ਚ ਹੀ ਚਣਕਿਆ ਨੇ ਉਹਨੂੰ ਆਪਣੀ ਸ਼ਰਨ 'ਚ ਲਿਆ, ਤਾਂ ਇੰਨਾ ਗਿਆਨ ਦਿੱਤਾ, ਇੰਨੀ ਸਮਝ ਦਿੱਤੀ, ਇੱਦਾਂ ਦਾ ਬਣਾਇਆ ਉਹਨੂੰ ਕਿ ਅੱਗੇ ਜਾ ਕੇ ਉਹ ਰਾਜਾ ਬਣਿਆ। ਚੰਦਰਗੁਪਤ ਮੌਰਿਆ ਸਮਰਾਟ ਸੀ ਇੱਕ, ਪਰ ਬਚਪਨ 'ਚ ਸੀ ਗਵਾਲਾ। ਦੇਖੋ ਗੁਰੂ ਦੇ ਗਿਆਨ ਦੇ ਨਾਲ, ਗੁਰੂ ਦੀ ਸਮਝ ਨਾਲ ਇੱਕ ਗਵਾਲੇ ਤੋਂ ਰਾਜਾ ਬਣ ਗਿਆ। ਇਹਨੂੰ ਕਹਿੰਦੇ ਗਿਆਨ ਦੀ ਸ਼ਕਤੀ। ਹੁਣ ਉਹ ਚਣਕਿਆ ਕੀ ਕਹਿੰਦੇ ਹੈ ਕਿ ਉਸ ਇਨਸਾਨ ਕੋ ਸਫਲ ਹੋਣੇ ਸੇ ਕੋਈ ਨਹੀਂ ਰੋਕ ਸਕਤਾ ਜਿਸਕੇ ਅੰਦਰ ਜੇ ਤੀਨ ਗੁਣ ਹੋ। ਗੌਰ ਕਰਨਾ,
ਕਿ ਉਸ ਇਨਸਾਨ ਕੋ ਸਫਲ ਹੋਨੇ ਸੇ ਕੋਈ ਨਹੀਂ ਰੋਕ ਸਕਤਾ ਜਿਸਕੇ ਅੰਦਰ ਜੇ ਤੀਨ ਗੁਣ ਹੋ। ਉਹ ਤਿੰਨ ਗੁਣ ਕਿਹੜੇ ਦੱਸੇ? ਅੱਛਾ ਚਰਿੱਤਰ, ਸਾਕਾਰਾਤਮਕ ਸੋਚ ਔਰ ਸਿੱਖਣੇ ਕੀ ਆਦਤ। ਕਹਿੰਦੇ ਅਗਰ ਇਹ ਤਿੰਨ ਗੁਣ ਇਨਸਾਨ ਦੇ ਅੰਦਰ ਹੈ ਨਾ ਤਾਂ ਉਹਨੂੰ ਸਫਲ ਹੋਣ ਤੋਂ ਕੋਈ ਕਹਿ ਦਿਓ ਜਲਦੀ ਸਤਸੰਗ ਸਮਾਪਤ ਕਰਨਾ, ਭੁੱਖ ਲੱਗ ਗਈ ਹੋਣੀ ਤੁਹਾਨੂੰ ਨਾ, ਕਿਉਂਕਿ ਦੇਖ ਰਹੇ ਹਾਂ ਅਸੀਂ, ਇਸ ਕਰਕੇ ਜ਼ਿਆਦਾ ਟਾਈਮ ਨਹੀਂ ਲੈਣਾ ਅਸੀਂ। ਪਰ ਫਿਰ ਕਹਾਂਗੇ ਰੋਟੀ ਤਾਂ ਬੰਦੇ ਨੂੰ ਘਰ ਵੀ ਮਿਲ ਜਾਂਦੀ ਹੈ, ਪਰ ਆਹ ਜਿਹੜੀ ਚੀਜ਼ ਤੁਹਾਨੂੰ ਸਮਝਾ ਰਹੇ ਹਾਂ ਨਾ, ਅਗਰ ਇਹਨੂੰ ਸਮਝ ਲਓਗੇ ਤਾਂ ਸਾਰੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਜਾਏਗੀ ਤੁਹਾਡੀ, ਜੀਵਨ 'ਚ ਕਮੀ ਕੋਈ ਨਹੀਂ ਰਹੇਗੀ। ਇਸ ਲਈ ਇਹ ਗੱਲ ਯਾਦ ਰੱਖਣਾ ਕਿ ਤਿੰਨ ਚੀਜ਼ਾਂ, ਤਿੰਨ ਗੁਣ ਅਗਰ ਇਨਸਾਨ ਦੇ ਅੰਦਰ ਹੈ ਤਾਂ ਇਨਸਾਨ ਨੂੰ ਸਫਲ ਹੋਣ ਤੋਂ ਕੋਈ ਤਾਕਤ ਰੋਕ। ਪਹਿਲਾ ਗੁਣ ਕਿਹੜਾ ਦੱਸਿਆ? ਅੱਛਾ ਚਰਿੱਤਰ, ਕਿ ਸਾਡਾ ਚਰਿੱਤਰ ਅੱਛਾ ਕਦੋਂ ਹੁੰਦਾ? ਜਦੋਂ ਸਾਡੀਆਂ ਆਦਤਾਂ, ਹੁਣ ਬੰਦਾ ਕਹਿੰਦਾ ਇਹਨੂੰ ਗਾਲੀ ਕੱਢਣ ਦੀ ਆਦਤ ਹੈ, ਇਹਨੂੰ ਬੁਰਾ ਕਰਨ ਦੀ ਆਦਤ ਹੈ, ਇਹਨੂੰ ਹੇਰਾਫੇਰੀ ਕਰਨ ਦੀ ਆਦਤ ਹੈ, ਇਹਨੂੰ ਠੱਗੀ ਕਰਨ ਦੀ ਆਦਤ ਹੈ, ਇਹਨੂੰ ਚੋਰੀ ਕਰਨ ਦੀ ਆਦਤ ਹੈ, ਤਾਂ ਜਿਹਦੀਆਂ ਆਦਤਾਂ ਬੁਰੀਆਂ ਹੋਣ ਉਹਦਾ ਚਰਿੱਤਰ ਕਦੀ ਅੱਛਾ? ਕਿਉਂਕਿ ਅੱਛੇ ਚਰਿੱਤਰ ਵਾਸਤੇ ਸਾਡੀਆਂ ਆਦਤਾਂ ਦਾ ਅੱਛਾ ਹੋਣਾ ਬਹੁਤ ਹੀ। ਹੁਣ ਬੰਦਾ ਕਹਿੰਦਾ ਉਹ ਅੱਛਾ ਬੋਲਦਾ ਹੈ, ਉਹਦੇ ਬੋਲਣ ਦਾ ਢੰਗ ਬੜਾ ਪਿਆਰਾ ਹੈ, ਕਿਉਂਕਿ ਉਹ ਬੜਾ ਪਿਆਰ ਨਾਲ ਬੋਲਦਾ ਹੈ, ਸਭ ਦੀ ਇੱਜ਼ਤ ਕਰਦਾ ਹੈ, ਉਹ ਸਭ ਦੇ ਵਾਸਤੇ ਭਲੇ ਦੀਆਂ ਦੁਆਵਾਂ ਕਰਦਾ, ਉਹ ਸਭ ਦੀ ਹੈਲਪ ਕਰਦਾ, ਸਭ ਦੀ ਮਦਦ ਕਰਦਾ ਹੈ, ਉਹ ਬੰਦਾ ਹੀ ਬੜਾ ਚੰਗਾ ਹੈ। ਅਗਰ ਆਦਤਾਂ ਚੰਗੀਆਂ ਹੈ ਤਾਂ ਸਾਡਾ ਚਰਿੱਤਰ, ਸਾਡਾ ਕਿਰਦਾਰ, ਫਿਰ ਕਰੈਕਟਰ ਅੱਛਾ ਹੋ ਜਾਂਦਾ ਹੈ। ਇਸ ਕਰਕੇ ਸਭ ਤੋਂ ਪਹਿਲਾਂ ਕੋਸ਼ਿਸ਼ ਕਰਨੀ ਹੈ ਕਿ ਅਸੀਂ ਆਪਣੀਆਂ ਆਦਤਾਂ ਨੂੰ ਅੱਛਾ ਬਣਾਈਏ ਤਾਂ ਕਿ ਸਾਡਾ ਕਰੈਕਟਰ, ਸਾਡਾ ਚਰਿੱਤਰ ਅੱਛਾ ਬਣੇ। ਔਰ ਫਿਰ ਕਹਾਂਗੇ ਜਿਹਨਾਂ ਦੀਆਂ ਆਦਤਾਂ ਅੱਛੀਆਂ ਹੁੰਦੀਆਂ ਨਾ, ਜਿਹਨਾਂ ਦਾ ਕਰੈਕਟਰ ਅੱਛਾ ਹੁੰਦਾ ਹੈ, ਉਹਦੇ ਨਾਲ ਹੀ ਹਰ ਕੋਈ ਜੁੜਨਾ ਵੀ ਪਸੰਦ। ਬੋਲੋ, ਅਗਰ ਤੁਹਾਨੂੰ ਮੌਕਾ ਮਿਲੇ ਤੁਸੀਂ ਦੇਖੋ ਕਿ ਇੱਕ ਆਦਮੀ ਹੈ ਉਹ ਸਭ ਨੂੰ ਪਿਆਰ ਨਾਲ ਬੁਲਾ ਰਿਹਾ ਹੈ ਤਾਂ ਦੂਜਾ ਆਦਮੀ ਉਹ ਗਾਲ ਕੱਢੇ ਤੋਂ ਬਿਨਾਂ ਗੱਲ ਹੀ ਨਹੀਂ ਕਰਦਾ, ਤਾਂ ਜੇ ਤੁਹਾਨੂੰ ਰਿਸ਼ਤਾ ਜੋੜਨਾ ਪਵੇ ਤਾਂ ਕਿਹਦੇ ਨਾਲ ਜੋੜਨਾ ਪਸੰਦ ਕਰੂੰਗੇ? ਆਪ ਸੋਚੋ, ਤੁਸੀਂ ਕਹਿਣਾ ਜਿਹੜਾ ਗੱਲ ਗੱਲ 'ਤੇ ਉੱਦਾਂ ਹੀ ਇੰਨੀਆਂ ਗਾਲਾਂ ਕੱਢਦਾ ਹੈ, ਜੇ ਭਾਈ ਇਹਦੇ ਨਾਲ ਰਿਸ਼ਤਾ ਜੁੜ ਗਿਆ ਗੁੱਸੇ ਜਾ ਕੇ ਨਾ ਪਤਾ ਨਹੀਂ ਕੀ ਕਰ ਦੇਣਾ ਫਿਰ। ਸਮਝ ਆ ਰਹੀ ਕਿ ਨਹੀਂ ਸਾਡੀ ਗੱਲ? ਕਿਉਂਕਿ ਕਈਆਂ ਨੂੰ ਆਦਤ ਹੁੰਦੀ ਉਹ ਨੋਰਮਲ ਗੱਲ ਵੀ ਕਰਦੇ ਗਾਲ ਕੱਢ ਕੇ, ਤਾਂ ਜਿਹੜਾ ਨੋਰਮਲ ਗੱਲ ਵੀ ਗਾਲੀ ਨਾ ਕੱਢਦਾ ਹੈ ਤਾਂ ਜੇ ਉਹਨੂੰ ਗੁੱਸਾ ਆ ਜਾਵੇ ਫਿਰ ਤਾਂ ਪਤਾ ਨਹੀਂ ਇਹਨਾਂ ਕੀ ਕਰ ਦੇਣਾ ਭਾਈ, ਫਿਰ ਤਾਂ ਪਤਾ ਨਹੀਂ ਕਿਹੜੇ ਕਿਹੜੇ ਬੋਲਣਾ ਆਪਣੀ ਜ਼ੁਬਾਨ ਤੋਂ ਬੋਲਣੇ, ਜਿਹੜਾ ਸਮਝ ਲੈਣਾ ਸਾਰਿਆਂ ਨੇ। ਕਿਉਂਕਿ ਜਿਹੜਾ ਨੋਰਮਲੀ ਗੱਲ ਇੱਦਾਂ ਕਰੇ ਤਾਂ ਫਿਰ ਉਹ ਗੁੱਸੇ 'ਚ ਕੀ ਕੁਛ ਕਰ ਦੇਣਾ ਹੈ, ਇਹਦਾ ਪਤਾ ਹੁੰਦਾ ਬੰਦੇ ਨੂੰ? ਜਵਾਬ ਨਹੀਂ ਦੇ ਰਹੇ ਤੁਸੀਂ, ਸਮਝਣਾ ਜ਼ਰਾ ਸਾਰਿਆਂ ਨੇ। ਇਹਦਾ ਮਤਲਬ ਕਿ ਜਿਹਦਾ ਕਰੈਕਟਰ ਅੱਛਾ ਹੋਵੇ, ਚਰਿੱਤਰ ਅੱਛਾ ਹੋਵੇ, ਆਦਤ ਅੱਛੀ ਹੋਵੇ, ਉਹਦੇ ਨਾਲ ਜੁੜਨਾ ਹਰ ਕੋਈ, ਤਾਂ ਜਿਹਦੇ ਨਾਲ ਹਰ ਕੋਈ ਜੁੜੇਗਾ ਫਿਰ ਸਫਲ ਵੀ ਉਹੀ ਕਹਿ ਦਿਓ। ਕਿਉਂਕਿ ਇਕੱਲਾ ਬੰਦਾ ਕਦੀ ਸਫਲ, ਸਫਲਤਾ ਦਾ ਮਤਲਬ ਹੁੰਦਾ ਕਿ ਜਿੰਨੇ ਲੋਕ ਸਾਡੇ ਨਾਲ ਪਿਆਰ ਕਰਦੇ ਆ, ਜਿੰਨੇ ਲੋਕ ਸਾਡੇ ਨਾਲ ਜੁੜਦੇ ਚਲੇ ਜਾਂਦੇ, ਉਨਾ ਹੀ ਅਸੀਂ ਸਫਲ ਕਾਮਯਾਬ ਹੁੰਦੇ। ਬੰਦਾ ਕਹਿੰਦਾ ਉਹ ਦੁਕਾਨਦਾਰ ਬੜਾ ਸਫਲ ਹੈ ਕਿਉਂਕਿ ਇਹਦੇ ਕਸਟਮਰ ਬੜੇ ਆਉਂਦੇ ਆ, ਤਾਂ ਉਹ ਦੁਕਾਨਦਾਰ ਉਹਦੀ ਦੁਕਾਨ 'ਤੇ ਜਾਂਦਾ ਹੀ ਕੋਈ ਨਹੀਂ, ਉਹ ਦੁਕਾਨ ਹੀ ਫੇਲ ਹੈ। ਇਹਦਾ ਮਤਲਬ ਕਿ ਸਫਲਤਾ ਦਾ ਪੈਮਾਨਾ ਕਾਹਦੇ 'ਚ ਹੈ ਕਿ ਜਿੰਨੇ ਜ਼ਿਆਦਾ ਲੋਕਾਂ ਦਾ ਅਸੀਂ ਦਿਲ ਜਿੱਤਾਂਗੇ ਨਾ, ਉਨੀ ਹੀ ਅਸੀਂ ਜ਼ਿੰਦਗੀ ਸਫਲ ਵੀ ਹੋ ਜਾਵਾਂਗੇ। ਤਾਂ ਜਿੰਨੇ ਲੋਕਾਂ ਦਾ ਦਿਲ ਤੋੜਾਂਗੇ, ਜਿੰਨੇ ਲੋਕਾਂ ਦਾ ਦਿਲ ਦੁਖਾਵਾਂਗੇ, ਜਿੰਨਿਆਂ ਦਾ ਬੁਰਾ ਕਰਾਂਗੇ, ਉਨਾ ਸਾਡੀ ਜ਼ਿੰਦਗੀ 'ਚ ਅਸਫਲਤਾ ਹੀ ਪੱਲੇ ਪਏਗੀ। ਇਸ ਲਈ ਸਫਲ ਹੋਣ ਵਾਸਤੇ ਅੱਜ ਬੰਦਾ ਕਰਦਾ ਕਿ ਮੈਂ ਸਫਲਤਾ ਚਾਹੁੰਦਾ ਹਾਂ ਪਰ ਮੈਂ ਕਿਸੇ ਦੀ ਇੱਜ਼ਤ ਨਹੀਂ ਕਰਦਾ, ਮੈਂ ਕਿਸੇ ਨਾਲ ਪਿਆਰ ਨਹੀਂ ਕਰਦਾ, ਮੈਂ ਗੱਲ ਗੱਲ 'ਤੇ ਗੁੱਸਾ ਕਰਦਾ, ਗੱਲ ਗੱਲ 'ਤੇ ਗਾਲੀ ਦਿੰਦਾ, ਗੱਲ ਗੱਲ 'ਤੇ ਕ੍ਰੋਧ ਕਰਦਾ ਹਾਂ। ਭਾਈ ਜੇ ਆਦਤਾਂ ਇੱਦਾਂ ਦੀਆਂ ਤਾਂ ਫਿਰ ਸਫਲਤਾ ਕਦੀ ਤੇਰੇ ਨੇੜੇ ਆਈ ਨਹੀਂ ਸਕਦੀ, ਤੂੰ ਜੀਵਨ 'ਚ ਕਾਮਯਾਬ ਕਦੀ ਹੋ ਹੀ ਨਹੀਂ ਸਕਦਾ। ਕਿਉਂਕਿ ਸਫਲ ਇਨਸਾਨ ਉਹੀ ਹੁੰਦਾ ਹੈ,
ਫਿਰ ਕਹਾਂਗੇ ਕਿ ਤੁਸੀਂ ਅੱਜ ਇਤਿਹਾਸ ਵਿੱਚ ਨਾ ਦੇਖੋ, ਅਗਰ ਗੁਰੂਆਂ ਰਹਿਵਰਾਂ ਦੀ ਗੱਲ ਕਰੀਏ ਤਾਂ ਜਿਹੜੇ ਉਹਨਾਂ ਨਾਲ ਬੁਰਾ ਵੀ ਕਰਦੇ ਸੀ ਉਹਦੇ ਵਾਸਤੇ ਵੀ ਇਹੀ ਕਹਿੰਦੇ ਰੱਬ ਤੁਹਾਡਾ ਭਲਾ ਕਰੇ। ਇਹਦਾ ਮਤਲਬ ਉਹਨਾਂ ਦੀ ਜ਼ੁਬਾਨ 'ਤੇ ਸਦਾ ਅੱਛਾਈ ਸੀ। ਅੱਜ ਅਸੀਂ ਕਹਿ ਸਕਦੇ ਹਾਂ ਨਾ ਕਿ ਸਿਕੰਦਰ ਵਰਗੇ ਤਾਂ ਰੋਂਦੇ ਗਏ, ਦੁਨੀਆਂ ਜਿੱਤ ਗਏ ਵੀ, ਪਰ ਗੁਰੂਆਂ ਰਹਿਵਰਾਂ ਨੇ ਦਿਲ ਜਿੱਤੇ ਤਾਂ ਜੋ ਉਹ ਸਫਲ ਕਹਿ ਦਿਓ। ਸਫਲਤਾ ਦਾ ਮਤਲਬ ਲੋਕਾਂ ਦੇ ਦਿਲਾਂ ਨੂੰ, ਔਰ ਦਿਲਾਂ ਨੂੰ ਅਸੀਂ ਪਿਆਰ ਨਾਲ ਹੀ ਜਿੱਤ ਸਕਦੇ ਹਾਂ, ਆਪਣੀ ਅੱਛਾਈ ਨਾਲ ਹੀ ਜਿੱਤ ਸਕਦੇ ਹਾਂ। ਤਾਂ ਹੀ ਤਾਂ ਮੌਲਾਨਾ ਰੂਮੀ ਨੇ ਵੀ ਇਹ ਗੱਲ ਬੜੀ ਪਿਆਰੀ ਕਹੀ ਹੈ, ਕਹਿੰਦੇ ਤੁਹਾਰੇ ਨੇਕ ਅਮਲ ਬਹੁਤ ਜਾਦੂ ਕੀ ਛੜੀ ਹੈ, ਜਿਸਕੇ ਪਾਸ ਜੇ ਛੜੀ ਹੋਗੀ ਉਸੇ ਕਾਮਯਾਬੀ ਜ਼ਰੂਰ ਮਿਲੇਗੀ। ਦੇਖੋ ਹਰ ਇੱਕ ਸੰਤ ਮਹਾਂਪੁਰਸ਼ ਨੇ ਆਪਣੇ ਢੰਗ ਨਾਲ ਅੱਛਾਈ ਵੱਲ ਇਸ਼ਾਰਾ ਕੀਤਾ ਹੈ। ਇਹ ਹੁਣ ਚੈੱਕ ਕਰਨਾ ਕਿ ਮੇਰੀਆਂ ਆਦਤਾਂ ਅੱਛੀਆਂ ਜਾਂ ਮੇਰੀਆਂ ਆਦਤਾਂ ਬੁਰੀਆਂ ਹੈ, ਇਹ ਚੈੱਕ ਕਰਨਾ ਤੁਸੀਂ ਥੋੜ੍ਹਾ ਜਿਹਾ, ਕਿਉਂਕਿ ਹਰ ਇੱਕ ਇਨਸਾਨ ਨੂੰ ਆਪਣੀਆਂ ਆਦਤਾਂ ਦਾ ਪਤਾ ਹੁੰਦਾ ਹੈ ਕਿ ਮੇਰੀਆਂ ਆਦਤਾਂ ਕਿੱਦਾਂ ਦੀਆਂ, ਮੇਰੀ ਬੋਲ ਬਾਣੀ ਕੈਸੀ ਹੈ, ਮੇਰਾ ਬਿਹੇਵੀਅਰ ਕੈਸਾ ਹੈ, ਮੇਰਾ ਉੱਠਣ ਬੈਠਣ ਦਾ ਢੰਗ ਕੈਸਾ ਹੈ, ਅੱਛਾ ਹੈ ਜਾਂ ਬੁਰਾ ਹੈ। ਤਾਂ ਜੇ ਮੈਂ ਜੀਵਨ 'ਚ ਖੁਸ਼ੀ ਚਾਹੁੰਦਾ, ਆਪਣੇ ਰੱਬ ਦੀਆਂ ਰਹਿਮਤਾਂ ਚਾਹੁੰਦਾ, ਕਾਮਯਾਬੀ ਚਾਹੁੰਦਾ, ਤਾਂ ਮੈਨੂੰ ਆਪਣੀਆਂ ਆਦਤਾਂ ਨੂੰ ਅੱਛਾ, ਇਸ ਲਈ ਨੇਕ ਅਮਲ ਫਿਰ ਦੁਹਰਾਵਾਂਗੇ ਇੱਥੇ ਕਿ ਨੇਕ ਅਮਲ ਬਹੁਤ ਜਾਦੂ ਕੀ ਛੜੀ ਹੈ ਕਿ ਜਿਸਕੇ ਪਾਸ ਹੋਗੀ ਉਸੇ ਸਫਲਤਾ ਜ਼ਰੂਰ। ਇਹ ਲਈ ਅੱਜ ਤੋਂ ਨੇਕੀਆਂ ਕਰਨੀਆਂ ਸ਼ੁਰੂ ਕਰੋ। ਜੇ ਜੀਵਨ 'ਚ ਬੰਦਾ ਕਹਿੰਦਾ ਮੈਨੂੰ ਸਫਲਤਾ ਨਹੀਂ ਮਿਲ ਰਹੀ ਤਾਂ ਇਹਦਾ ਮਤਲਬ ਨੇਕੀਆਂ ਦੀ ਕਮੀ ਹੈ ਕਿਤੇ ਨਾ ਕਿਤੇ। ਜੇ ਤਾਂ ਬੰਦਾ ਕਈ ਕਹਿ ਦਿੰਦੇ ਮੇਰਾ ਕੋਈ ਕੰਮ ਨਹੀਂ ਬਣਦਾ, ਮੈਨੂੰ ਕਿਤੇ ਸਫਲਤਾ ਨਹੀਂ ਮਿਲਦੀ, ਮੈਂ ਜਿਹੜੇ ਕੰਮ ਨੂੰ ਹੱਥ ਪਾਉਂਦਾ ਉਹ ਕੰਮ 'ਚ ਮੈਨੂੰ ਕਾਮਯਾਬੀ ਨਹੀਂ ਮਿਲਦੀ, ਤਾਂ ਫਿਰ ਚੈੱਕ ਕਰ ਭਾਈ ਕਿ ਅਗਰ ਮੈਂ ਮਿਹਨਤ ਕਰਦਾ ਪਰ ਸਫਲਤਾ ਨਹੀਂ ਮਿਲ ਰਹੀ ਤਾਂ ਇਹਦਾ ਮਤਲਬ ਮਿਹਨਤ ਤਾਂ ਹੈਗੀ ਆ ਪਰ ਹਾਲੇ ਰਹਿਮਤ ਦੀ ਕਮੀ ਹੈ। ਔਰ ਰਹਿਮਤ ਕਦੋਂ ਹੋਣੀ ਹੈ? ਤਾਂ ਹੀ ਕਹਿੰਦੇ ਮਿਹਨਤ ਮੇਰੀ ਰਹਿਮਤ ਤੇਰੀ, ਰਹਿਮਤ ਉਦੋਂ ਹੋਣੀ ਹੈ ਜਦੋਂ ਮੈਂ ਅੱਛਾ ਕਰਮ ਕਰੂੰਗਾ, ਕਿਉਂਕਿ ਰੱਬ ਦੀ ਰਹਿਮਤ ਅੱਛਾਈ ਨਾਲ ਜੁੜੀ ਹੋਈ ਹੈ। ਬੁਰਾ ਕਰਕੇ ਅਸੀਂ ਕਦੀ ਰੱਬ ਦੀ ਰਹਿਮਤ ਹਾਸਿਲ ਨਹੀਂ ਕਰ ਸਕਦੇ। ਤਾਂ ਜੇ ਰੱਬ ਦੀ ਰਹਿਮਤ ਚਾਹੀਦੀ ਹੈ ਤਾਂ ਸਾਨੂੰ ਅੱਛੇ ਕਰਮ ਕਰਨੇ, ਅੱਛਾਈ ਦੇ ਮਾਰਗ 'ਤੇ ਚੱਲਣਾ। ਇਸ ਲਈ ਤਾਂ ਹੀ ਉਹਨਾਂ ਨੇ ਕਿਹਾ ਕਿ ਅੱਛੇ ਕਰਮ, ਨੇਕ ਅਮਾਲ ਬਹੁਤ ਜਾਦੂ ਕੀ ਛੜੀ ਹੈ ਕਿ ਜਿਸਕੇ ਪਾਸ ਹੋਗੀ ਉਸੇ ਕਾਮਯਾਬੀ ਜ਼ਰੂਰ। ਹੁਣ ਚੈੱਕ ਕਰਿਆ ਕਰੋ ਰੋਜ਼ ਸ਼ਾਮ ਨੂੰ ਸੌਣ ਲੱਗੇ ਕਿ ਅੱਜ ਮੈਂ ਕਿੰਨੇ ਕੁ ਨੇਕ ਅਮਲ ਕੀਤੇ ਅਤੇ ਕਿੰਨੇ ਮੈਂ ਬੁਰਾ ਕੀਤਾ। ਉੱਥੇ ਆਪਣੇ ਆਪ ਹੀ ਹਿਸਾਬ ਸਾਹਮਣੇ ਆ ਜਾਏਗਾ, ਕਿਉਂਕਿ ਜਦੋਂ ਇਹ ਗਿਣਤੀ ਹੋਵੇ ਨਾ ਕਿ ਅੱਜ ਮੈਂ ਅੱਛਾਈ ਜ਼ਿਆਦਾ ਕੀਤੀ ਹੈ, ਅੱਜ ਮੈਂ ਨੇਕ ਅਮਲ ਜ਼ਿਆਦਾ ਕੀਤੇ ਹੈ, ਤਾਂ ਫਿਰ ਤੁਸੀਂ ਕਹਿ ਸਕਦੇ ਹੋ ਕਿ ਹੁਣ ਮੈਨੂੰ ਕਾਮਯਾਬ ਹੋਣ ਤੋਂ ਕੋਈ ਰੋਕ, ਕਿਉਂਕਿ ਹੁਣ ਮੈਂ ਨੇਕੀ ਦੇ ਮਾਰਗ 'ਤੇ ਤੁਰ ਪਿਆ ਹਾਂ। ਤਾਂ ਜੇ ਮੈਨੂੰ ਲੱਗੇ ਅੱਜ ਮੈਂ ਇੰਨਿਆਂ ਦਾ ਦਿਲ ਦੁਖਾਇਆ, ਇੰਨਾ ਬੁਰਾ ਕੀਤਾ, ਮੈਂ ਨਸ਼ਾ ਕੀਤਾ, ਮੈਂ ਇੱਥੇ ਗਾਲੀ ਦਿੱਤੀ, ਇੱਥੇ ਝਗੜਾ ਕੀਤਾ, ਇੱਥੇ ਨਿੰਦਿਆ ਕੀਤੀ, ਇਹਦੀ ਚੁਗਲੀ ਕੀਤੀ, ਤਾਂ ਫਿਰ ਵੀ ਯਾਦ ਰੱਖੋ ਕਿ ਮੈਂ ਬੁਰਾਈ ਦੇ ਮਾਰਗ 'ਤੇ ਜਾ ਰਿਹਾ ਅਤੇ ਇਸ ਮਾਰਗ 'ਤੇ ਚੱਲ ਕੇ ਕੋਈ ਦੁਨੀਆਂ ਦੀ ਤਾਕਤ ਮੈਨੂੰ ਕਾਮਯਾਬ ਕਹਿ ਦਿਓ। ਜਿੱਦਾਂ ਬੰਦਾ ਕਹੇ ਨਸ਼ਾ ਕਰਕੇ ਮੈਂ ਕਦੀ ਅੱਛੀ ਸਿਹਤ ਦੀ ਕਾਮਨਾ ਕਰ ਸਕਦਾ? ਮੈਂ ਤੁਰਾਂ ਨਸ਼ੇ ਦੇ ਮਾਰਗ 'ਤੇ, ਹੱਥ ਵਿੱਚ ਹਰ ਵੇਲੇ ਸ਼ਰਾਬ ਹੋਵੇ ਤਾਂ ਸੋਚਾਂ ਮੈਂ ਤੰਦਰੁਸਤ ਹੋਣਾ ਅੱਗੇ ਤੋਂ ਅੱਗੇ, ਤਾਂ ਜੇ ਮੈਂ ਬੁਰੇ ਮਾਰਗ 'ਤੇ ਜਾ ਰਿਹਾ ਤਾਂ ਅੱਗੇ ਤੋਂ ਅੱਗੇ ਮੇਰੀ ਜ਼ਿੰਦਗੀ ਬੁਰੀ ਹੋਣੀ ਹੈ, ਅੱਛੀ ਕਦੀ ਨਹੀਂ ਹੋ ਸਕਦੀ। ਜ਼ਿੰਦਗੀ ਨੂੰ ਅੱਛਾ ਕਰਨ ਵਾਸਤੇ ਮਾਰਗ ਵੀ ਅੱਛਾ ਹੀ ਕਹਿ ਦਿਓ ਫੜਨਾ ਪੈਣਾ ਹੈ। ਇਸ ਲਈ ਅਗਰ ਅੱਛੇ ਬਣਨਾ ਚਾਹ, ਅੱਛੀ ਜ਼ਿੰਦਗੀ ਚਾਹੁੰਦੇ ਹਾਂ ਤਾਂ ਅੱਜ ਤੋਂ ਆਪਣੇ ਅਮਲਾਂ ਨੂੰ, ਆਪਣੇ ਕਰਮਾਂ ਨੂੰ, ਆਪਣੀਆਂ ਆਦਤਾਂ ਨੂੰ ਅੱਛਾ, ਇਹ ਕਿਹਦੇ ਹੱਥ ਵਿੱਚ ਹੈ ਇਹ ਵੀ ਜਵਾਬ ਦੇਣ ਦੇ ਨਾਲ। ਹੁਣ ਤੁਸੀਂ ਰੱਬਾ ਮੇਰੀ ਜ਼ਿੰਦਗੀ ਨੂੰ ਅੱਛਾ ਕਰ ਦੇ, ਸਮਝਦੇ ਹੋ ਕਿ ਨਹੀਂ? ਰੱਬ 'ਤੇ ਛੱਡ ਦਿੰਦੇ ਹਾਂ ਪਰ ਰੱਬ ਕਹਿੰਦਾ ਤੂੰ ਕਰਮ ਅੱਛੇ ਕਰ, ਜ਼ਿੰਦਗੀ ਮੈਂ ਆਪ ਹੀ ਅੱਛੀ ਬਣਾ ਦਊਂ। ਪਰ ਜੇ ਤੂੰ ਕਰਮ ਹੀ ਅੱਛੇ ਨਾ ਕਰੇਗਾ, ਇਹ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਤੁਸੀਂ ਬੱਚਿਆਂ ਨੂੰ ਨਾ
ਕੋਰਾ ਕਾਗਜ਼ ਦੇ ਦਿਓ ਨਾਲ ਕਲਰ ਦੇ ਦਿਓ, ਹੁਣ ਕਹੋ ਬੇਟਾ ਲਓ ਡਰਾਇੰਗ ਕਰੋ ਇੱਥੇ, ਤਾਂ ਕਈ ਬੱਚੇ ਉੱਤੇ ਨਾ ਪਹਾੜਾਂ ਦੀ ਤਸਵੀਰ ਬਣਾ ਦੇਣਗੇ, ਕਈ ਬੱਚੇ ਫੁੱਲਾਂ ਦੀ ਤਸਵੀਰ ਬਣਾ ਦੇਣਗੇ, ਪੇੜਾਂ ਦੀ ਤਸਵੀਰ ਬਣਾ ਦੇਣਗੇ, ਤਾਂ ਕਈ ਉੱਤੇ ਝੀਟੇ ਮੂਟੇ ਮਾਰ ਕੇ ਨਾ ਉਹ ਕਾਗਜ਼ ਨੂੰ ਖਰਾਬ ਕਰ ਦੇਣਗੇ, ਅਤੇ ਇਹ 'ਚ ਕਸੂਰ ਕਿਹਦਾ, ਮਾਸਟਰ ਦਾ ਜਾਂ ਬੱਚਿਆਂ ਦਾ? ਕਿਉਂਕਿ ਮਾਸਟਰ ਨੇ ਸਭ ਨੂੰ ਮੌਕਾ ਦਿੱਤਾ ਸੀ, ਆਹ ਪੇਪਰ ਲਓ, ਆਹ ਕਲਰ ਲਓ, ਬਣਾਓ ਕੋਈ ਅੱਛੀ ਤਸਵੀਰ। ਇਸੇ ਤਰ੍ਹਾਂ ਉਹ ਰੱਬ ਨੇ ਵੀ ਸਾਨੂੰ ਜ਼ਿੰਦਗੀ ਦੇ ਦਿੱਤੀ ਹੈ, ਔਰ ਕਰਮਾਂ ਰੂਪੀ ਕਲਮ ਸਾਡੇ ਹੱਥ 'ਚ ਹੈ, ਜੇ ਕਰਮ ਮਾੜੇ ਕਰਾਂਗੇ ਤਾਂ ਸਾਡੀ ਜ਼ਿੰਦਗੀ ਦੀ ਤਸਵੀਰ ਮਾੜੀ ਬਣ ਜਾਏਗੀ, ਤਾਂ ਜੇ ਕਰਮ ਅੱਛੇ ਕਰਾਂਗੇ ਤਾਂ ਸਾਡੀ ਜ਼ਿੰਦਗੀ ਦੀ ਤਸਵੀਰ ਅੱਛੀ ਹੁੰਦੀ। ਹੁਣ ਫਿਰ ਕਿਹਦੇ ਹੱਥ 'ਚ ਆਪਣੀ ਜ਼ਿੰਦਗੀ ਅੱਛੀ ਬਣਾਉਣੀ, ਜਵਾਬ ਦੇ ਦਿਓ। ਅੱਜ ਬੰਦਾ ਪਤਾ ਕੀ ਕਰਦਾ, ਬੰਦੇ ਦੀ ਹਾਲਾਤ ਕੀ ਹੈ, ਗਮਲਾ ਖਾਲੀ ਰੱਖਿਆ ਹੈ, ਵਿੱਚ ਮਿੱਟੀ ਪਾਈ ਹੋਈ ਹੈ, ਤਾਂ ਫਿਰ ਰੱਬ ਨੂੰ ਕਹਿੰਦਾ ਰੱਬਾ ਸੋਹਣਾ ਜਿਹਾ ਫੁੱਲ ਲਾ ਦੇ ਇਹਨੂੰ, ਰੱਬਾ ਸੋਹਣਾ ਜਿਹਾ ਫੁੱਲ ਲੱਗ ਜਾਵੇ, ਰੱਬਾ ਸੋਹਣਾ ਜਿਹਾ ਫੁੱਲ ਲਾ ਦੇ। 6 ਮਹੀਨੇ ਹੋ ਗਏ ਗੱਲ ਕਰਦੇ ਨੂੰ, ਦੁਆ ਕਰਦੇ ਨੂੰ, ਅਰਦਾਸ ਕਰਦੇ ਨੂੰ, ਪਰ ਲੱਗਦਾ ਨਹੀਂ ਪਿਆ ਫੁੱਲ। ਫਿਰ ਸਾਲ ਹੋ ਗਿਆ, ਰੱਬਾ ਮੈਨੂੰ ਸਾਲ ਹੋ ਗਿਆ ਬੇਨਤੀਆਂ ਕਰਦੇ ਨੂੰ, ਅੱਛਾ ਜਿਹਾ ਫੁੱਲ ਨਹੀਂ ਲੱਗਾ, ਅੱਛਾ ਜਿਹਾ ਸੋਹਣਾ ਜਿਹਾ ਪੌਦਾ ਨਹੀਂ ਲੱਗਾ। ਕਰਦੇ ਕਰਦੇ 1.5-2 ਸਾਲ ਹੋ ਗਏ, ਤਾਂ ਰੱਬ ਨੂੰ ਰੱਬ ਹੀ ਹੈ ਨਹੀਂ, ਰੱਬ ਹੀ ਹੈ ਨਹੀਂ ਗਾ। ਜੇ ਰੱਬ ਹੁੰਦਾ ਤਾਂ ਫੁੱਲ ਨਾ ਲਾਉਂਦਾ, ਮੈਨੂੰ 2 ਸਾਲ ਹੋ ਗਏ ਬੇਨਤੀ ਕਰਦੇ ਨੂੰ। ਤਾਂ ਉੱਧਰ ਰੱਬ ਬੈਠਾ ਪਤਾ ਕੀ ਕਹਿੰਦਾ ਹੈ, ਉਹ ਭਾਈ ਮੈਂ ਤਾਂ ਫੁੱਲ ਲਾਉਣ ਨੂੰ ਤਿਆਰ ਹਾਂ, ਤੂੰ ਬੀਜ ਤਾਂ ਬੋ, ਹਾਲੇ ਬੀਜ ਤਾਂ ਤੂੰ ਬੋਇਆ ਹੀ ਨਹੀਂ ਹੈ, ਤਾਂ ਮੈਂ ਕਿੱਦਾਂ ਫੁੱਲ ਲਾ ਦੇਵਾਂ? ਜਰਾ ਸਮਝਣਾ, ਕਸੂਰ ਕਿਹਦਾ ਹੈ, ਰੱਬ ਦਾ ਨਹੀਂ ਹੈ। ਧਰਤੀ ਤਾਂ ਤਿਆਰ ਹੀ ਹੈ ਫਲ ਦੇਣ ਨੂੰ, ਪਰ ਬੀਜ ਤਾਂ ਸਾਨੂੰ ਹੀ ਕਹਿ ਦਿਓ। ਤਾਂ ਜੇ ਅਸੀਂ ਬੀਜ ਹੀ ਨਾ ਬੋਈਏ ਤਾਂ ਕਹੀਏ ਲੈ ਧਰਤੀ ਫਲ ਹੀ ਨਹੀਂ ਦਿੰਦੀ, ਫਸਲ ਹੀ ਨਹੀਂ ਦਿੰਦੀ ਧਰਤੀ, ਤਾਂ ਧਰਤੀ ਦਾ ਕਸੂਰ ਨਹੀਂ ਹੈ। ਅਗਰ ਧਰਤੀ ਨੂੰ ਬੀਜ ਦੇਵੇਗਾ ਤਾਂ ਫਸਲ ਵੀ ਉਹਨੇ ਤਾਂ ਹੀ ਦੇਣੀ ਹੈ, ਤਾਂ ਜੇ ਬੀਜ ਹੀ ਨਹੀਂ ਅਸੀਂ ਬੋਵਾਂਗੇ। ਇਸੇ ਤਰ੍ਹਾਂ ਉਹ ਰੱਬ ਵੀ ਕਹਿੰਦਾ ਮੈਂ ਤੇਰੀ ਜ਼ਿੰਦਗੀ ਅੱਛੀ ਬਣਾਉਣ ਨੂੰ ਤਿਆਰ ਹਾਂ, ਤੂੰ ਕਰਮ ਤਾਂ ਅੱਛੇ ਕਰਨੇ ਸ਼ੁਰੂ, ਤੂੰ ਮੇਰੀ ਬੰਦਗੀ ਤਾਂ ਕਰ, ਮੇਰੇ 'ਤੇ ਯਕੀਨ ਤਾਂ ਰੱਖ, ਮੇਰੇ 'ਤੇ ਵਿਸ਼ਵਾਸ ਤਾਂ ਰੱਖ, ਮੇਰਾ ਨਾਮ ਤਾਂ ਜਪ, ਉਹ ਤੇਰੀ ਜ਼ਿੰਦਗੀ ਨੂੰ ਬਿਹਤਰ ਕਹਿ ਦਿਓ ਫਿਰ। ਇਸ ਲਈ ਜਿਸ ਕੇ ਪਾਸ ਇਹ ਜਾਦੂ ਦੀ ਛੜੀ ਹੈ ਤੁਹਾਡੇ ਨੇਕ ਅਮਲ, ਪਰ ਤੁਹਾਨੂੰ ਇਹ ਛੜੀ ਘੁਮਾਉਣੀ ਨਹੀਂ ਆਉਂਦੀ ਹਾਲੇ, ਇਹ ਘੁਮਾਉਣੀ ਸਿੱਖੋ ਇਹਨੂੰ। ਜਿੱਦਾਂ ਹੁਣ ਜਾਦੂ ਹੁੰਦਾ ਆਵਰਾ ਕਾ ਡਾਵਰਾ, ਉਹ ਜਾਦੂ ਇੱਕ ਛੜੀ, ਜਾਦੂਗਰ ਛੜੀ ਇਹ ਘੁਮਾਉਂਦਾ, ਟੋਪੀ ਵਿੱਚੋਂ ਖਰਗੋਸ਼ ਕੱਢ ਦਿੰਦਾ ਹੈ, ਟੋਪੀ ਵਿੱਚੋਂ ਕਦੀ ਕੁਛ ਕਬੂਤਰ ਕੱਢ ਦਿੰਦਾ ਹੈ। ਇੱਦਾਂ ਤੁਸੀਂ ਵੀ ਆਪਣੇ ਜੀਵਨ 'ਚੋਂ ਬਹੁਤ ਕੁਛ ਕੱਢ ਸਕਦੇ ਹੋ, ਕਈ ਖੁਸ਼ੀਆਂ, ਆਨੰਦ, ਕਾਮਯਾਬੀ, ਸਫਲਤਾ ਕੱਢ ਸਕਦੇ ਹੋ, ਅਗਰ ਤੁਹਾਨੂੰ ਇਹ ਜਾਦੂ ਦੀ ਛੜੀ ਘੁਮਾਉਣੀ ਆ ਜਾਵੇ। ਔਰ ਉਹ ਜਾਦੂ ਦੀ ਛੜੀ ਹੈ ਨੇਕ ਅਮਲ, ਨੇਕ ਅਮਾਲ, ਅੱਛਾ ਬੋਲੋ, ਅੱਛਾ ਕਰੋ, ਪਰਮਾਤਮਾ ਦੀ ਬੰਦਗੀ ਨਾਲ ਜੁੜੋ, ਆਪਣੀ ਜ਼ੁਬਾਨ 'ਤੇ ਉਹਦਾ ਨਾਮ ਰੱਖੋ, ਕਿਉਂਕਿ ਜਿਸ ਤਰ੍ਹਾਂ ਪਹਿਲਾਂ ਦੱਸਿਆ ਕਿ ਸਾਰੇ ਦੁੱਖਾਂ ਦੀ ਦੁਆ ਤਾਂ ਉਹਦਾ, ਜਦੋਂ ਅਸੀਂ ਉਹਦਾ ਸਿਮਰਨ ਕਰਦੇ ਹਾਂ, ਉੱਤੇ ਵਿਸ਼ਵਾਸ ਰੱਖ ਕੇ ਨੇਕੀਆਂ ਦੇ ਮਾਰਗ 'ਤੇ ਚੱਲਦੇ ਹਾਂ, ਤਾਂ ਫਿਰ ਕਾਮਯਾਬੀ ਦੇ ਖਰਗੋਸ਼ ਨਿਕਲਣਗੇ। ਇਹ ਛੜੀ ਘੁਮਾਵਾਂਗੇ ਤਾਂ ਫਿਰ ਉਹ ਕਬੂਤਰ ਵੀ ਉਡਾਰੀਆਂ ਮਾਰਨਗੇ ਖੁਸ਼ੀਆਂ ਦੀਆਂ, ਕਾਮਯਾਬੀ ਵੀ ਜ਼ਿੰਦਗੀ 'ਚ ਆਏਗੀ। ਪਰ ਜੇ ਅਸੀਂ ਕੋਸ਼ਿਸ਼ ਹੀ ਨਾ ਕਰੀਏ, ਮਿਹਨਤ ਹੀ ਨਾ ਕਰੀਏ, ਨੇਕੀਆਂ ਨਾ ਕਰੀਏ, ਕਰਮ ਬੁਰੇ ਕਰੀ ਜਾਈਏ। ਹੁਣ ਬੱਚਾ ਕਹੇ ਕਿ ਮਾਸਟਰ ਜੀ ਮੈਨੂੰ ਪਾਸ ਨਹੀਂ ਕਰਦੇ, ਤਾਂ ਮਾਸਟਰ ਨੇ ਕਹਿਣਾ ਬੇਟਾ ਮੈਂ ਤਾਂ ਬੈਠਾ ਹੀ ਹਾਂ ਪਾਸ ਕਰਨ ਨੂੰ, ਪਰ ਮਿਹਨਤ ਤਾਂ ਤੈਨੂੰ ਹੀ। ਹੁਣ ਬੱਚਾ ਲੱਗਾ ਰਹੇ ਮੋਬਾਈਲ 'ਤੇ ਗੇਮ ਖੇਡਣ, ਔਰ ਬਾਅਦ 'ਚੋਂ ਪੇਪਰ ਦੇਵੇ ਨਾ ਮਾਸਟਰ ਜੀ ਨੇ ਪਾਸ ਨਹੀਂ ਕੀਤਾ ਮੈਨੂੰ, ਤਾਂ ਕਸੂਰ ਮਾਸਟਰ ਦਾ ਨਹੀਂ ਹੈ, ਕਸੂਰ ਤਾਂ ਬੇਟਾ ਤੇਰਾ ਕਿ ਤੂੰ ਹੀ ਮਿਹਨਤ ਨਹੀਂ ਕੀਤੀ। ਇੱਦਾਂ ਅੱਜ ਬੰਦਾ ਕਹਿੰਦਾ ਕਿਸਮਤ 'ਚ ਮੇਰੇ ਦੁੱਖ ਹੀ ਬਹੁਤ ਹੈ, ਰੱਬ ਮੇਰੀ ਸੁਣਦਾ ਹੀ ਨਹੀਂ ਹੈ, ਰੱਬ ਮੈਨੂੰ ਕਾਮਯਾਬੀ ਨਹੀਂ ਦਿੰਦਾ, ਦੋਸ਼ ਸਾਰਾ ਕਿਸਮਤ ਨੂੰ ਜਾਂ ਰੱਬ ਨੂੰ ਦੇ ਰਿਹਾ ਹੈ, ਪਰ ਕਦੀ ਚੈੱਕ ਨਹੀਂ ਕਰਦਾ ਕਿ ਮੈਂ ਕਰਮ ਕੈਸੇ ਕਰ ਰਿਹਾ। ਆਪਣੇ ਕਰਮਾਂ ਵੱਲ ਧਿਆਨ ਦੇਈਏ, ਤਾਂ ਰੱਬ ਕੋਈ ਸਾਡਾ ਦੁਸ਼ਮਣ ਥੋੜ੍ਹੀ ਹੈ, ਉਹ ਤਾਂ ਸਾਡਾ ਪਿਤਾ ਹੈ, ਔਰ ਪਿਤਾ ਤਾਂ ਆਪ ਬੱਚਿਆਂ ਦੇ ਜੀਵਨ 'ਚ ਖੁਸ਼ੀ ਚਾਹੁੰਦਾ ਹੈ, ਪਿਤਾ ਤਾਂ ਬੱਚਿਆਂ ਨੂੰ ਹਰ ਸੁੱਖ ਦੇਣਾ ਚਾਹੁੰਦਾ ਹੈ।
ਪਰ ਹੁਣ ਉਹ ਸੁੱਖ ਦੇ ਲਾਇਕ ਕੰਮ ਵੀ ਤਾਂ ਬੱਚੇ ਨੂੰ ਆਪ ਹੀ ਕਹਿ ਦਿਓ। ਜਿੱਦਾਂ ਅਸੀਂ ਕਈ ਵਾਰ ਉਹ ਮਿਸਾਲ ਦੇਈਦੀ ਨਾ ਕਿ ਇੱਕ ਬੱਚੇ ਨੇ ਅਗਰ ਡਾਕਟਰ ਬਣਨਾ ਹੈ, ਵਕੀਲ ਬਣਨਾ ਹੈ ਜਾਂ ਕੋਈ ਵੀ ਡਿਗਰੀ ਕਰਨੀ ਹੈ ਤਾਂ ਬਾਪ ਪੈਸਾ ਤਾਂ ਦੇ ਸਕਦਾ ਹੈ ਪਰ ਮਿਹਨਤ ਤਾਂ ਬੱਚੇ ਨੂੰ। ਹੁਣ ਵੀ ਫੀਸ ਤਾਂ ਬਾਪ ਭਰ ਦੇਗਾ ਮੈਡੀਕਲ ਕਾਲਜ ਦੀ ਕਿ ਜਾ ਬਈ ਉਹ ਮੈਡੀਕਲ ਕਾਲਜ ਵਿੱਚ ਐਡਮਿਸ਼ਨ ਤੈਨੂੰ ਦਵਾਤੀ, ਫੀਸ ਮੈਂ ਭਰ ਦਿੱਤੀ ਤੇਰੀ, ਪਰ ਉੱਥੇ ਪੜ੍ਹਨਾ, ਮਿਹਨਤ ਕਰਨੀ, ਪਾਸ ਹੋਣਾ, ਉਹ ਕੰਮ ਬਾਪ ਨਹੀਂ ਕਰ ਸਕਦਾ ਉਹ ਬੱਚੇ ਨੂੰ। ਤਾਂ ਜੇ ਬੱਚਾ ਹੀ ਉੱਥੇ ਨਾ ਕਰੇ ਬਾਅਦ 'ਚ ਉਹ ਬਾਪ ਨੇ ਮੈਨੂੰ ਡਾਕਟਰ ਨਹੀਂ ਬਣ ਦਿੱਤਾ, ਤਾਂ ਬਾਪ ਨੇ ਤਾਂ ਭਾਈ ਫੀਸ ਦਿੱਤੀ ਸੀ। ਇਸੇ ਤਰ੍ਹਾਂ ਰੱਬ ਵੀ ਸਾਨੂੰ ਸਵਾਸਾਂ ਦਾ ਧੰਨ ਦਿੰਦਾ ਹੈ, ਉਹ ਰੱਬ ਵੀ ਸਾਨੂੰ ਇਹ ਜ਼ਿੰਦਗੀ ਦਿੰਦਾ, ਬਾਕੀ ਮਿਹਨਤ ਤਾਂ ਸਾਨੂੰ ਹੀ, ਕਰਮ ਤਾਂ ਸਾਨੂੰ ਹੀ ਅੱਛੇ ਪਿਆਰ ਨਾਲ ਵਿਸ਼ਵਾਸ ਨਾਲ। ਅਗਰ ਕਰਮ ਅੱਛੇ ਕਰਾਂਗੇ ਤਾਂ ਫਿਰ ਦੁਹਰਾਵਾਂਗੇ ਕਿ ਨੇਕ ਅਮਾਲ ਬਹੁਤ ਜਾਦੂ ਕੀ ਛੜੀ ਹੈ ਕਿ ਜਿਸਕੇ ਪਾਸ ਜੇ ਛੜੀ ਹੈ ਉਸੇ ਕਾਮਯਾਬ ਹੋਣੇ ਸੇ ਕੋਈ ਰੋਕ। ਜਿਹੜੀ ਅੱਜ ਤੋਂ ਇਹ ਛੜੀ ਆਪਣੇ ਹੱਥ 'ਚ ਫੜਨੀ ਹੈ ਤੁਸੀਂ, ਕਿ ਮੈਂ ਨੇਕ ਅਮਾਲ ਕਰਨੇ, ਬੋਲਣਾ ਅੱਛਾ ਹੈ, ਸੋਚਣਾ ਅੱਛਾ ਹੈ, ਕਰਨਾ ਅੱਛਾ ਹੈ, ਔਰ ਜਿੰਨਾ ਵੀ ਹੋ ਸਕੇ ਬਸ ਮੇਰੇ ਜੀਵਨ 'ਚ ਅੱਛਾਈ ਹੋਣੀ ਚਾਹੀਦੀ ਹੈ, ਤਾਂ ਫਿਰ ਸਾਨੂੰ ਕਾਮਯਾਬ ਹੋਣ ਤੋਂ ਕੋਈ। ਔਰ ਇੱਧਰ ਸ਼੍ਰੀ ਕ੍ਰਿਸ਼ਨ ਦੀ ਗੱਲ ਵੀ ਪੂਰੀ ਕਰੀਏ ਫਿਰ ਸਤਸੰਗ ਨੂੰ ਸਮਾਪਤ ਕਰਾਂਗੇ ਕਿ ਸ਼੍ਰੀ ਕ੍ਰਿਸ਼ਨ ਨੇ ਕਿਹਾ ਕਿ ਕ੍ਰੋਧ, ਨਫ਼ਰਤ, ਸ਼ੋਗ, ਚਿੰਤਾ, ਡਰ ਸੇ ਆਤਮਿਕ ਤੇਜ ਕਮ ਹੋ ਜਾਤਾ ਹੈ, ਪ੍ਰੇਮ, ਵਿਸ਼ਵਾਸ, ਮੁਸਕੁਰਾਹਟ, ਪ੍ਰਾਰਥਨਾ ਔਰ ਧਿਆਨ ਸੇ ਆਤਮਿਕ ਤੇਜ ਵੱਧ ਜਾਤਾ ਹੈ। ਇਸ ਲਈ ਜੇ ਆਪਣੇ ਅੰਦਰਲੀ ਸ਼ਕਤੀ ਨੂੰ ਵਧਾਉਣਾ ਚਾਹੁੰਦੇ ਹੋ ਤਾਂ ਫਿਰ ਚਿੰਤਾ ਕਰਨੀ ਘੱਟ ਕਰੀਏ, ਘੱਟ ਕੇ ਬੰਦ ਹੀ ਕਰੀਏ ਇਹਨੂੰ, ਡਰਨਾ ਬੰਦ ਕਰੀਏ। ਬੰਦਾ ਐਵੇਂ ਡਰਦਾ ਰਹਿੰਦਾ ਕੀ ਬਣੇਗਾ ਕੀ ਹੋਏਗਾ। ਔਰ ਕਈ ਵਾਰ ਅਸੀਂ ਦੇਖਿਆ ਹੈ ਕਿ ਬੰਦਾ ਜਿੰਨੀਆਂ ਟੈਨਸ਼ਨਾਂ ਲੈਂਦਾ ਨਾ, ਚਿੰਤਾਵਾਂ, ਡਰ ਲੈ ਕੇ ਬੈਠਾ ਹੈ ਕਿ ਇੱਦਾਂ ਨਾ ਹੋ ਜਾਵੇ, ਹੁੰਦਾ ਕੁਛ ਵੀ ਬਸ ਉਹ ਖਾਵਾਂ ਖਾਂ ਦਾ ਡਰ ਹੀ ਹੁੰਦਾ ਹੈ। ਜਿੱਦਾਂ ਫਰਜ਼ ਕਰੋ ਬੰਦਾ ਗੱਡੀ 'ਚ ਬੈਠਾ ਸੋਚੀ ਜਾਵੇ ਕਿਤੇ ਐਕਸੀਡੈਂਟ ਨਾ ਹੋ ਜਾਵੇ, ਕਿਤੇ ਟਾਇਰ ਪੈਂਚਰ ਨਾ ਹੋ ਜਾਵੇ, ਜ਼ਰਾ ਸੋਚੋ। ਹੁਣ ਜੇ ਇਹ ਡਰ ਅੰਦਰ ਹੈ, ਚਿੰਤਾ ਹੈ, ਤਾਂ ਅਸੀਂ ਸਫ਼ਰ ਦਾ ਆਨੰਦ ਲੈ ਸਕਦੇ ਹਾਂ, ਸਫ਼ਰ ਮਜ਼ੇ ਨਾਲ ਕਰ ਸਕਦੇ ਹਾਂ। ਬਾਅਦ 'ਚੋਂ ਜਦੋਂ ਨਾ ਬੰਦਾ ਮੰਜ਼ਿਲ 'ਤੇ ਪਹੁੰਚਦਾ, ਉਹ ਯਾਰ ਮੈਂ ਤਾਂ ਐਵੇਂ ਡਰੀ ਗਿਆ, ਮੈਂ ਤਾਂ ਐਵੇਂ ਟੈਨਸ਼ਨ ਲਿਆ, ਹੋਇਆ ਤਾਂ ਕੁਛ ਵੀ ਹੈ ਨਹੀਂ। ਤਾਂ ਭਾਈ ਜਿੱਦਾਂ ਅਸੀਂ ਇੱਕ ਸਵਾਲ ਪੁੱਛੀਦਾ ਹੁੰਦਾ ਇੱਥੇ ਵੀ ਪੁੱਛਾਂਗੇ, ਜਵਾਬ ਦੇਣ ਨੂੰ ਤਿਆਰ ਹੋ ਤੁਸੀਂ ਕਿ ਜਦੋਂ ਤੁਸੀਂ ਸਫ਼ਰ 'ਤੇ ਜਾਂਦੇ ਹੋ, ਫਰਜ਼ ਕਰੋ ਦਿੱਲੀ ਨੂੰ ਜਾਂਦੇ ਹੋ, ਕੋਈ ਟ੍ਰੇਨ ਦਾ ਸਫ਼ਰ ਕਰਦੇ ਹੋ, ਚਾਹੇ ਬੱਸ ਦਾ ਸਫ਼ਰ ਕਰਦੇ ਹੋ, ਜਾਂ ਕਈ ਵਾਰ ਟੈਕਸੀ ਲੈ ਕੇ ਦਿੱਲੀ ਨੂੰ ਜਾਂਦੇ ਹੋ, ਜਾਂਦੇ ਹੋ ਕਿ ਨਹੀਂ? ਤਾਂ ਹੁਣ ਜਦੋਂ ਤੁਸੀਂ ਬਹਿੰਦੇ ਹੋ ਗੱਡੀ 'ਚ ਤਾਂ ਤੁਸੀਂ ਜਾਗਦੇ ਜਾਂਦੇ ਹੋ ਇੱਦਾਂ ਜਾਂ ਫਿਰ ਸੌਂ ਵੀ ਜਾਂਦੇ ਹੋ ਵਿੱਚ ਵਿੱਚ? ਦਿੱਲੀ ਨੂੰ ਜਾਂਦਿਆਂ ਦੀ ਗੱਲ ਕਰ ਰਹੇ ਹਾਂ ਅਸੀਂ, ਜਵਾਬ ਦੇ ਦਿਓ, ਜਾਗਦੇ ਜਾਂਦੇ ਹੋ ਜਾਂ ਸੌਂ ਵੀ ਜਾਂਦੇ ਹੋ ਵਿੱਚ ਵਿੱਚ? ਸੌਂ ਜਾਂਦੇ ਹੋ ਜਾਂ ਜਾਗਦੇ ਹੁੰਦੇ ਹੋ? ਤਾਂ ਇੱਦਾਂ ਟੈਨਸ਼ਨ ਨਾਲ ਕੁਛ ਹੋ ਨਾ ਜਾਵੇ, ਹੈਂ, ਉੱਧਰੋਂ ਗੱਡੀ ਨਾਲ ਐਕਸੀਡੈਂਟ ਹੋ ਜਾਵੇ, ਇੱਧਰੋਂ ਉਹ ਨਾ ਹੋ ਜਾਵੇ, ਜਾਂ ਫਿਰ ਆਰਾਮ ਨਾਲ ਸੌਂ ਜਾਂਦੇ ਹੋ ਜਦੋਂ ਦਿੱਲੀ ਆਏਗੀ 8-9 ਘੰਟੇ ਲੱਗਣੇ ਆ, ਢਾਬੇ 'ਤੇ ਰੁਕੇ ਤਾਂ ਉੱਠ ਜਾਵਾਂਗੇ ਨਹੀਂ ਤਾਂ ਸੌਂ ਜਾਈਏ, ਵਿੱਚ ਵਿੱਚ ਝਪਕੀ ਲੈ ਲੈਂਦੇ ਹੋ, ਲੈ ਲੈਂਦੇ ਹੋ ਕਿ ਨਹੀਂ? ਬੱਸੇ ਜਾਂਦੇ ਹੋਏ, ਟ੍ਰੇਨ 'ਚ ਜਾਂਦੇ ਹੋਏ, ਟ੍ਰੇਨ 'ਚ ਤਾਂ ਬੰਦਾ ਸਲੀਪਰ 'ਤੇ ਲੰਮਾ ਪੈ ਕੇ ਜਾਂਦਾ ਹੈ ਨਾ, ਸਲੀਪਰ ਕਹਿੰਦੇ ਉਹ ਨਹੀਂ ਹੈ ਕਿ ਸਲੀਪ, ਸੁੱਤੇ ਨੇ ਜਾਣਾ, ਹੋ ਜਾਂਦਾ ਕਿ ਨਹੀਂ? ਜਵਾਬ ਨਹੀਂ ਦੇ ਰਹੇ ਹੋ ਤੁਸੀਂ। ਹੁਣ ਇੱਥੇ ਗੱਲ ਦਾ ਪਤਾ ਹੋਣਾ ਚਾਹੀਦਾ ਤੁਹਾਨੂੰ ਕਿ ਜਦੋਂ ਆਪਾਂ ਗੱਡੀ 'ਚ ਜਾਂਦੇ ਹਾਂ ਜਾਂ ਟ੍ਰੇਨ 'ਚ ਜਾਂਦੇ ਹਾਂ, ਬੱਸੇ ਜਾਂਦੇ ਹਾਂ, ਸੌ ਜਾਂਦੇ ਹਾਂ ਅਸੀਂ ਵਿੱਚ ਵਿੱਚ, ਨੀਂਦ ਲੈ ਲੈਂਦੇ ਹਾਂ, ਲੈ ਲੈਂਦੇ ਕਿ ਨਹੀਂ? ਉੱਥੇ ਸਾਨੂੰ ਪਤਾ ਹੁੰਦਾ ਡਰਾਈਵਰ ਕੌਣ ਹੈ ਚਲਾਉਣ ਵਾਲਾ ਬੱਸ, ਉਹਦਾ ਨਾਮ ਕੀ ਹੈ, ਉਹਦਾ ਪਿੰਡ ਕੀ ਹੈ, ਉਹ ਸ਼ਰਾਬੀ ਹੈ, ਕਬਾਬੀ ਹੈ, ਕੌਣ ਹੈ, ਉਹ ਪਤਾ ਹੁੰਦਾ ਉਹਦੇ ਬਾਰੇ ਸਾਨੂੰ? ਜਾਂ ਟ੍ਰੇਨ ਦੇ ਡਰਾਈਵਰ ਬਾਰੇ ਪਤਾ ਹੁੰਦਾ ਕਿ ਟ੍ਰੇਨ ਦਾ ਡਰਾਈਵਰ ਕੌਣ ਹੈ? ਭਾਈ ਕਿਤੇ ਨਸ਼ਾ ਕਰਕੇ ਤਾਂ ਨਹੀਂ ਚਲਾ ਰਿਹਾ? ਕੋਈ ਪਤਾ ਹੁੰਦਾ, ਪਰ ਫਿਰ ਵੀ ਵਿਸ਼ਵਾਸ ਨਾਲ ਅਸੀਂ
ਅੱਖਾਂ ਬੰਦ ਕਰ ਲੈਂਦੇ ਹਾਂ ਕਿਉਂਕਿ ਕਿਤੇ ਨਾ ਕਿਤੇ ਯਕੀਨ ਹੁੰਦਾ ਪਹੁੰਚ ਜਾਣਾ ਦਿੱਲੀ, ਸਮਝਦੇ ਹੋ ਕਿ ਨਹੀਂ? ਹਾਲਾਂਕਿ ਸਾਨੂੰ ਨਾ ਬੱਸ ਦੇ ਡਰਾਈਵਰ ਦਾ ਪਤਾ ਹੁੰਦਾ ਹੈ ਕਿ ਕੌਣ ਹੈ, ਚੰਗਾ ਹੈ, ਬੁਰਾ ਹੈ, ਤਾਂ ਨਾ ਹੀ ਟ੍ਰੇਨ ਦੇ ਡਰਾਈਵਰ ਦਾ ਪਤਾ ਹੁੰਦਾ ਕਿ ਟ੍ਰੇਨ ਚਲਾਉਣ ਵਾਲਾ ਕੌਣ ਹੈ, ਬੱਸ ਚਲਾਉਣ ਵਾਲਾ ਕੌਣ ਹੈ, ਸਾਨੂੰ ਡਰਾਈਵਰ ਦਾ ਨਹੀਂ ਪਤਾ ਹੁੰਦਾ, ਫਿਰ ਵੀ ਅਸੀਂ ਆਰਾਮ ਨਾਲ ਸੌਂ ਜਾਂਦੇ ਹਾਂ ਜਾਂ ਬੇਫਿਕਰ ਹੋ ਕੇ ਬਹਿ ਜਾਂਦੇ ਹਾਂ। ਤਾਂ ਅਸੀਂ ਇੱਕ ਗੱਲ ਤਾਂ ਹੁਣ ਇੱਥੇ ਗੱਲ ਕਹਿਣੀ ਚਾਹਾਂਗੇ ਕਿ ਜੇ ਟ੍ਰੇਨ ਦਾ ਡਰਾਈਵਰ, ਹਾਲਾਂਕਿ ਸਾਨੂੰ ਉਹਦੇ ਬਾਰੇ ਪਤਾ ਨਹੀਂ, ਹੈ ਇੱਕ ਇਨਸਾਨ ਹੀ, ਪਰ ਸਾਨੂੰ ਨਹੀਂ ਪਤਾ ਕੌਣ ਹੈ, ਚੰਗਾ ਹੈ, ਮਾੜਾ ਹੈ, ਸ਼ਰਾਬੀ ਹੈ, ਕੌਣ ਹੈ, ਪਰ ਫਿਰ ਵੀ ਅਸੀਂ ਆਰਾਮ ਨਾਲ ਬੇਫਿਕਰ ਹੋ ਕੇ ਬੈਠ ਜਾਂਦੇ ਹਾਂ, ਚਾਹੇ ਬੱਸ ਦਾ ਡਰਾਈਵਰ ਹੋਵੇ ਚਾਹੇ ਟ੍ਰੇਨ ਦਾ ਡਰਾਈਵਰ, ਉਹ ਜੇ ਉੱਥੇ ਵਿਸ਼ਵਾਸ ਕਰਕੇ ਸਾਨੂੰ ਪਤਾ ਨਹੀਂ ਹੈ ਕੌਣ, ਫਿਰ ਵੀ ਅਸੀਂ ਬੇਫਿਕਰ ਹੋ ਕੇ ਬਹਿ ਜਾਂਦੇ ਹਾਂ, ਸੌਂ ਵੀ ਜਾਂਦੇ ਹਾਂ, ਤਾਂ ਫਿਰ ਜਰਾ ਸੋਚੋ ਸਾਡੀ ਜ਼ਿੰਦਗੀ ਨੂੰ ਚਲਾਉਣ ਵਾਲਾ, ਇਹ ਦੁਨੀਆ ਨੂੰ ਚਲਾਉਣ ਵਾਲਾ, ਇਹਦਾ ਤਾਂ ਸਾਨੂੰ ਪਤਾ ਨਹੀਂ ਕੋਈ ਵਾਹਿਗੁਰੂ ਅੱਲਾ ਉਹ ਪਰਮਾਤਮਾ ਚਲਾ ਰਿਹਾ ਹੈ, ਤਾਂ ਫਿਰ ਅਸੀਂ ਬੇਫਿਕਰ ਹੋ ਕੇ ਕਿਉਂ ਨਹੀਂ ਜਾ ਸਕਦੇ, ਫਿਰ ਬੇਫਿਕਰ ਹੋ ਕੇ ਕਿਉਂ ਨਹੀਂ ਜ਼ਿੰਦਗੀ ਜੀ ਸਕਦੇ ਕਿ ਸਾਡੀ ਜ਼ਿੰਦਗੀ ਨੂੰ ਚਲਾਉਣ ਵਾਲਾ ਉਹ ਡਰਾਈਵਰ ਹੈ ਜਿਹਨੂੰ ਰੱਬ ਕਹਿੰਦੇ ਆ, ਈਸ਼ਵਰ ਕਹਿੰਦੇ, ਭਗਵਾਨ ਕਹਿੰਦੇ, ਅੱਲਾ ਕਹਿੰਦੇ ਹੈ, ਜਿਹਨੂੰ ਵਾਹਿਗੁਰੂ ਕਹਿੰਦੇ ਹੈ, ਉਹ ਜਿਹੜਾ ਸਾਰੀ ਕਾਇਨਾਤ ਨੂੰ ਸੰਭਾਲ ਰਿਹਾ, ਉਹ ਸਾਨੂੰ ਵੀ ਕਿਉਂ ਚਿੰਤਾ ਕਰਨੀ, ਜੋ ਹੋਏਗਾ। ਤਾਂ ਹੀ ਤਾਂ ਸ਼੍ਰੀ ਕ੍ਰਿਸ਼ਨ ਵੀ ਕਹਿੰਦੇ ਕਰਮ ਕਰ, ਕਿਉਂ ਚਿੰਤਾ ਕਰਦਾ ਕੀ ਬਣੇਗਾ ਕੀ ਹੋਏਗਾ, ਤੂੰ ਮਿਹਨਤ ਕਰਦਾ ਜਾ ਕਿਉਂਕਿ ਤੇਰੇ ਕਰਮ ਦਾ ਹੀ ਫਲ ਤੈਨੂੰ ਕਹਿ ਦਿਓ ਮਿਲਣਾ ਹੈ। ਔਰ ਫਿਰ ਇਹ ਗੱਲ ਤਾਂ ਸਾਰੇ ਕਹਿੰਦੇ ਜੈਸੀ ਕਰਨੀ, ਕਰਨੀ ਅੱਜ ਹੈ, ਭਰਨੀ ਕਦੋਂ ਹੁੰਦੀ ਹੈ, ਅੱਜ ਹੀ ਮਿਲਣੀ ਕੱਲ੍ਹ ਨੂੰ, ਕਹਿੰਦੇ ਕਰਮ ਅੱਜ ਕਰਨਾ ਪੈਂਦਾ ਫਲ ਹਮੇਸ਼ਾ, ਤਾਂ ਜੇ ਕਰਮ ਅੱਜ ਚੰਗੇ ਕਰਾਂਗੇ ਤਾਂ ਫਲ ਦੀ ਚਿੰਤਾ ਕਰਨ ਦੀ ਲੋੜ ਹੈ ਸਾਨੂੰ? ਫਿਰ ਅੱਜ ਕਣਕ ਬੀਜੀ ਹੈ ਤਾਂ ਕਣਕ ਹੀ ਵੱਢਣੀ ਹੈ, ਮੱਕੀ ਬੀਜੀ ਹੈ ਤਾਂ ਮੱਕੀ ਵੱਢਣੀ ਹੈ, ਹੁਣ ਬੰਦੇ ਨੂੰ ਚਿੰਤਾ ਕਰਨ ਦੀ ਲੋੜ ਹੀ, ਕਣਕ ਬੀਜੀ ਸੀ ਕਿਤੇ ਮੱਕੀ ਨਾ ਹੋ ਜਾਵੇ, ਇੱਦਾਂ ਹੁੰਦੀ ਹੈ ਕਦੀ ਚਿੰਤਾ ਹੁੰਦੀ ਹੈ ਇਹ, ਕਿਤੇ ਆਲੂ ਨਾ ਨਿਕਲ ਜਾਣ, ਨਹੀਂ ਪਤਾ ਜੇ ਕਣਕ ਬੀਜੀ ਹੈ ਨਾ ਕਿਸਾਨ ਆਰਾਮ ਨਾਲ ਸੌਂ ਜਾਂਦਾ ਹੈ, ਹਾਂ ਜਿਹੜਾ ਪਾਣੀ ਦੇਣ ਦਾ ਟਾਈਮ ਆਉਂਦਾ ਹੈ, ਜੋ ਕਰਨ ਦਾ ਟਾਈਮ ਆ, ਉਹ ਕਰਮ ਕਰਦਾ ਜਾਂਦਾ ਹੈ, ਪਰ ਉਹਨੂੰ ਪਤਾ ਜੇ ਕਣਕ ਬੀਜੀ ਤਾਂ ਮਿਲਣੀ ਵੀ। ਹੁਣ ਅੱਜ ਇਨਸਾਨ ਨੂੰ ਚਿੰਤਾ ਕਿਉਂ ਹੁੰਦੀ ਹੈ? ਇਹਦਾ ਕਾਰਨ ਇੱਕੋ ਹੀ ਹੈ, ਕਿਉਂਕਿ ਬੰਦੇ ਨੂੰ ਪਤਾ ਹਰ ਵੇਲੇ ਕਰ ਹੀ ਬੁਰਾ ਰਿਹਾ ਹੈ, ਹਰ ਵੇਲੇ ਮੈਂ ਕਿਸੇ ਦੀ ਨਿੰਦਿਆ ਕਰ ਰਿਹਾ, ਕਿਸੇ ਚੁਗਲੀ ਕਰ ਰਿਹਾ ਹਾਂ, ਕਿਤੇ ਮੈਂ ਝੂਠ ਬੋਲ ਰਿਹਾ, ਕਿਤੇ ਮੈਂ ਹੇਰਾ ਫੇਰੀਆਂ ਕਰ ਰਿਹਾ, ਕਿਤੇ ਮੈਂ ਬੁਰਾ ਕਰ ਰਿਹਾ ਹਾਂ, ਹੁਣ ਉਹ ਡਰ ਰਹਿੰਦਾ ਹੈ ਕਿਉਂਕਿ ਬੁਰੇ ਨੂੰ ਹੀ ਹਮੇਸ਼ਾ ਜਵਾਬ ਦੇ ਦਿਓ, ਇਹ ਡਰ ਕਿਹਨੂੰ ਹੁੰਦਾ ਹੈ? ਜਿਹਨੇ ਚੋਰੀ ਕੀਤੀ ਹੁੰਦੀ ਉਹਨੂੰ ਡਰ ਹੁੰਦਾ ਕੋਈ ਪੁਲਿਸ ਵਾਲਾ ਦਰਵਾਜ਼ਾ ਖੜਕਾ ਦੇਵੇ ਨਾ, ਹੋ ਯਾਰ ਪੁਲਿਸ ਵਾਲੇ ਹੁਣ ਫੜਿਆ ਗਿਆ, ਤਾਂ ਜਿਹਨੇ ਚੋਰੀ ਨਾ ਕੀਤੀ ਉਹਨੂੰ ਕੋਈ ਡਰ ਵੀ? ਇੱਥੋਂ ਕੀ ਪਤਾ ਲੱਗਦਾ ਹੈ ਕਿ ਸਾਡੀ ਚਿੰਤਾ ਦਾ ਕਾਰਨ ਹੀ ਇਹ ਹੈ ਕਿ ਸਾਨੂੰ ਪਤਾ ਅਸੀਂ ਕਰਮ ਹੀ ਉਹ ਕਰ ਰਹੇ ਹਾਂ, ਕਰਨੀ ਆਪੋ ਆਪਣੀ ਕਹਿ ਨੇੜੇ ਕਹਿ, ਕਿ ਸਾਨੂੰ ਦੂਰ ਜੂਣ ਜਿਹੜੇ ਰੱਬ ਤੋਂ ਦੂਰ ਲੈ ਕੇ ਜਾਣ ਵਾਲੇ ਉਹ ਕਰਮ ਕਰ ਰਹੇ ਹਾਂ, ਤਾਂ ਫਿਰ ਡਰ ਰਹਿੰਦਾ ਪਤਾ ਨਹੀਂ ਕਿਹੜੇ ਵੇਲੇ ਕੀ ਹੋ ਜਾਣਾ ਹੈ। ਤਾਂ ਜੇ ਕਰਮ ਅੱਛੇ ਕਰੀਏ, ਆਪਣੇ ਰੱਬ 'ਤੇ ਵਿਸ਼ਵਾਸ ਰੱਖੀਏ, ਤਾਂ ਫਿਰ ਬੰਦੇ ਨੂੰ ਪਤਾ ਮੈਂ ਅੱਛਾ ਕਰ ਰਿਹਾ ਤਾਂ ਮੇਰਾ ਮਾਲਕ ਅੱਛਿਆਂ ਦੇ ਸਾਥ ਖੜਾ ਹੈ, ਔਰ ਜੇ ਮੇਰਾ ਮਾਲਕ ਮੇਰੇ ਨਾਲ ਖੜਾ ਤਾਂ ਡਰਨ ਦੀ ਮੈਨੂੰ ਜ਼ਰੂਰਤ ਕੀ ਹੈ, ਫਿਰ ਮੇਰੀ ਰੱਖਿਆ ਵੀ ਉਹ ਜ਼ਰੂਰ। ਇਸ ਲਈ ਸ਼੍ਰੀ ਕ੍ਰਿਸ਼ਨ ਨੇ ਕਿਹਾ ਇਹ ਡਰ, ਚਿੰਤਾ, ਕ੍ਰੋਧ, ਨਫ਼ਰਤ, ਸ਼ੋਗ ਇਹ ਤੁਹਾਡੇ ਆਤਮਿਕ ਤੇਜ਼ ਨੂੰ ਘਟਾ ਦਿੰਦੇ ਹੈ, ਤੁਹਾਡੀ ਆਤਮਿਕ ਸ਼ਕਤੀ ਨੂੰ ਖਤਮ ਕਰ ਦਿੰਦੇ ਹੈ, ਤੁਹਾਡੇ ਜੀਵਨ ਦੀਆਂ ਪਰੇਸ਼ਾਨੀਆਂ ਬਿਮਾਰੀਆਂ ਨੂੰ ਵਧਾਉਂਦੇ ਹੈ। ਤਾਂ ਪ੍ਰੇਮ, ਵਿਸ਼ਵਾਸ, ਮੁਸਕੁਰਾਹਟ, ਪ੍ਰਾਰਥਨਾ, ਧਿਆਨ ਇਹ ਤੁਹਾਡੇ ਆਤਮਿਕ ਤੇਜ਼ ਨੂੰ ਵਧਾਉਂਦੇ ਹੈ। ਹੁਣ ਆਤਮਿਕ ਤੇਜ਼ ਵਧਾਉਣਾ ਨਾ, ਆਪਣਾ ਖੁਸ਼ੀ ਵਧਾਉਣੀ ਹੈ, ਤਾਂ ਫਿਰ ਚਿਹਰੇ 'ਤੇ ਮੁਸਕੁਰਾਹਟ ਰੱਖੋ ਔਰ ਅੰਦਰ ਵਿਸ਼ਵਾਸ ਰੱਖੋ ਕਿ ਮੇਰਾ ਮਾਲਕ ਮੇਰੇ, ਤੂੰ ਮੇਰਾ ਰਾਖਾ। ਅਗਰ ਜੀਵਨ 'ਚ ਮੁਸ਼ਕਿਲ ਆਵੇ ਵੀ ਤਾਂ ਵਿਸ਼ਵਾਸ ਰੱਖੋ, ਜੇ ਮੁਸ਼ਕਿਲ ਆਈ ਹੈ ਤਾਂ ਦੂਰ ਕਰਨ ਵਾਲਾ ਉਹ ਮੇਰਾ ਮਾਲਕ ਵੀ ਮੇਰੇ ਹਰ ਮੁਸ਼ਕਿਲ ਤੋਂ ਮੈਨੂੰ ਬਚਾਏਗਾ, ਹਰ ਮੁਸ਼ਕਿਲ ਦਾ ਹੱਲ ਵੀ ਉਹ ਕਰੇਗਾ, ਕਿਉਂਕਿ
ਇਦਾਂ ਦੀ ਕਿਹੜੀ ਮੁਸ਼ਕਿਲ ਹੈ ਕਿ ਜਿਹਦਾ ਹੱਲ ਨਾ ਹੋਵੇ? ਹਰ ਮੁਸ਼ਕਿਲ ਦਾ ਹੱਲ ਉਹਦੀ ਰਹਿਮਤ ਨਾਲ ਹੋ ਜਾਂਦਾ ਹੈ। ਇਸ ਲਈ ਵਿਸ਼ਵਾਸ ਹੋਣਾ ਚਾਹੀਦਾ। ਤਾਂ ਹੀ ਉਹ ਕਹਿੰਦੇ ਪ੍ਰੇਮ, ਵਿਸ਼ਵਾਸ, ਮੁਸਕੁਰਾਹਟ, ਪ੍ਰਾਰਥਨਾ ਔਰ ਧਿਆਨ ਸੇ ਆਤਮਿਕ ਤੇਜ ਬੜ ਜਾਤਾ ਹੈ। ਇਸ ਲਈ ਹੁਣ ਆਪਣੇ ਅੰਦਰ ਚੈੱਕ ਕਰਨਾ ਕਿ ਅੰਦਰ ਪ੍ਰੇਮ ਰੱਖੋ ਕਿ ਮੈਨੂੰ ਆਪਣੇ ਮਾਲਕ ਨਾਲ ਪਿਆਰ ਹੈ। ਕਿਉਂਕਿ ਜਿਹਦੇ ਨਾਲ ਪਿਆਰ ਹੋਵੇ, ਜਿੱਦਾਂ ਅਸੀਂ ਇੱਕ ਲਾਈਨ ਕਹੀ ਦੀ, ਇੱਥੇ ਵੀ ਕਹਿਣਾ ਚਾਹਾਂਗੇ ਕਿ ਆਪਣੇ ਰੱਬ ਸੇ ਇਤਨੀ ਮੁਹੱਬਤ ਕਰੋ, ਇਤਨੀ ਮੁਹੱਬਤ ਕਰੋ, ਇਤਨੀ ਮੁਹੱਬਤ ਕਰੋ ਕਿ ਮੁਸ਼ਕਿਲ ਪਰੇਸ਼ਾਨੀ ਤੁਹਾਰੀ ਤਰਫ ਆਏ ਔਰ ਫਿਕਰ ਉਸਕੋ ਹੋ। ਕਹਿੰਦੇ ਪਿਆਰ ਇੰਨਾ ਕਰੋ ਆਪਣੇ ਮਾਲਕ ਨਾਲ ਕਿ ਪਰੇਸ਼ਾਨੀ ਤੁਹਾਡੇ ਵੱਲ ਆਵੇ ਤਾਂ ਫਿਕਰ ਉਹਨੂੰ ਹੋਵੇ। ਜਿੱਦਾਂ ਬੱਚੇ ਨਾਲ ਮਾਂ ਬਾਪ ਨੂੰ ਇੰਨਾ ਪਿਆਰ ਹੁੰਦਾ ਨਾ, ਜੇ ਬੱਚੇ ਵੱਲ ਕੋਈ ਮੁਸ਼ਕਿਲ ਜਾਂਦੀ, ਮਾਂ ਬਾਪ ਨੂੰ ਫਿਕਰ ਹੁੰਦੀ ਕਿ ਮੇਰਾ ਬੱਚਾ ਕਿਤੇ ਕੁਛ ਹੋ ਨਾ ਜਾਵੇ। ਉਹ ਬਚਾਉਣ ਵਾਸਤੇ ਦੌੜਦੇ ਹੈ, ਦੌੜਦੇ ਹੈ ਕਿ ਨਹੀਂ? ਇਹਦੇ ਇੰਨਾ ਪਿਆਰ ਕਰੋ ਆਪਣੇ ਮਾਲਕ ਨਾਲ ਕਿ ਤੁਹਾਡੀ ਤਰਫ ਕੋਈ ਮੁਸ਼ਕਿਲ ਆਵੇ ਤਾਂ ਫਿਕਰ ਉਹਨੂੰ ਹੋਵੇ ਕਿ ਮੇਰੇ ਪਿਆਰੇ ਵੱਲ ਮੁਸ਼ਕਿਲ ਜਾ ਰਹੀ ਤਾਂ ਇਹਦਾ ਮੈਂ ਬਾਲ ਵੀ ਵਿੰਗਾ ਨਹੀਂ ਹੋਣ ਦੇਣਾ। ਪਰ ਉਹ ਤਾਂ ਹੀ ਹੋਏਗਾ ਜੇ ਉਹਦੇ ਨਾਲ ਪਿਆਰ ਕਰਾਂਗੇ। ਔਰ ਪਿਆਰ ਦਾ ਮਤਲਬ ਕਿ ਜਿੰਨਾ ਉਹਨੂੰ ਯਾਦ ਕਰਾਂਗੇ, ਜਿੰਨਾ ਉਹਦਾ ਨਾਮ ਲਵਾਂਗੇ, ਉਨਾ ਹੀ ਸਾਡਾ ਪਿਆਰ ਉਹਦੇ ਨਾਲ ਜ਼ਿਆਦਾ ਹੋਏਗਾ। ਕਿਉਂਕਿ ਜਿਹਦੇ ਨਾਲ ਪਿਆਰ ਹੁੰਦਾ ਨਾ, ਜਿੰਨਾ ਕਹਿੰਦੇ ਯਾਦ ਕਰੀਏ, ਪਿਆਰ ਹੋਰ ਵੀ ਵੱਧਦਾ ਕਿ ਨਹੀਂ? ਇਸ ਲਈ ਦੂਸਰੀ ਗੱਲ ਦੱਸੀ ਵਿਸ਼ਵਾਸ ਦੀ ਕਿ ਆਪਣੇ ਮਾਲਕ 'ਤੇ ਵਿਸ਼ਵਾਸ ਰੱਖੀਏ ਕਿ ਮੇਰਾ ਮਾਲਕ ਹਰ ਜਗ੍ਹਾ ਮੇਰੇ ਨਾਲ ਹੈ। ਕਿਉਂਕਿ ਇਹ ਗੱਲ ਵਿਸ਼ਵਾਸ ਦੀ ਹੁੰਦੀ ਹੈ। ਤਾਂ ਹੀ ਤਾਂ ਅਸੀਂ ਕਈ ਵਾਰ ਦੱਸੀਦਾ ਕਿ ਬਾਬਾ ਫਰੀਦ ਨੂੰ ਕਿਸੇ ਨੇ ਪੁੱਛਿਆ ਸੀ ਕਿ ਖੁਦਾ ਕਿੱਥੇ ਹੈ, ਤਾਂ ਬਾਬਾ ਫਰੀਦ ਨੇ ਇਹ ਨਹੀਂ ਕਿਹਾ ਕਿ ਉਹ ਮੰਦਰ ਹੈ, ਮਸਜਿਦ ਹੈ। ਬਾਬਾ ਫਰੀਦ ਨੇ ਕਿਹਾ ਕਿ ਖੁਦਾ ਜਿੱਥੇ ਤੇਰਾ ਵਿਸ਼ਵਾਸ ਹੈ ਉੱਥੇ ਖੁਦਾ ਹੈ। ਸਮਝ ਲੈਣਾ ਤਾਂ ਸਾਰਿਆਂ ਨੇ। ਧੰਨੇ ਭਗਤ ਬਾਰੇ ਸੁਣਿਆ ਕਿ ਨਹੀਂ ਤੁਸੀਂ? ਧੰਨੇ ਭਗਤ ਨੂੰ ਖੁਦਾ ਰੱਬ ਕਿੱਥੋਂ ਮਿਲਿਆ ਸੀ? ਜਵਾਬ ਦੇ ਦਿਓ, ਪੱਥਰ 'ਚੋਂ। ਕਿਉਂਕਿ ਉਹਨੂੰ ਵਿਸ਼ਵਾਸ ਸੀ ਕਿ ਇੱਥੇ ਰੱਬ ਹੈ। ਵਿਸ਼ਵਾਸ ਦੇ ਨਾਲ ਧੰਨੇ ਨੇ ਪੱਥਰ 'ਚੋਂ ਵੀ ਰੱਬ ਨੂੰ ਪ੍ਰਗਟ, ਤਾਂ ਫਿਰ ਕਿਹਾ ਜਾਂਦਾ ਕਹਾਣੀ ਹੈ ਕਿ ਪਰਮਾਤਮਾ ਨੇ ਧੰਨੇ ਦੇ ਪਸ਼ੂ ਵੀ ਚਾਰੇ, ਖੇਤਾਂ ਵਿੱਚ ਨੌਕਰੀ ਵੀ ਕੀਤੀ, ਯਾਨੀ ਖੇਤਾਂ ਵਿੱਚ ਕੰਮ ਵੀ ਕੀਤਾ। ਪਰ ਹੋਇਆ ਕਿੱਦਾਂ ਕਿ ਜਦੋਂ ਪ੍ਰਗਟ ਹੋਇਆ ਨਾ ਰੱਬ ਪੱਥਰ 'ਚੋਂ, ਤਾਂ ਉਸ ਵੇਲੇ ਧੰਨੇ ਨੇ ਕਿਹਾ ਹੁਣ ਮੇਰੇ ਨਾਲ ਹੀ ਰਹਿਣਾ ਹੈ। ਤਾਂ ਭਗਵਾਨ ਨੇ ਕਿਹਾ ਹਰ ਵੇਲੇ ਤਾਂ ਨਾਲ ਰਹਿ ਨਹੀਂ ਸਕਦਾ, ਪਰ ਜਿੱਥੇ ਤੂੰ ਮੈਨੂੰ ਵਿਸ਼ਵਾਸ ਨਾਲ ਯਾਦ ਕਰੂੰਗਾ ਉੱਥੇ ਮੈਂ ਤੇਰੇ ਕੋਲ ਪਹੁੰਚ ਜ਼ਰੂਰ ਜਾਊਂ। ਤਾਂ ਫਿਰ ਧੰਨੇ ਨੇ ਖੇਤਾਂ 'ਚ ਬੈਠੇ ਯਾਦ ਕਰਨਾ। ਕਹਿੰਦੇ ਇੱਕ ਵਾਰ ਖਾਣਾ ਖਾਣ ਲੱਗਾ ਤਾਂ ਪਸ਼ੂ ਸੀ, ਧੰਨਾ ਕਹਿੰਦਾ ਜੇ ਮੈਂ ਖਾਣਾ ਖਾਣ ਬਹਿ ਗਿਆ ਤਾਂ ਪਸ਼ੂਆਂ ਨੇ ਇੱਧਰ ਉੱਧਰ ਕਿਸੇ ਦੇ ਖੇਤਾਂ 'ਚ ਵੜ ਕੇ ਫਸਲ ਖਰਾਬ ਕਰ ਦੇਣੀ ਹੈ। ਤਾਂ ਖਾਣਾ ਖਾਣ ਤੋਂ ਪਹਿਲਾਂ ਰੱਬ ਨੂੰ ਯਾਦ ਗਿਆ, ਹੇ ਰੱਬਾ ਪਹੁੰਚ, ਵਿਸ਼ਵਾਸ ਨਾਲ ਯਾਦ ਗਿਆ ਰੱਬ ਪਹੁੰਚ ਗਿਆ। ਹਾਂ ਧੰਨਿਆ ਕੀ ਕਰਨਾ? ਕਹਿੰਦਾ ਮੈਂ ਪਸ਼ੂਆਂ ਦੀ ਸੰਭਾਲ ਕਰ, ਕਿਸੇ ਖੇਤਾਂ 'ਚ ਨਾ ਵੜਨ। ਦੇਖੋ ਆਪ ਖਾਣਾ ਖਾਣ ਲੱਗ ਪਿਆ ਤਾਂ ਰੱਬ ਨੂੰ ਲਾ ਦਿੱਤਾ ਭਗਵਾਨ ਨੂੰ ਕਿ ਲੈ ਵੀ ਠਾਕੁਰਾ ਆ ਜਿਹੜਾ ਪਸ਼ੂਆਂ ਦਾ ਧਿਆਨ ਰੱਖੀ, ਕਿਤੇ ਲੋਕਾਂ ਦੇ ਖੇਤਾਂ 'ਚ ਜਾ ਕੇ ਫਸਲ ਨਾ ਖਰਾਬ ਕਰਨ, ਤਾਂ ਰੱਬ ਨੂੰ ਕਰਨਾ ਪਿਆ। ਹੁਣ ਕਹਿੰਦੇ ਰੱਬ ਨੇ ਕਿਹਾ ਸੀ ਜਿੱਥੇ ਵਿਸ਼ਵਾਸ ਨਾਲ ਯਾਦ ਕਰੂੰ ਉੱਥੇ ਮੈਂ ਤੇਰੇ ਕੋਲ। ਇਹਦਾ ਮਤਲਬ ਕੀ ਹੈ ਕਿ ਜੇ ਵਿਸ਼ਵਾਸ ਰੱਖਾਂਗੇ ਤਾਂ ਜਿੱਥੇ ਵਿਸ਼ਵਾਸ ਰੱਖਾਂਗੇ ਪਰਮਾਤਮਾ ਉੱਥੇ ਸਾਡੇ ਕਹਿ ਦਿਓ। ਤਾਂ ਜੇ ਇਹ ਯਕੀਨ ਰੱਖੀਏ ਕਿ ਮੈਨੂੰ ਹਰ ਮੁਸ਼ਕਿਲ ਤੋਂ ਬਚਾਉਣ ਵਾਲਾ ਮੇਰਾ ਮਾਲਕ ਮੇਰੇ ਨਾਲ ਹੈ, ਮੈਨੂੰ ਹਰ ਮੁਸ਼ਕਿਲ 'ਚੋਂ ਕੱਢਣ ਵਾਲਾ ਮੇਰਾ ਮਾਲਕ ਮੇਰੇ, ਤਾਂ ਜੇ ਜੀਵਨ 'ਚ ਮੁਸ਼ਕਿਲ ਹੋਵੇ ਵੀ ਤਾਂ ਰੱਬ ਕੱਢ ਵੀ ਜਲਦੀ, ਕਿਉਂਕਿ ਵਿਸ਼ਵਾਸ ਦੀ ਇਹ ਸ਼ਕਤੀ ਹੈ। ਇਸ ਲਈ ਵਿਸ਼ਵਾਸ, ਪ੍ਰੇਮ ਔਰ ਚਿਹਰੇ 'ਤੇ ਰੱਖੋ ਮੁਸਕੁਰਾਹਟ, ਔਰ ਨਾਲ ਕਰੋ ਪ੍ਰਾਰਥਨਾ, ਔਰ ਟਾਈਮ ਕੱਢ ਕੇ ਕਰੋ ਧਿਆਨ ਯਾਨੀ ਸਿਮਰਨ, ਤਾਂ ਫਿਰ ਦੇਖੋ ਤੁਹਾਡਾ ਆਤਮਿਕ ਤੇਜ ਕਿੱਦਾਂ ਵੱਧਦਾ ਹੈ। ਔਰ ਜਦੋਂ ਆਤਮਿਕ ਵੱਲ ਵੱਧਦਾ ਹੈ ਨਾ, ਫਿਰ ਦੁੱਖਾਂ ਦੇ ਅੰਧੇਰੇ ਤਾਂ ਉੱਦਾਂ ਹੀ ਦੂਰ, ਫਿਰ ਜੀਵਨ 'ਚ ਪਰੇਸ਼ਾਨੀਆਂ ਤਾਂ ਉੱਦਾਂ ਹੀ ਦੂਰ ਹੁੰਦੀਆਂ ਚੱਲੀਆਂ ਕਹਿ ਦਿਓ ਚੱਲੀਆਂ ਜਾਂਦੀਆਂ। ਇਸ ਲਈ ਹੁਣ ਆਖਰਲੇ ਬਚਨਾਂ 'ਚ ਇਹੀ ਕਹਿਣਾ ਹੈ
ਕਿ ਜੇ ਜੀਵਨ 'ਚ ਤੁਸੀਂ ਖੁਸ਼ੀ ਚਾਹੁੰਦੇ ਹੋ, ਕਾਮਯਾਬੀ ਚਾਹੁੰਦੇ ਹੋ, ਸਫਲਤਾ ਚਾਹੁੰਦੇ ਹੋ, ਤਾਂ ਫਿਰ ਆਪਣੇ ਅੰਦਰੋਂ ਇਹ ਡਰ, ਇਹ ਚਿੰਤਾ, ਇਹ ਕ੍ਰੋਧ, ਇਹ ਨਫ਼ਰਤ, ਇੱਦਾਂ ਦੀਆਂ ਬੁਰੀਆਂ ਆਦਤਾਂ ਨੂੰ ਅਸੀਂ ਖਤਮ ਕਰੀਏ ਔਰ ਆਪਣੇ ਅੰਦਰ ਪ੍ਰੇਮ ਲਿਆਈਏ, ਵਿਸ਼ਵਾਸ ਲਿਆਈਏ, ਮਿਹਨਤ ਕਰਨ ਦਾ ਜਜ਼ਬਾ ਲਿਆਈਏ ਕਿ ਮੇਰਾ ਰੱਬ ਸਭ ਕੁਝ ਦੇਣ ਨੂੰ ਤਿਆਰ ਹੈ, ਬਸ ਮਿਹਨਤ ਮੈਨੂੰ ਹੀ ਕਰਨੀ। ਮੇਰਾ ਰੱਬ ਤਾਂ ਮੈਨੂੰ ਕਾਮਯਾਬੀ ਦੇਣਾ ਚਾਹੁੰਦਾ ਪਰ ਉਹਦੇ ਵਾਸਤੇ ਮਿਹਨਤ ਤਾਂ ਮੈਨੂੰ ਕਰਨੀ। ਧਰਤੀ 'ਚ ਫੁੱਲ ਤਾਂ ਖਿਲ ਸਕਦੇ ਹੈ ਪਰ ਬੀਜ ਮੈਨੂੰ ਬੋਣਾ ਪੈਣਾ ਹੈ, ਯਾਨੀ ਹਰ ਚੀਜ਼ ਮੈਨੂੰ ਮਿਲ ਸਕਦੀ ਹੈ, ਕਿਉਂਕਿ ਲਿਖਿਆ ਵੀ ਗਿਆ ਹੈ ਕਿ ਹਰ ਇਨਸਾਨ ਕੋ ਉਤਨਾ ਹੀ ਮਿਲੇਗਾ ਜਿਤਨੀ ਉਹ ਕੋਸ਼ਿਸ਼ ਕਰਤਾ ਹੈ। ਹਰ ਇਨਸਾਨ ਨੂੰ ਉਨਾ ਹੀ ਮਿਲਣਾ ਜਿੰਨੀ ਉਹਨਾਂ ਕੋਸ਼ਿਸ਼। ਇੱਕ ਬੱਚਾ ਕਹੇਗਾ ਮੈਂ ਪੜ੍ਹਨਾ ਹੀ 5 ਹੈ ਤਾਂ ਉਹ 5 ਹੀ ਪੜ੍ਹੇਗਾ, ਅਤੇ ਕਹੇਗਾ ਮੈਂ 10 ਪੜ੍ਹਨਾ ਉਹ 10 ਹੀ ਪੜ੍ਹੇਗਾ, ਕਿਉਂਕਿ ਜਿੰਨੀ ਮਰਜ਼ੀ ਅਸੀਂ ਡਿਗਰੀ ਵੱਡੀ ਤੋਂ ਵੱਡੀ ਲੈ ਸਕਦੇ ਹਾਂ ਪਰ ਉਹਦੇ ਵਾਸਤੇ ਮਿਹਨਤ ਵੀ ਸਾਨੂੰ ਹੀ ਕਹਿ ਦਿਓ। ਇਸੇ ਤਰ੍ਹਾਂ ਯਾਦ ਰੱਖੋ ਕਿ ਪਰਮਾਤਮਾ ਦੇ ਘਰ 'ਚ ਕਮੀ ਨਹੀਂ ਹੈ, ਬਸ ਜੇ ਅਸੀਂ ਆਪਣੇ ਰੱਬ 'ਤੇ ਯਕੀਨ ਰੱਖ ਕੇ ਆਪਣੀਆਂ ਆਦਤਾਂ ਨੂੰ ਅੱਛਾ ਬਣਾਈਏ, ਮਿਹਨਤ ਕਰੀਏ ਤਾਂ ਜੀਵਨ 'ਚ ਜੋ ਚਾਹੀਏ ਹਾਸਿਲ ਅਸੀਂ ਕਰ ਸਕਦੇ ਹਾਂ। ਬਸ ਵਿਸ਼ਵਾਸ ਰੱਖੋ, ਕਦੀ ਵੀ ਇਹ ਨਾ ਕਹੋ ਮੈਂ ਕਮਜ਼ੋਰ ਹਾਂ, ਮੈਂ ਇਕੱਲਾ ਹਾਂ, ਬਲਕਿ ਇਹ ਕਹੋ, ਜਿਹੜਾ ਹੁਣ ਗੌਰ ਕਰਨਾ, ਜਿੱਦਾਂ ਅਸੀਂ ਕਈ ਵਾਰ ਦੱਸੀ ਨਾ, ਬੰਦੇ ਅੰਦਰ ਇੰਨਾ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਬੰਦਾ ਕਹਿ ਸਕੇ ਕਿ ਮੈਂ ਇੱਕ ਹੱਥ ਸੇ ਪੂਰੀ ਦੁਨੀਆ ਸੇ ਲੜ ਸਕਤਾ ਹੂੰ, ਬਸ ਸ਼ਰਤ ਜੇ ਹੈ ਮੇਰਾ ਦੂਸਰਾ ਹੱਥ ਮੇਰੇ ਮਾਲਿਕ ਕੇ ਹੱਥ ਮੇਂ ਹੋਣਾ ਚਾਹੀਏ। ਅਤੇ ਇੱਦਾਂ ਸਾਡੇ ਅੰਦਰ ਵਿਸ਼ਵਾਸ ਹੋਣਾ ਚਾਹੀਦਾ ਕਿ ਮੈਂ ਇੱਕ ਹੱਥ ਨਾਲ ਪੂਰੀ ਦੁਨੀਆ ਨਾਲ ਲੜ ਸਕਦਾ ਹਾਂ, ਹਰ ਮੁਸ਼ਕਿਲ ਨਾਲ ਲੜ ਸਕਦਾ ਹਾਂ, ਬਸ ਇਹ ਪਰਮਾਤਮਾ ਮੇਰਾ ਦੂਜਾ ਹੱਥ ਤੇਰੇ ਹੱਥ 'ਚ ਹੋਣਾ ਚਾਹੀਦਾ, ਕਿਉਂਕਿ ਜੇ ਤੇਰਾ ਹੱਥ ਮੇਰੇ ਹੱਥ 'ਚ ਫਿਰ ਮੈਂ ਕਦੀ ਹਾਰ, ਫਿਰ ਮੈਂ ਨਾ ਡਰ ਸਕਦਾ ਨਾ ਹਾਰ ਸਕਦਾ, ਸਮਝਦੇ ਹੋ ਕਿ ਨਹੀਂ। ਇਸ ਲਈ ਕਿਹਾ ਜਾਂਦਾ ਹੈ ਕਿ ਆਖਰੀ ਸ਼ੇਰ ਬੋਲਾਂਗੇ ਫਿਰ ਸਤਸੰਗ ਦੀ ਸਮਾਪਤੀ ਕਰਾਂਗੇ, ਕਿ ਡੂਬ ਰਹਾ ਥਾ ਮੁਸ਼ਕਿਲੋਂ ਕੇ ਦਰਿਆ ਮੇਂ, ਡੂਬ ਰਹਾ ਥਾ ਮੁਸ਼ਕਿਲੋਂ ਕੇ ਦਰਿਆ ਮੇਂ, ਤੂੰ ਮਿਲਾ ਤੋ ਖੁਸ਼ੀਓਂ ਕਾ ਕਿਨਾਰਾ ਮਿਲ ਗਿਆ। ਡੂਬ ਰਹਾ ਥਾ ਮੈਂ ਮੁਸ਼ਕਿਲੋਂ ਕੇ ਦਰਿਆ ਮੇਂ, ਤੂੰ ਮਿਲਾ ਤੋ ਖੁਸ਼ੀਓਂ ਕਾ ਕਿਨਾਰਾ ਮਿਲ ਗਿਆ। ਅਬ ਕਿਸੀ ਤੂਫਾਨ ਕਾ ਮੁਝਕੋ ਡਰ ਨਹੀਂ ਰਹਾ, ਐ ਮਾਲਿਕ ਜਬ ਸੇ ਮੁਝਕੋ ਤੇਰਾ ਸਹਾਰਾ ਮਿਲ ਗਿਆ। ਹੁਣ ਕਿਉਂ ਡਰੀਏ, ਠੀਕ ਹੈ, ਡੁੱਬ ਰਿਹਾ ਸੀ ਮੁਸ਼ਕਿਲਾਂ ਦੇ ਸਾਗਰ ਦੇ ਵਿੱਚ, ਬੜੀਆਂ ਪਰੇਸ਼ਾਨੀਆਂ ਸੀ, ਗੋਤੇ ਖਾ ਰਿਹਾ ਸੀ, ਪਰ ਜਦੋਂ ਤੂੰ ਮਿਲਿਆ ਤਾਂ ਮੈਨੂੰ ਖੁਸ਼ੀਆਂ ਦਾ ਕਿਨਾਰਾ ਵੀ ਮਿਲ ਗਿਆ। ਜੇ ਅੱਜ ਮੁਸ਼ਕਿਲ ਹੈ, ਅੱਜ ਜੀਵਨ 'ਚ ਪ੍ਰੋਬਲਮ ਹੈ, ਤਾਂ ਡਰਨ ਦੀ ਲੋੜ ਨਹੀਂ ਹੈ, ਬਸ ਲੋੜ ਆ ਉਹਦਾ ਹੱਥ ਫੜਨ ਦੀ, ਕਿਉਂਕਿ ਜਦੋਂ ਬੰਦਾ ਉਹਦਾ ਹੱਥ ਫੜ ਲੈਂਦਾ ਵਿਸ਼ਵਾਸ ਨਾਲ ਕਿ ਮੈਨੂੰ ਬਚਾਉਣ ਵਾਲਾ ਮੇਰਾ ਮਾਲਿਕ ਮੇਰੇ, ਮੈਨੂੰ ਹਰ ਮੁਸ਼ਕਿਲ 'ਚੋਂ ਕੱਢਣ ਵਾਲਾ ਮੇਰਾ ਮਾਲਿਕ ਮੇਰੇ, ਤਾਂ ਫਿਰ ਉਹ ਇਨਸਾਨ ਨੂੰ ਮੁਸ਼ਕਿਲਾਂ ਦੇ ਦਰਿਆ 'ਚੋਂ ਕੱਢ ਕੇ ਖੁਸ਼ੀਆਂ ਦੇ ਕਿਨਾਰੇ ਤੱਕ ਵੀ, ਤਾਂ ਫਿਰ ਬੰਦੇ ਅੰਦਰੋਂ ਕੀ ਆਵਾਜ਼ ਆਉਂਦੀ ਹੈ, ਕਿਸੀ ਤੂਫਾਨ ਕਾ ਅਬ ਮੁਝਕੋ ਡਰ ਨਹੀਂ ਰਹਾ, ਕਿਸੀ ਤੂਫਾਨ ਕਾ ਮੁਝਕੋ ਅਬ ਡਰ ਨਹੀਂ ਰਹਾ, ਜਬ ਸੇ ਇਹ ਮਾਲਿਕ ਮੁਝਕੋ ਤੇਰਾ ਸਹਾਰਾ ਮਿਲ ਗਿਆ। ਕਿ ਜਦੋਂ ਮਿਲ ਗਿਆ ਉਹਦਾ ਸਹਾਰਾ, ਪਤਾ ਲੱਗ ਗਿਆ ਕਿ ਹੁਣ ਮੈਨੂੰ ਸੰਭਾਲਣ ਵਾਲਾ ਸਹਾਰੇ ਦਾ ਮਤਲਬ ਕੀ ਹੁੰਦਾ ਹੈ, ਜਿਹੜਾ ਸਾਨੂੰ ਗਿਰਨ ਨਾ ਦੇਵੇ। ਜਿੱਦਾਂ ਬੰਦਾ ਕਹਿੰਦਾ ਇਹਦਾ ਸਹਾਰਾ ਮੈਨੂੰ, ਇਹ ਮੈਨੂੰ ਗਿਰਨ ਨਹੀਂ ਦਿੰਦਾ, ਤਾਂ ਜੇ ਇਹਨੂੰ ਉਹ ਰੱਬ ਦਾ ਉਸ ਮਾਲਿਕ ਦਾ ਸਹਾਰਾ ਮਿਲ ਜਾਵੇ ਫਿਰ ਦੁਨੀਆ ਦਾ ਕੋਈ ਤੂਫਾਨ ਉਹਦਾ ਕੁਛ ਵਿਗਾੜ। ਕਹਿੰਦੇ ਨਾ ਫਾਨੂਸ ਬਣ ਕੇ ਜਿਸ ਕੀ ਹਿਫਾਜ਼ਤ ਹਵਾ ਕਰੇ, ਵੋ ਸ਼ਮਾ ਕਿਆ ਬੁਝੇ ਜਿਸੇ ਰੋਸ਼ਨ ਖੁਦਾ ਕਰੇ। ਕਹਿੰਦੇ ਜਿਹਦੀ ਹਿਫਾਜ਼ਤ ਉਹ ਰੱਬ ਕਰੇ ਤਾਂ ਫਿਰ ਕੋਈ ਤੂਫਾਨ ਉਹ ਸ਼ਮਾ ਨੂੰ ਬੁਝਾ ਕਹਿ ਦਿਓ। ਬਸ ਤੁਸੀਂ ਵੀ ਫਿਰ ਇਹੀ ਸੋਚੋ ਕਿ ਉਹਦਾ ਸਹਾਰਾ ਮਿਲ ਗਿਆ ਨਾ, ਹੁਣ ਮੈਨੂੰ ਤੂਫਾਨਾਂ ਤੋਂ ਡਰਨ ਦੀ ਲੋੜ ਨਹੀਂ ਹੈ, ਮੁਸ਼ਕਿਲਾਂ ਦੀਆਂ ਆਉਂਦੀਆਂ ਮੇਰਾ ਕੁਛ ਨਹੀਂ ਵਿਗਾੜ ਸਕਦੀਆਂ, ਕਿਉਂਕਿ ਮੇਰੀ ਰੱਖਿਆ ਕਰਨ ਵਾਲਾ ਮੇਰਾ ਮਾਲਿਕ ਮੇਰੇ, ਮੈਨੂੰ ਸੰਭਾਲਣ ਵਾਲਾ ਮੇਰਾ ਮਾਲਿਕ ਮੇਰੇ, ਮੇਰੇ ਹਰ ਦੁੱਖ ਨੂੰ ਦੂਰ ਕਰਨ ਵਾਲਾ ਮੇਰਾ ਮਾਲਿਕ ਮੇਰੇ,
ਮੈਨੂੰ ਕਾਮਯਾਬੀ ਦੇਣ ਵਾਲਾ ਮੇਰਾ ਮਾਲਕ ਮੇਰੇ, ਮੈਨੂੰ ਖੁਸ਼ੀਆਂ ਦੇਣ ਵਾਲਾ ਮੇਰਾ ਮਾਲਕ ਮੇਰੇ, ਮੇਰੀ ਹਰ ਮੁਸ਼ਕਿਲ ਦਾ ਹੱਲ ਕਰਨ ਵਾਲਾ ਮੇਰਾ ਮਾਲਕ ਮੇਰੇ, ਮੇਰਾ ਮਾਲਕ ਮੇਰੇ, ਮੇਰਾ ਮਾਲਕ ਮੇਰੇ। ਇਹ ਲਿਆਓ ਫਿਰ ਕਹਿ ਦਈਏ ਕਿ ਮੈਨੂੰ ਆਪਣੇ ਮਾਲਕ 'ਤੇ ਪੂਰਾ, ਮੈਨੂੰ ਆਪਣੇ ਮਾਲਕ 'ਤੇ ਪੂਰਾ, ਮੈਨੂੰ ਆਪਣੇ ਮਾਲਕ 'ਤੇ ਪੂਰਾ। ਮੇਰੀਆਂ ਝੋਲੀਆਂ ਖੁਸ਼ੀਆਂ ਨਾਲ, ਮੇਰੀਆਂ ਝੋਲੀਆਂ ਖੁਸ਼ੀਆਂ ਨਾਲ, ਮੇਰੀਆਂ ਝੋਲੀਆਂ ਖੁਸ਼ੀਆਂ ਨਾਲ, ਮੇਰੇ ਸਾਰੇ ਦੁੱਖ ਦੂਰ, ਮੇਰੇ ਸਾਰੇ ਦੁੱਖ ਦੂਰ, ਮੇਰੇ ਸਾਰੇ ਦੁੱਖ ਦੂਰ। ਮੇਰਾ ਮਾਲਕ ਮੇਰੇ, ਮੇਰਾ ਮਾਲਕ ਮੇਰੇ, ਮੇਰਾ ਮਾਲਕ ਮੇਰੇ। ਮੈਂ ਬਹੁਤ, ਮੈਂ ਬਹੁਤ, ਮੈਂ ਬਹੁਤ ਖੁਸ਼ੀ ਆ ਗਈ, ਆ ਗਈ, ਆ ਗਈ, ਆ ਗਈ, ਆ ਗਈ, ਰਹਿਮਤ ਆ ਗਈ, ਆ ਗਈ, ਆ ਗਈ, ਆ ਗਈ, ਆ ਗਈ। ਬਸ ਫੀਲ ਕਰਿਆ ਕਰੋ ਘਰ ਬਹਿ ਕੇ ਵੀ ਕਿ ਖੁਸ਼ੀਆਂ ਆ ਗਈਆਂ, ਰਹਿਮਤਾਂ। ਬਾਕੀ ਜਿੱਦਾਂ ਦੱਸਿਆ ਕਿ ਕੋਈ ਵੀ ਜ਼ਮੀਨ ਦਾ ਟੁਕੜਾ ਆਪਣੇ ਆਪ ਸੁੰਦਰ ਨਹੀਂ ਬਣਦਾ, ਉਹ ਸੁੰਦਰ ਉਦੋਂ ਬਣਦਾ ਜਦੋਂ ਕੋਈ ਚੰਗਾ ਮਾਲੀ ਮਿਲ ਜਾਵੇ। ਇਸ ਲਈ ਅਸੀਂ ਵੀ ਤੁਹਾਨੂੰ ਇੱਕੋ ਹੀ ਗੱਲ ਕਹਾਂਗੇ, ਤੁਸੀਂ ਚਾਹੁੰਦੇ ਹੋ ਤੁਹਾਡੀ ਜ਼ਿੰਦਗੀ ਸੁੰਦਰ ਬਣ ਜਾਵੇ, ਜ਼ਿੰਦਗੀ ਖੁਸ਼ੀਆਂ ਦੇ ਫੁੱਲ ਖਿਲ ਜਾਣ, ਫਿਰ ਜ਼ਿੰਦਗੀ ਨੂੰ ਮਾਲਕ ਦੇ ਹਵਾਲੇ ਕਰ ਦਿਓ। ਫਿਰ ਦੇਖੋ ਅਗਰ ਇੱਕ ਵਾਰ ਉਸ ਮਾਲਕ ਨਾਲ ਜੁੜ ਗਏ ਨਾ, ਤਾਂ ਫਿਰ ਤੁਹਾਡੇ ਜੀਵਨ 'ਚ ਖੁਸ਼ੀਆਂ ਦੇ ਫੁੱਲ ਫਲ ਆਪਣੇ ਆਪ ਹੀ ਆ ਜਾਣਗੇ। ਕਿਉਂਕਿ ਜਦੋਂ ਮਾਲੀ ਅੱਛਾ ਹੋਵੇ ਤਾਂ ਇੱਕ ਬੰਜਰ ਜ਼ਮੀਨ ਨੂੰ ਵੀ ਉਹ ਫੁੱਲਾਂ ਨਾਲ ਭਰਪੂਰ ਕਰ ਦਿੰਦਾ ਹੈ। ਇਸ ਲਈ ਕਦੀ ਵੀ ਨਿਰਾਸ਼ ਹੋਣ ਦੀ ਲੋੜ ਨਹੀਂ ਹੈ, ਬਸ ਵਿਸ਼ਵਾਸ ਰੱਖਣ ਦੀ ਲੋੜ ਹੈ ਕਿ ਮੇਰੇ ਜੀਵਨ ਦੀ ਭੂਮੀ ਨੂੰ ਖੁਸ਼ੀਆਂ ਦੇ ਫਲਾਂ ਫੁੱਲਾਂ ਨਾਲ ਭਰਨ ਵਾਲਾ ਮੇਰਾ ਮਾਲਕ ਮੇਰੇ। ਬਸ ਉੱਤੇ ਯਕੀਨ ਰੱਖਣਾ ਤਾਂ ਫਿਰ ਜੀਵਨ ਦੀਆਂ ਸਾਰੀਆਂ ਕਮੀਆਂ ਪੂਰੀਆਂ ਹੋ ਜਾਣਗੀਆਂ। ਇਸ ਲਈ ਵਿਸ਼ਵਾਸ ਰੱਖੋ, ਆਉਣ ਵਾਲਾ ਹਰ ਪਲ ਤੁਹਾਡੇ ਵਾਸਤੇ ਕਾਮਯਾਬੀ, ਸਫਲਤਾ, ਖੁਸ਼ੀਆਂ ਭਰਿਆ ਹੋਏਗਾ। ਔਰ ਹੁਣ ਇਹਨਾਂ ਵਚਨਾਂ ਦੇ ਨਾਲ ਹੀ ਅਸੀਂ ਅੱਜ ਦੇ ਸਤਸੰਗ ਦੀ ਸਮਾਪਤੀ ਕਰਾਂਗੇ, ਔਰ ਅੰਤ ਵਿੱਚ ਇਹੀ ਉਸ ਮਾਲਕ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਾਂਗੇ ਕਿ ਮਾਲਕ ਤੁਹਾਨੂੰ ਸਭ ਨੂੰ ਨਾਮ ਨਾਲ ਜੁੜਨ ਦੀ ਤਾਕਤ ਦੇਣ, ਨਾਮ ਜਪਣ ਦੀ ਤਾਕਤ ਦੇਣ, ਸੇਵਾ ਸਿਮਰਨ ਕਰਨ ਦਾ, ਨੇਕ ਮਾਰਗ 'ਤੇ ਚੱਲਣ ਦਾ ਬਲ ਬਖਸ਼ਣ, ਤੁਹਾਡੇ ਸਭ ਦੇ ਦੁੱਖਾਂ, ਦਰਦਾਂ, ਪਰੇਸ਼ਾਨੀਆਂ ਨੂੰ ਮਾਲਕ ਦੂਰ ਕਰਨ, ਤੁਹਾਡੀਆਂ ਸਭ ਦੀਆਂ ਝੋਲੀਆਂ ਨੂੰ ਮਾਲਕ ਖੁਸ਼ੀਆਂ ਨਾਲ ਭਰਪੂਰ ਕਰਨ, ਆਉਣ ਵਾਲਾ ਹਰ ਪਲ ਤੁਹਾਡੇ ਵਾਸਤੇ ਕਾਮਯਾਬੀ, ਸਫਲਤਾ, ਖੁਸ਼ੀਆਂ ਭਰਿਆ ਹੋਵੇ। ਦਿਨ ਦੁੱਗਣੀ ਰਾਤ ਚੌਗਣੀ ਮਾਲਕ ਤੁਹਾਨੂੰ ਤਰੱਕੀ ਦੇਣ, ਤੁਹਾਨੂੰ ਤੰਦਰੁਸਤੀ ਦੇਣ, ਤੁਹਾਡੀ ਹਰ ਮੁਸ਼ਕਿਲ ਨੂੰ ਮਾਲਕ ਦੂਰ ਕਰਨ, ਔਰ ਤੁਹਾਡੀਆਂ ਲੰਬੀਆਂ ਉਮਰਾਂ ਹੋਣ, ਸਦਾ ਹੱਸਦੇ ਮੁਸਕੁਰਾਉਂਦੇ ਤੰਦਰੁਸਤ ਰਹੋ। ਇਹੀ ਸਾਡੀ ਉਸ ਮਾਲਕ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ। ਔਰ ਹੁਣ ਅੰਤ ਵਿੱਚ ਤੁਹਾਡੇ ਸਭ ਦੇ ਅੰਦਰ ਵੱਸਦੇ ਉਸ ਮਾਲਕ ਨੂੰ ਅਸੀਂ ਪ੍ਰਣਾਮ ਕਰਦੇ ਹਾਂ। ਸਾਡਾ ਪ੍ਰਣਾਮ ਸਵੀਕਾਰ ਕਰੋ। ਜੈ ਮਾਲਕਾਂ ਦੀ। ਵੀਡੀਓ ਅੱਛੀ ਲੱਗੀ ਹੋ ਤੋ ਕਿਰਪਿਆ ਸੇ ਸ਼ੇਅਰ ਜ਼ਰੂਰ ਕਰੇਂ। ਆਪਕੇ ਸ਼ੇਅਰ ਕਰਨੇ ਸੇ ਅਗਰ ਕਿਸੀ ਕੀ ਜ਼ਿੰਦਗੀ ਮੇਂ ਅੱਛਾ ਬਦਲਾਵ ਆਤਾ ਹੈ, ਪੋਜ਼ਿਟਿਵ ਚੇਂਜ ਆਤੀ ਹੈ, ਤੋ ਜੇ ਵੀ ਆਪਕੀ ਤਰਫ ਸੇ ਕੀਆ ਗਿਆ ਇੱਕ ਨੇਕ ਕਰਮ ਹੋਗਾ, ਇੱਕ ਸੇਵਾ ਹੋਗੀ, ਤੋ ਵੀਡੀਓ ਕੋ ਸ਼ੇਅਰ ਜ਼ਰੂਰ ਕਰੇਂ। ਔਰ ਵੀਡੀਓ ਦੇਖਨੇ ਕੇ ਲੀਏ ਸਰਵ ਸੰਜੇ ਦਰਬਾਰ ਕਾਂਟੀਆਂ ਸ਼ਰੀਫ ਯੂਟਿਊਬ ਚੈਨਲ ਕੋ ਸਬਸਕ੍ਰਾਈਬ ਕਰੇਂ ਔਰ ਫੇਸਬੁੱਕ ਪੇਜ ਕੋ ਫੋਲੋ ਕਰਨਾ ਨਾ ਭੁੱਲੇਂ। ਜੈ ਮਾਤਾ ਦੀ।